ਜੇ ਆਈ ਆਈ ਪਤਝੜ ਤਾਂ ਫਿਰ ਕੀ ਹੈ, ਜੇ ਆਈ ਪਤਝੜ ਤਾਂ ਫਿਰ ਕੀ ਹੈ, ਤੂੰ ਅਗਲੀ ਰੁੱਤ ਦਾ ਰੁੱਤ 'ਤੇ ਯਕੀਨ ਰੱਖੀਂ, ਮੈਂ ਲੱਭ ਕੇ ਲਿਆਵਾਂ ਕਿਤੇ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਪਾਤਰ ਸਾਹਿਬ ਦੀਆਂ ਇਹਨਾਂ ਲਾਈਨਾਂ ਦੇ ਨਾਲ ਮੈਂ ਅੱਜ ਦਾ ਪ੍ਰੋਗਰਾਮ ਲੈ ਕੇ, ਯਾਨੀ ਬਿਕਰਮਜੀਤ ਸਿੰਘ ਕਲੇਅਰ ਸਟੂਡੀਓ ਤੋਂ ਹਾਜ਼ਰ ਹੈ, ਮੇਰੇ ਵੱਲੋਂ ਪਰਦੇਸੀ ਟੀ ਵੀ ਦੇਖਣ ਜਾ ਰਹੇ ਸਾਰੇ ਸਰੋਤਿਆਂ ਨੂੰ ਨਿੱਘੀ ਜੀ ਐਂ ਸਤਿ ਸ਼੍ਰੀ ਅਕਾਲ। ਆਸ ਕਰਦੇ ਹਾਂ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਨਾਲ ਜੁੜ ਚੁੱਕੇ ਹੋਵੋਗੇ। ਅਸੀਂ ਕੋਸ਼ਿਸ਼ ਕਰਾਂਗੇ ਅੱਜ ਤੁਹਾਡਾ ਮਨੋਰੰਜਨ ਕਰਨ ਦੇ ਨਾਲ ਦੀ ਨਾਲ ਸਾਡੇ ਮਹਿਮਾਨ ਇੰਡੀਆ ਤੋਂ ਹੋਣਗੇ ਇੱਕ ਸੈਲੀਬ੍ਰਿਟੀ, ਉਹਨਾਂ ਨਾਲ ਗੱਲਬਾਤ ਕਰਨ ਦੀ ਅਤੇ ਨਾਲ ਦੀ ਨਾਲ ਤੁਹਾਡੇ ਫੋਨ ਕਾਲ ਲੈਣ ਦੀ ਅਤੇ ਉਹਨਾਂ ਤੁਹਾਡੇ ਕੁਐਸਚਨ ਅਤੇ ਆਂਸਰ ਕਰਨ ਦੀ, ਅਤੇ ਨਾਲ ਦੀ ਨਾਲ ਦੱਸ ਦੇਈਏ ਪਰਦੇਸੀ ਟੀ ਵੀ ਇਸ ਵੇਲੇ ਪੂਰੀ ਨੌਰਥ ਅਮੈਰੀਕਾ ਦੇ ਉੱਤੇ IPTV ਦੇ ਉੱਤੇ ਉਪਲਬਧ ਹੈ ਜੀ। ਤੁਸੀਂ ਪੰਜਾਬੀ ਫੋਲਡਰ 'ਤੇ ਜਾ ਕੇ ਪਰਦੇਸੀ ਟੀ ਵੀ ਦੇ ਨਾਲ ਜੁੜ ਸਕਦੇ ਹੋ। ਨਾਲ ਦੀ ਨਾਲ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਿੱਚ ਵੀ ਇਸ ਵੇਲੇ ਪਰਦੇਸੀ ਟੀ ਵੀ ਲਾਈਵ ਜਿਹੜਾ ਆ ਚੁੱਕਾ ਜੀ ਰੀਅਲ ਟੀ ਵੀ ਦੇ ਉੱਤੇ, ਤੁਸੀਂ ਪੰਜਾਬੀ ਫੋਲਡਰ 'ਤੇ ਹੀ ਜਾ ਕੇ ਸਰਚ ਕਰ ਸਕਦੇ ਹੋ ਜੀ। ਨਾਲ ਦੀ ਨਾਲ ਅਗਰ ਤੁਹਾਡੇ ਕੋਲ ਇੰਟਰਨੈਟ ਨਹੀਂ ਹੈ, ਤੁਸੀਂ ਫੋਨ ਦੇ ਜ਼ਰੀਏ ਪਰਦੇਸੀ ਟੀ ਵੀ ਦੇ ਨਾਲ ਜੁੜਨਾ ਚਾਹੁੰਦੇ ਹੋ, ਲਾਈਵ ਸੁਣਨਾ ਚਾਹੁੰਦੇ ਹੋ ਜੀ, ਕਨੇਡਾ ਤੋਂ ਪਰਦੇਸੀ ਟੀ ਵੀ ਸੁਣਨ ਦੇ ਲਈ ਨੰਬਰ ਹੈ ਜੀ 1-867-675-1507, 1-867-675-1507 ਦੇ ਉੱਤੇ ਡਾਇਲ ਕਰਕੇ ਤੁਸੀਂ ਪਰਦੇਸੀ ਟੀ ਵੀ ਨੂੰ ਲਾਈਵ ਸੁਣ ਸਕਦੇ ਹੋ। ਨਾਲ ਦੀ ਨਾਲ ਅਗਰ ਅਮੈਰੀਕਾ ਦੇ ਵਿੱਚ ਤੁਹਾਡੇ ਕੋਲ ਅਮੈਰੀਕਾ ਦਾ ਪਲਾਨ ਹੈ ਜੀ, ਅਮੈਰੀਕਾ ਤੋਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਜੀ 1-665-475-0075 ਦੇ ਡਾਇਲ ਕਰਕੇ ਸਾਡੇ ਨਾਲ ਜੁੜ ਸਕਦੇ। ਨਾਲ ਦੀ ਨਾਲ ਅਗਰ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਆਪਣੇ ਵਿਚਾਰ ਦੇਣਾ ਚਾਹੁੰਦੇ ਹੋ, ਸਾਡੇ ਮਹਿਮਾਨਾਂ ਦੇ ਨਾਲ ਜੁੜਨਾ ਚਾਹੁੰਦੇ ਹੋ ਜੀ, ਨੰਬਰ ਹੈ ਜੀ ਸਟੂਡੀਓ ਕਾਲ ਕਰਨ ਦੇ ਲਈ 647-943-1313। ਅਗਰ ਤੁਸੀਂ ਟੈਕਸ ਕਰਕੇ ਆਪਣੇ ਵਿਚਾਰ ਸਾਡੇ 'ਤੇ ਕਹੋ ਤਾਂ ਵੀ ਜੀ 416-984-1313, 416-984-1313, ਨਾਲ ਦੀ ਨਾਲ 647-284-1313, ਇਹਨਾਂ ਕਿਸੇ ਵੀ ਨੰਬਰ ਦੇ ਉੱਤੇ ਸਾਨੂੰ ਟੈਕਸ ਕਰਕੇ ਆਪਣੇ ਵਿਚਾਰ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ। ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਇੱਕ ਸ਼ਬਦ ਦੇ ਨਾਲ। ਉਸ ਤੋਂ ਪਹਿਲਾਂ ਇੱਕ ਵਾਰ ਫਿਰ ਅਸੀਂ ਦੱਸ ਦਈਏ ਕਿ ਇਸ ਵੇਲੇ ਪਰਦੇਸੀ ਟੀ ਵੀ ਜਿਹੜਾ ਜੀ ਸਮਾਰਟ ਫੋਨ ਆਈਫੋਨ ਦੇ ਉੱਤੇ ਵੀ ਉਪਲਬਧ ਹੈ ਜੀ। ਫਰੀ ਆਪਣੀ ਐਪ ਡਾਊਨਲੋਡ ਕਰਕੇ ਤੁਸੀਂ ਪਰਦੇਸੀ ਟੀ ਵੀ ਦੀ ਸਟ੍ਰੀਮ ਨੂੰ ਦਾ ਆਨੰਦ ਮਾਣ ਸਕਦੇ ਹੋ। ਪਰਦੇਸੀ ਟੀ ਵੀ ਇਸ ਵੇਲੇ ਨੌਰਥ ਅਮੈਰੀਕਾ ਦੇ ਵਿੱਚ ਲਾਈਵ ਚੱਲ ਰਿਹਾ ਜੀ, ਪਰ 24 ਘੰਟੇ ਸੱਤੋ ਦਿਨ ਤੁਹਾਡੇ ਅੰਗ ਸੰਗ ਪਰਦੇਸੀ ਟੀ ਵੀ ਦੀ ਟੀਮ ਹੈ ਜੀ, ਪੂਰੇ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਜੀ। ਅਤੇ ਨਾਲ ਦੀ ਨਾਲ ਈਮੇਲ ਵੀ ਕਰ ਸਕਦੇ ਹੋ ਜੀ, ਈਮੇਲ ਹੈ ਜੀ info@pardesi.ca, ਅਤੇ ਵੈਬਸਾਈਟ ਹੈ www.pardesi.ca 'ਤੇ ਜਾ ਕੇ ਤੁਸੀਂ ਸਾਡੇ ਵੈਬਸਾਈਟ 'ਤੇ ਜਾ ਕੇ ਵੀ ਆਪਣੇ ਵਿਚਾਰ ਦੇ ਸਕਦੇ ਹੋ। ਨਾਲ ਦੀ ਨਾਲ ਫੇਸਬੁੱਕ ਪੇਜ ਵੀ ਤੁਸੀਂ ਲਾਈਕ ਕਰ ਸਕਦੇ ਹੋ, ਉਹਦੇ ਉੱਤੇ ਵੀ ਸਾਡੇ ਪ੍ਰੋਗਰਾਮਾਂ ਦੀ ਡਿਟੇਲ ਹੁੰਦੀ ਹੈ। ਲਓ ਜੀ ਸਭ ਤੋਂ ਪਹਿਲਾਂ ਉਸ ਪਰਮਾਤਮਾ ਵਾਹਿਗੁਰੂ ਦਾ ਨਾਮ ਲਈਏ ਜੀ, ਜੁੜਦੇ ਹਾਂ ਜੀ ਇੱਕ ਸ਼ਬਦ ਤੋਂ ਬਾਅਦ, ਜੁੜੇ ਰਹੋ ਜੀ ਪਰਦੇਸੀ ਟੀ ਵੀ ਦੇ ਨਾਲ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਸੋ ਸਤਿਗੁਰ ਪਿਆਰਾ ਕਿੱਥੇ ਮੈਨੂੰ ਲੈ ਛੱਡਾ।
ਜਿਸ ਗੁਰ ਕੋ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਜਿਸ ਗੁਰ ਕੋ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫਾਊਂਡੇਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਲਾਨਾ 12ਵਾਂ ਅੰਤਰਰਾਸ਼ਟਰੀ ਕਲਾਸੀਕਲ ਕੀਰਤਨ ਕੰਪੀਟੀਸ਼ਨ 9 ਅਪ੍ਰੈਲ ਦਿਨ ਐਤਵਾਰ ਨੂੰ ਮਾਲਟਨ ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਵਾਸਤੇ ਸਕਰੀਨ 'ਤੇ ਦਿੱਤੇ ਹੋਏ ਨੰਬਰ ਅਤੇ ਵੈਬਸਾਈਟ www.kirtankompetition.org 'ਤੇ ਵਿਜ਼ਿਟ ਕਰੋ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਕੈਨੇਡਾ ਦੇ ਵਿੱਚ ਇੱਕ ਘਰ ਲੈਣਾ ਸਾਰਿਆਂ ਨਾਲੋਂ ਵੱਡੀ ਇਨਵੈਸਟਮੈਂਟ ਹੈਗੀ ਆ। ਜੇ ਤੁਸੀਂ ਸਹੀ ਅਤੇ ਭਰੋਸੇਮੰਦ ਸਰਵਿਸ ਲੈਣਾ ਚਾਹੁੰਦੇ ਹੋ, ਤੁਸੀਂ ਮੇਰੇ ਨਾਲ ਅਭਿਜੀਤ ਸੱਪਲ ਨਾਲ ਸੰਪਰਕ ਕਰ ਸਕਦੇ ਹੋ। 416-624-8080 416-624-8080 ਉੱਤੇ ਮੈਨੂੰ ਕਾਲ ਕਰ ਸਕਦੇ। Logistics and Simrit Gill and Trans 99 presents Sufi Queens Noora Sisters Allahu Daya Jaya Ulle Ni Fakir Di Saturday 25th March at 7 PM Ulle Naam Rab Ka Naam Zaiga Ali 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 AU The Meeting House Oakville Ontario Hai Yaar Da Diwana Mera Yaar Ki Khuda For more information Call Preet Kiran Gill 226-500-6401 Harman 647-970-5503 Vaheguru Ji Ka Khalsa, Vaheguru Ji Ki Fateh ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫਾਊਂਡੇਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਲਾਨਾ 12ਵਾਂ ਅੰਤਰਰਾਸ਼ਟਰੀ ਕਲਾਸੀਕਲ ਕੀਰਤਨ ਕੰਪੀਟੀਸ਼ਨ 9 ਅਪ੍ਰੈਲ ਦਿਨ ਐਤਵਾਰ ਨੂੰ ਮਾਲਟਨ ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਵਾਸਤੇ ਸਕਰੀਨ 'ਤੇ ਦਿੱਤੇ ਹੋਏ ਨੰਬਰ ਅਤੇ ਵੈਬਸਾਈਟ www.kirtankompetition.org 'ਤੇ ਵਿਜ਼ਿਟ ਕਰੋ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਕੈਨੇਡਾ ਦੇ ਵਿੱਚ ਇੱਕ ਘਰ ਲੈਣਾ ਸਾਰਿਆਂ ਨਾਲੋਂ ਵੱਡੀ ਇਨਵੈਸਟਮੈਂਟ ਹੈਗੀ ਆ। ਜੇ ਤੁਸੀਂ ਸਹੀ ਅਤੇ ਭਰੋਸੇਮੰਦ ਸਰਵਿਸ ਲੈਣਾ ਚਾਹੁੰਦੇ ਹੋ, ਤੁਸੀਂ ਮੇਰੇ ਨਾਲ ਅਭਿਜੀਤ ਸੱਪਲ ਨਾਲ ਸੰਪਰਕ ਕਰ ਸਕਦੇ ਹੋ। 416-624-8080 416-624-8080 ਉੱਤੇ ਮੈਨੂੰ ਕਾਲ ਕਰ ਸਕਦੇ। ਸਵਾਗਤ ਹੈ ਜੀ ਇੱਕ ਵਾਰ ਫਿਰ ਪਰਦੇਸੀ ਟੀ ਵੀ ਦੇ ਵਿੱਚ। ਮੈਂ ਤੁਹਾਡਾ ਹੋਸਟ ਅਤੇ ਦੋਸਤ ਬਿਕਰਮਜੀਤ ਸਿੰਘ ਕਲੇਰ ਇਸ ਵੇਲੇ ਸਟੂਡੀਓ ਤੋਂ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਕੋਸ਼ਿਸ਼ ਕਰਾਂਗੇ ਕਿ ਅੱਜ ਦਾ ਪ੍ਰੋਗਰਾਮ ਨੂੰ
ਬਿਹਤਰ ਬਣਾਈਏ ਕਿ ਇੱਕ ਮਹਿਮਾਨ ਵੀ ਸਾਡੇ ਹੋਣਗੇ, ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇਣਗੇ, ਉਹ ਆਪਣੇ ਵੀ ਦਿਲ ਦੀਆਂ ਗੱਲਾਂ ਤੁਹਾਡੇ ਤੱਕ ਰੱਖਣਗੇ। ਕੋਸ਼ਿਸ਼ ਕਰਾਂਗੇ ਕਿ ਅਸੀਂ ਪਰਦੇਸੀ ਟੀਵੀ ਦੇ ਜਿੰਨੇ ਵੀ ਸਰੋਤੇ ਹਨ ਉਹਨਾਂ ਦੀਆਂ ਕਾਲਾਂ ਲੈ ਕੇ ਉਹਨਾਂ ਦੇ ਜਿਹੜੇ ਕੁਐਸਚਨ ਆ ਉਹਨਾਂ ਦਾ ਜਵਾਬ ਲੈ ਸਕੀਏ। ਨਾਲ ਦੀ ਨਾਲ ਮੈਨੂੰ ਟੈਕਸ ਆ ਰਿਹਾ ਜੀ, ਧੰਨਵਾਦ ਹੈ ਜੀ ਮੇਰੇ ਸਾਰੇ ਦੋਸਤਾਂ ਦਾ ਜਿਹੜੇ ਮੈਨੂੰ ਟੈਕਸ ਕਰ ਰਹੇ ਆ। ਕੋਸ਼ਿਸ਼ ਕਰਾਂਗੇ ਜਿਹੜੀ ਵੀ ਸਾਡੇ ਤੱਕ ਇਨਫੋਰਮੇਸ਼ਨ ਪਹੁੰਚਦੀ ਹੈ ਅਸੀਂ ਤੁਹਾਡੇ ਤੱਕ ਪਹੁੰਚਾਈਏ। ਚੋਣਾਂ 'ਤੇ ਵੀ ਗੱਲ ਕਰਾਂਗੇ, ਜਿਹੜੀਆਂ ਪਿੱਛੇ ਚੋਣਾਂ ਹੋ ਕੇ ਆਈਆਂ, ਇਹ ਵੀ ਵੀ ਮਸ਼ੀਨਾਂ ਦੀਆਂ ਜਿਹੜੀ ਇਸ ਵੇਲੇ ਬਹੁਤ ਰੌਲਾ ਚੱਲ ਰਿਹਾ ਉਹਦੇ ਬਾਰੇ ਵੀ ਗੱਲ ਕਰਾਂਗੇ ਕਿ 2012 ਦੇ ਵਿੱਚ ਕਿਹਨਾਂ ਨੇ ਉਸ EVM ਮਸ਼ੀਨਾਂ ਦੇ ਉੱਤੇ ਇੱਕ ਇਸ਼ੂ ਉਠਾਇਆ ਸੀ। ਅੱਜ ਉਹੀ ਲੋਕ ਮਸ਼ੀਨਾਂ ਨੂੰ ਸਹੀ ਦੱਸ ਰਹੇ ਆ ਅਤੇ ਕਈ ਦੇਸ਼ ਭਗਤ ਜਿਹੜੇ ਲੋਕ ਆ ਉੱਥੇ ਦੇ ਉਹ ਕਹਿ ਰਿਹਾ ਕਿ ਅਗਰ EVM ਮਸ਼ੀਨਾਂ ਨਾ ਹੋਣਗੀਆਂ ਤਾਂ ਦੇਸ਼ ਇੰਡੀਆ ਪਿੱਛੇ ਚਲੇ ਜਾਵੇਗਾ। ਸੋਚਣ ਵਾਲੀ ਗੱਲ ਇਹ ਹੈ ਕਿ ਅਮੈਰੀਕਾ ਜਿਹੇ ਬਹੁਤ ਵੱਡੇ ਮੁਲਕ ਦੇ ਵਿੱਚ ਜਿੱਥੇ ਕਿ ਅੱਜ ਅਮੈਰੀਕਾ ਨੂੰ ਦੁਨੀਆ ਦਾ ਇੱਕ ਨੰਬਰ ਸਮਝਿਆ ਜਾਂਦਾ, ਉੱਥੇ ਵੀ ਬੈਲਟ ਪੇਪਰ ਯੂਜ ਕਰਕੇ ਹੀ ਵੋਟਾਂ ਪਈਆਂ ਜਾਂਦੀਆਂ। ਕਈ ਸਵਾਲ ਉੱਠਦੇ ਆ ਜੀ, ਸਾਰੇ ਸਵਾਲਾਂ ਦੇ ਉੱਤੇ ਅਸੀਂ ਡਿਸਕਸ਼ਨ ਕਰਾਂਗੇ, ਤੁਹਾਡੇ ਵੀ ਵਿਚਾਰ ਲਵਾਂਗੇ, ਕੁਐਸਚਨ ਲਵਾਂਗੇ। ਨਾਲ ਦੀ ਨਾਲ ਸਾਡੇ ਮਹਿਮਾਨ ਜਿਹੜੇ ਇੰਡੀਆ ਤੋਂ ਹੋਣਗੇ ਉਹਨਾਂ ਤੋਂ ਵੀ ਗੱਲਾਂ ਬਾਤਾਂ ਕਰਾਂਗੇ, ਉਹਨਾਂ ਦੇ ਵੀ ਦਿਲ ਦੀਆਂ ਭਾਵਨਾਵਾਂ ਦਾ ਜੋ ਵੀ ਉਹਨਾਂ ਦੇ ਮਨ ਦੇ ਵਿੱਚ ਉਹ ਵੀ ਗੱਲਬਾਤ ਕਰਾਂਗੇ। ਨਾਲ ਦੀ ਨਾਲ ਅਸੀਂ ਇੱਕ ਵਾਰ ਫਿਰ ਦੱਸ ਦਈਏ, ਅਗਰ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਜੀ, ਨੰਬਰ ਹੈ ਜੀ ਪਰਦੇਸੀ ਟੀਵੀ ਦੇ ਸਟੂਡੀਓ ਦਾ ਲਾਈਵ ਇਸ ਵੇਲੇ ਚੱਲ ਰਿਹਾ ਜੀ, 647-9131313 'ਤੇ ਕਾਲ ਕਰਕੇ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ, ਆਪਣੇ ਵਿਚਾਰ ਦੇ ਸਕਦੇ ਹੋ। ਪ੍ਰੋਗਰਾਮ ਤੋਂ ਬਾਅਦ ਮੇਰਾ ਨੰਬਰ ਹੈ ਜੀ 416-9884-1313 'ਤੇ ਕਾਲ ਕਰਕੇ ਪ੍ਰੋਗਰਾਮ ਪ੍ਰਤੀ ਸਾਡੇ ਊਣਤਾਈਆਂ ਦੱਸ ਸਕਦੇ ਹੋ। ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਜੋ ਵੀ ਤੁਸੀਂ ਸਾਨੂੰ ਵਿਚਾਰ ਦਿੰਦੇ ਹੋ ਉਹਦੇ ਉੱਤੇ ਪੂਰਾ ਉਤਰਨ ਦੇ ਲਈ ਜੋ ਵੀ ਸਾਡੀਆਂ ਕ੍ਰਿਤੀਆਂ ਉਹਨੂੰ ਅਸੀਂ ਨੈਕਸਟ ਪ੍ਰੋਗਰਾਮਾਂ ਦੇ ਵਿੱਚ ਸੁਧਾਰ ਕੇ ਤੁਹਾਡੇ ਕਚਹਿਰੀ ਵਿੱਚ ਫਿਰ ਦੁਬਾਰਾ ਪੇਸ਼ ਹੋਈਏ। ਅਤੇ ਨਾਲ ਦੀ ਨਾਲ ਇੱਕ ਵਾਰ ਫਿਰ ਜੀ ਪੂਰੀ ਪਰਦੇਸੀ ਟੀਵੀ ਦੀ ਇਨਫੋਰਮੇਸ਼ਨ ਦੇ ਦਈਏ। ਇਹ ਗਾਣੇ ਤੋਂ ਜਾਣ ਤੋਂ ਪਹਿਲਾਂ ਜੀ ਇਨਫੋਰਮੇਸ਼ਨ ਦੇਣੀ ਮੇਰੇ ਲਈ ਜ਼ਰੂਰੀ ਹੈ ਕਿਉਂਕਿ ਪਰਦੇਸੀ ਟੀਵੀ ਇਸ ਵੇਲੇ ਪਰਦੇਸਾਂ ਦੇ ਵਿੱਚ ਵੱਸਦੇ ਪੰਜਾਬੀਆਂ ਦੇ ਲਈ ਬਹੁਤ ਇੱਕ ਉਹ ਜ਼ਰੀਆ ਹੈ ਜੋ ਆਪਣੀ ਭਾਸ਼ਾ ਦੇ ਨਾਲ, ਆਪਣੇ ਦੇਸ਼ ਦੇ ਨਾਲ, ਆਪਣੇ ਵਤਨ ਦੇ ਨਾਲ ਜੋੜਨ ਦੀ ਇੱਕ ਕੜੀ ਦਾ ਕੰਮ ਕਰ ਰਿਹਾ, ਕੋਸ਼ਿਸ਼ ਕਰ ਰਹੇ ਹਾਂ। ਲੇਕਿਨ ਪ੍ਰਾਪਤੀਆਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਹੋਣਗੀਆਂ, ਕੋਸ਼ਿਸ਼ ਸਾਡੀ ਹਮੇਸ਼ਾ ਜਾਰੀ ਰਹੇਗੀ। ਅਤੇ ਪਰਦੇਸੀ ਟੀਵੀ ਨੂੰ ਅਗਰ ਤੁਸੀਂ ਕਿਸੇ ਵੀ ਸਮਾਰਟ ਫੋਨ, ਤੁਹਾਡੇ ਕੋਲ ਆਈਫੋਨ ਹੈ, ਕੋਈ ਵੀ ਹੈ ਜੀ, ਉਹ ਫ੍ਰੀ ਐਪ ਡਾਊਨਲੋਡ ਕਰ ਸਕਦੇ ਹੋ ਜੀ। ਪਲੇ ਸਟੋਰ 'ਤੇ ਜਾ ਕੇ ਜਾਂ ਐਪਲ ਦੇ ਪਲੇ ਸਟੋਰ 'ਤੇ ਜਾ ਕੇ ਤੁਸੀਂ ਪਰਦੇਸੀ ਟੀਵੀ ਦਾ ਜਿਹੜਾ ਐਪ ਆ ਫ੍ਰੀ ਲਾਈਵ ਚੱਲਦਾ ਜਿਹੜਾ ਇਸ ਵੇਲੇ, ਉਹਨੂੰ ਡਾਊਨਲੋਡ ਕਰਕੇ 24 ਘੰਟੇ ਸੱਤੋ ਦਿਨ ਪਰਦੇਸੀ ਟੀਵੀ ਦੇ ਵੱਖ ਵੱਖ ਪ੍ਰੋਗਰਾਮਾਂ ਦੇ ਨਾਲ ਜੁੜ ਸਕਦੇ ਹੋ। ਮੈਂ ਬਿਕਰਮਜੀਤ ਸਿੰਘ ਸਟੂਡੀਓ ਤੋਂ ਐਵਰੀ ਸਨਿਚਰਵਾਰ ਪ੍ਰੋਗਰਾਮ ਲੈ ਕੇ ਕਿਸੇ ਨਾ ਕਿਸੇ ਸੈਲੀਬ੍ਰਿਟੀ ਦੇ ਜਿਹੜੇ ਕਿ ਇੰਡੀਆ ਤੋਂ ਸਾਡੇ ਨਾਲ ਜੁੜਦੇ ਹਨ, ਹਰੇਕ ਸਨਿਚਰਵਾਰ ਟੋਰਾਂਟੋ ਟਾਈਮ ਦੇ 9 ਤੋਂ ਲੈ ਕੇ 10:30 ਵਜੇ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਲਿਆ ਕੇ ਤੁਹਾਡੀ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇ ਅਤੇ ਨਾਲ ਦੀ ਨਾਲ ਉਹਨਾਂ ਤੋਂ ਗੱਲਾਂ ਬਾਤਾਂ ਪੰਜਾਬ ਦੇ ਬਾਰੇ ਪੁੱਛੀਆਂ ਜਾਣ, ਕਿਉਂਕਿ ਮੇਰਾ ਪੰਜਾਬ ਨਹੀਂ ਤੁਹਾਡਾ ਸਾਰਿਆਂ ਦਾ ਪੰਜਾਬ, ਪਰਦੇਸੀ ਦੇ ਸਰੋਤਿਆਂ ਦਾ ਪੰਜਾਬ ਹੈ, ਕਿਉਂਕਿ ਜਿਹੜੇ ਪ੍ਰਦੇਸਾਂ ਦੇ ਵਿੱਚ ਪੰਜਾਬੀ ਵੱਸਦੇ ਆ ਉਹ ਜਿਸਮਾਨੀ ਤੌਰ 'ਤੇ ਜ਼ਰੂਰ ਇੱਥੇ ਵੱਸਦੇ ਹਨ, ਲੇਕਿਨ ਉਹਨਾਂ ਦਾ ਦਿਲ, ਉਹਨਾਂ ਦਾ ਆਤਮਾਵਾਂ ਜਿਹੜੇ ਕਿ ਦਿਲੋਂ ਉਹਨਾਂ ਦੇ ਉੱਥੇ ਪੰਜਾਬ ਦੇ ਵਿੱਚ ਵੱਸਦੇ ਆ, ਪੰਜਾਬ ਦੇ ਨਾਲ ਦੁੱਖ ਹੈ, ਤਾਂ ਹੀ ਤਾਂ ਇੱਕ ਲਹਿਰ ਉੱਠੀ ਸੀ ਪੰਜਾਬ ਦੇ ਅੰਦਰ ਕਿ ਮੇਰਾ ਖਿਆਲ ਹੈ ਪੰਜਾਬ ਦੀ ਜਿੰਨੇ ਵੀ ਲੋਕ ਹੈ ਉਹ ਤੋਂ ਜ਼ਿਆਦਾ ਬਹੁਤ ਲੋਕ ਜਿਹੜੇ ਬਾਹਰੋਂ ਗਏ ਸੀਗੇ ਇੱਕ ਲਹਿਰ ਨੂੰ, ਪੰਜਾਬ ਨੂੰ ਅੱਗੇ ਵਾਧਾ ਫੁੱਲਦਾ ਦੇਖਣ ਦੇ ਲਈ। ਖੈਰ ਇਹ ਗੱਲਾਂ ਬਾਅਦ ਵਿੱਚ ਜ਼ਰੂਰ ਕਰਾਂਗੇ। ਅਤੇ ਲਓ ਜੀ, ਅਗਰ ਤੁਸੀਂ ਪਰਦੇਸੀ ਨੂੰ ਫੋਨ ਦੇ ਜ਼ਰੀਏ ਸੁਣਨਾ ਚਾਹੁੰਦੇ ਜੀ, ਨੰਬਰ ਹੈ ਜੀ 1-800-775-1507 ਕੈਨੇਡਾ ਤੋਂ ਫੋਨ ਡਾਇਲ ਕਰਕੇ ਤੁਸੀਂ ਪਰਦੇਸੀ ਟੀਵੀ ਦੇ ਨਾਲ ਜੁੜ ਸਕਦੇ ਹੋ। 1-867-675-1507 ਦੇ ਉੱਤੇ ਤੁਸੀਂ ਡਾਇਲ ਕਰਕੇ ਪ੍ਰੋਗਰਾਮ ਦੇ ਨਾਲ ਲਾਈਵ ਜੁੜ ਸਕਦੇ ਹੋ ਜੀ। USA ਦੇ ਉੱਤੋਂ ਨੰਬਰ ਸੁਣਨ ਦੇ ਲਈ 6054-75-1075 'ਤੇ ਤੁਸੀਂ ਡਾਇਲ ਕਰਕੇ ਸਾਡੇ ਪ੍ਰੋਗਰਾਮ ਦਾ ਲਾਈਵ ਆਨੰਦ ਮਾਣ ਸਕਦੇ ਹੋ। ਸਾਨੂੰ ਇੱਕ ਫਰਮਾਇਸ਼ ਆਈ ਸੀ ਜੀ ਪਿੱਛੇ, ਤੁਸੀਂ ਸਾਰੇ ਵੀਕ ਦੇ ਵਿੱਚ ਤੁਸੀਂ ਮੈਨੂੰ ਟੈਕਸ ਕਰਕੇ ਆਪਣੀਆਂ ਫਰਮਾਇਸ਼ਾਂ ਲਿਖਾਉਂਦੇ ਹੋ, ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੀਆਂ ਅਸੀਂ ਸਾਰੀਆਂ ਫਰਮਾਇਸ਼ਾਂ ਪੂਰੀਆਂ ਕਰੀਏ। ਅਤੇ ਇੱਕ ਫਰਮਾਇਸ਼ ਆਈ, ਉਹ ਫਰਮਾਇਸ਼ 'ਤੇ ਸੁਣਾਉਣ ਤੋਂ ਪਹਿਲਾਂ ਮੈਂ ਇੱਕ ਗੱਲ ਕਰਨੀ ਚਾਹੁੰਦਾ, ਇੱਕ ਗਾਣਾ ਨਹੀਂ ਇੱਕ ਹਕੀਕਤ ਹੈ ਕਿ ਸੋਚਣ ਵਾਲੀ ਗੱਲ ਹੈ। 60-70 ਸਾਲ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਉਸ ਦੇਸ਼ ਦੇ ਲਈ ਸ਼ਹੀਦੀਆਂ ਦਿੱਤੀਆਂ, ਕੁਰਬਾਨੀਆਂ ਕੀਤੀਆਂ ਕਿ ਅਸੀਂ
ਉਹਨਾਂ ਦੀਆਂ ਕੁਰਬਾਨੀਆਂ ਦੇ ਪੂਰਾ ਪਹਿਰਾ ਦੇ ਦੇ ਰਹੇ ਹਾਂ, ਜਾਂ ਸਾਡੇ ਲੀਡਰ ਜਿਹੜੇ 60-70 ਸਾਲਾਂ ਤੋਂ ਵਾਰੋ ਵਾਰੀ ਰਾਜ ਕਰਦੇ ਆ, ਕੀ ਉਹ ਉਹਨਾਂ ਦੇਸ਼ ਭਗਤਾਂ ਦੇ ਨਾਂ ਵੇਚ ਕੇ, ਉਹਨਾਂ ਦੀਆਂ ਕੁਰਬਾਨੀਆਂ ਵੇਚ ਕੇ ਆਪਣੇ ਬੱਚਿਆਂ ਦੇ ਲਈ, ਆਪਣੀ ਪੀੜ੍ਹੀਆਂ ਦੇ ਲਈ ਪੈਸਾ ਇਕੱਠਾ ਨਹੀਂ ਕਰ ਰਹੇ? ਸੋਚਣ ਵਾਲੀ ਗੱਲ ਹੈ, ਇੱਕ ਸਵਾਲ ਹੈ ਜੀ ਇਹ। ਮੈਂ ਤਾਂ ਮੈਨੂੰ ਇੱਕ ਕਿਸੇ ਮੇਰੇ ਵੀਰ ਨੇ ਖਾਸ ਫਰਮਾਇਸ਼ ਕਰਕੇ, ਮੈਨੂੰ ਟੈਕਸ ਕਰਕੇ ਕਿਹਾ ਸੀ ਵੀ ਭਾਈ ਆਹ ਗਾਣਾ ਜ਼ਰੂਰ ਚਲਾਇਓ, ਪਰਦੇਸੀ ਦੀ ਕਚਹਿਰੀ ਦੇ ਵਿੱਚ ਲੋਕਾਂ ਦੇ ਅੱਗੇ ਲੈ ਕੇ ਆਇਓ, ਕਿ ਇਹੋ ਜਿਹੇ ਗਾਣੇ ਸਾਨੂੰ ਚਾਹੀਦੇ ਆ ਸੁਣਨੇ, ਜਾਂ ਫਿਰ ਧੂਮ ਧੜੱਕੇ ਵਾਲੇ ਜਿਹੜੇ ਕਿ ਇੱਕ ਬੇਹੋਦਾ ਕਲਚਰ ਨੂੰ ਪ੍ਰਮੋਟ ਕਰ ਰਹੇ ਆ। ਲਓ ਜੀ ਇੱਕ ਪੇਸ਼ ਹੈ ਪੰਜਾਬੀ ਦਾ, ਇਹ ਪਿਆਰਾ ਜਿਹਾ ਗੀਤ ਆ, ਸੋਚਣਾ ਜ਼ਰੂਰ, ਤੁਸੀਂ ਜੁੜਨਾ ਜੀ ਪਰਦੇਸੀ ਦੀ ਨਾਲ, ਅਸੀਂ ਹੁਣੇ ਗਏ ਅਤੇ ਹੁਣੇ ਜਾਣਾ ਨਹੀਂ ਕਿਤੇ ਜੀ। ਉਹ ਕੀ ਗੱਲ ਮੁੰਡਿਓ, ਤੁਸੀਂ ਆਜ਼ਾਦੀ ਦਿਵਸ ਦੀਆਂ ਤਿਆਰੀਆਂ ਨਹੀਂ ਕਰ ਰਹੇ? ਉਹ ਕਿਹੜੀ ਆਜ਼ਾਦੀ ਬਾਪੂ ਜੀ, ਅੱਜ ਵੀ ਅਸੀਂ ਉੱਥੇ ਖੜੇ ਹਾਂ ਜਿੱਥੇ ਅੰਗਰੇਜ਼ ਸਾਨੂੰ ਛੱਡ ਕੇ ਗਏ ਸੀ। ਨਹੀਂ ਉਹ ਕਾਕਾ, ਜੇ ਤੁਹਾਡੇ ਮੁਤਾਬਕ ਭਗਤ ਸਿੰਘ, ਰਾਜਗੁਰੂ, ਸਾਖਾ ਸਿੰਘ, ਕਰਤਾਰ ਸਿੰਘ ਸਰਾਭਾ ਤੇ ਊਧਮ ਸਿੰਘ ਨੇ ਵੀ ਇਹੀ ਸੋਚਿਆ ਹੁੰਦਾ, ਫਿਰ ਸੋਚੋ ਤੁਸੀਂ ਕਿੱਥੇ ਖੜੇ ਹੁੰਦੇ। ਕਈ ਵਾਰ ਸੋਚ ਕੇ ਸੁੱਖ ਹੁੰਦਾ, ਵੱਡ ਪਈ ਤੇ ਖੂਨ ਖਰਾਬਿਆਂ ਨੂੰ, ਅਸੀਂ ਸਸਤੇ ਵਿੱਚ ਗਵਾ ਬੈਠੇ। ਭਗਤ ਸਿੰਘ ਕਰਤਾਰ ਸੁਰਾਬਿਆਂ ਨੂੰ, ਊਧਮ ਸਿੰਘ ਜੈ ਸ਼ੇਰ ਨਹੀਂ ਮੁੜ ਆਉਣੇ, ਸੁਖਿਆ ਲੱਭਾ ਸੁਖਿਆ ਲੱਭਾਂਗੇ ਗਦਰੀ ਬਾਬਿਆਂ। ਅੱਜ ਤੱਕ ਸਾਨੂੰ ਸਾਡੇ ਹੀ ਦੇਸ਼ ਵਿੱਚ ਸਿੱਖ, ਹਿੰਦੂ, ਮੁਸਲਮਾਨ, ਈਸਾਈ ਕਿਹਾ ਜਾਂਦਾ ਹੈ, ਆਖਿਰ ਕਦੋਂ ਸਾਨੂੰ ਸਾਰਿਆਂ ਨੂੰ ਇੱਕ ਭਾਰਤੀ ਕਿਹਾ ਜਾਏਗਾ? ਕਿਉਂ ਅੰਗਰੇਜ਼ਾਂ ਨਾਲ ਲੜਦੇ ਰਹੇ, ਹੱਸ ਹੱਸ ਕੇ ਫਾਂਸੀ ਚੜ੍ਹਦੇ ਰਹੇ? ਹੁਣ ਪੁੱਛਦੇ ਨੇ ਜਿਹੜੇ ਉਹਦਾ ਕੀ ਆਬਾਦੀ ਚੋ, ਕੀ ਲੈਣਾ ਸੀ ਬਾਪੂ ਇਹੋ ਜਿਹੀ ਆਜ਼ਾਦੀ ਤੋਂ? ਆਪਾਂ ਕੀ ਲੈਣਾ ਸੀ ਬਾਪੂ ਇਹੋ ਜਿਹੀ ਆਜ਼ਾਦੀ ਤੋਂ? ਮੁਸਲਮਾਨ ਨਾ ਬਣਦਾ, ਸੱਚ ਜਾਣਾ ਸੀ ਸੰਨ 47 ਦੀ ਬਰਬਾਦੀ ਤੋਂ, ਕੀ ਲੈਣਾ ਸੀ ਬਾਪੂ ਇਹੋ ਜਿਹੀ ਆਜ਼ਾਦੀ ਤੋਂ? ਆਪਾਂ ਕੀ ਲੈਣਾ ਸੀ ਬਾਪੂ ਇਹੋ ਜਿਹੀ ਆਜ਼ਾਦੀ ਤੋਂ? ਸੁਲਤਾਨ ਚ ਰਹਿਣ ਦਾ ਮਜ਼ਾ ਨਹੀਂ, 26 ਸਾਲ ਗੁਜ਼ਰ ਗਏ ਹੁੰਦੀ ਖੇ ਖਰਾਬੀ ਤੋਂ, ਕੀ ਲੈਣਾ ਸੀ ਬਾਪੂ ਇਹੋ ਜਿਹੀ ਆਜ਼ਾਦੀ ਤੋਂ? ਆਪਾਂ ਕੀ ਲੈਣਾ ਸੀ ਬਾਪੂ ਇਹੋ ਜਿਹੀ ਆਜ਼ਾਦੀ ਤੋਂ? ਮੈਂ ਜਾਣਦਾ ਤੁਸੀਂ ਠੀਕ ਕਹਿ ਰਹੇ ਹੋ, ਪਰ ਜੇ ਤੁਹਾਡੇ ਵਰਗੀ ਨੌਜਵਾਨ ਪੀੜ੍ਹੀ ਇਸੇ ਤਰ੍ਹਾਂ ਸੋਚ ਰਹੀ ਫਿਰ ਅਸੀਂ ਕਦੇ ਵੀ ਆਜ਼ਾਦ ਨਹੀਂ ਹੋ ਸਕਦੇ। 36 ਵਾਲੇ ਸੁਖਿਆ ਗੱਲਾਂ ਝੂਠ ਤੈ ਕਰੀਆਂ ਨਾ, ਗਾਂਧੀ ਨਹਿਰੂ ਵਰਗਿਆਂ ਤੇ ਕਿਉਂ ਡਾਂਗਾਂ ਭਰੀਆਂ ਨਾ? ਜਾ ਕੇ ਹਰ
कोई पूछ लो अपने दादा दादी तो की लेना सी बापू एहो जई आजादी तो आपा की लेना सी बापू एहो जई आजादी तो ਆਈ ਪੱਤਝੜ ਤਾਂ ਫੇਕੀ ਹੋਇਆ ਜੇ ਆਈ ਪੱਤਝੜ ਤੇ ਫੇਕੀ ਹੋਇਆ ਤੂੰ ਅਗਲੀ ਰੁੱਤ ਦਾ ਤੂੰ ਅਗਲੀ ਰੁੱਤ ਤੇ ਯਕੀਨ ਰੱਖੀ ਜੇ ਆਈ ਪੱਤਝੜ ਤੇ ਫੇਕੀ ਹੋਏ ਤੂੰ ਅਗਲੀ ਰੁੱਤ ਤੇ ਯਕੀਨ ਰੱਖੀ ਮੈਂ ਲੱਭ ਕੇ ਲਿਆਵਾਂ ਮੈਂ ਲੱਭ ਕੇ ਲਿਆਵਾਂ ਕਿ ਤੂੰ ਕਲਮਾਂ ਤੂੰ ਫੁੱਲਾਂ ਜੋਗੀ ਜਮੀਨ ਜ਼ਮੀਨ ਰੱਖੀ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਪਾਤਰ ਸਾਹਿਬ ਦੀਆਂ ਇਹਨਾਂ ਲਾਈਨਾਂ ਦੇ ਨਾਲ ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ ਪਰਦੇਸੀ ਟੀ ਵੀ ਦੇ ਵਿੱਚ ਮੈਂ ਬਿਕਰਮਜੀਤ ਸਿੰਘ ਕਲੇਰ ਇਸ ਵੇਲੇ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਆਸ ਕਰਦੇ ਹਾਂ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਨਾਲ ਜੁੜੇ ਹੋਵੋਗੇ ਆਨੰਦ ਮਾਣ ਰਹੇ ਹੋਵੋਗੇ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਤੁਹਾਡਾ ਮਨੋਰੰਜਨ ਕਰਨ ਦੇ ਨਾਲ ਦੀ ਨਾਲ ਤੁਹਾਡੀ ਇਨਫੋਰਮੇਸ਼ਨ ਦੇ ਲਈ ਜਿੰਨੀ ਵੀ ਸਾਡੇ ਕੋਲ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਮੇਰੇ ਨਾਲ ਇਸ ਵੇਲੇ ਇੰਡੀਆ ਤੋਂ ਜੁੜ ਚੁੱਕੇ ਆ ਜੀ ਸਾਡੇ ਮਹਿਮਾਨ ਵੀ ਬੜੀ ਜਲਦੀ ਨਾਲ ਜੁੜਨਗੇ ਸਾਡੇ ਸਹਿਯੋਗੀ ਜੁੜ ਚੁੱਕੇ ਆ ਜੀ ਇਸ ਵੇਲੇ ਦਲਜੀਤ ਸਿੰਘ ਅਜਨੋਹਾ ਇਸ ਵੇਲੇ ਇੰਡੀਆ ਤੋਂ ਸਵਾਗਤ ਹੈ ਜੀ ਤੁਹਾਡਾ ਪਰਦੇਸੀ ਟੀਵੀ ਦੇ ਵਿੱਚ ਦਲਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਪਰਦੇਸੀ ਟੀਵੀ ਦਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਜੀ ਹਾਂ ਹਾਂਜੀ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਨਾਲ ਦੀ ਨਾਲ ਅਸੀਂ ਆਪਣੇ ਜਿਹੜੇ ਮਹਿਮਾਨ ਸਾਡੇ ਨਾਲ ਜੁੜਨਗੇ ਉਹਦੇ ਬਾਰੇ ਵੀ ਤੁਸੀਂ ਦੱਸੋਗੇ ਜਦ ਤੱਕ ਆਪਾਂ ਵੋਟਾਂ ਦੇ ਉੱਤੇ ਵੀ ਥੋੜ੍ਹੀ ਬਹੁਤ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਹਾਂ ਜਿਹੜੀ ਪਿੱਛੇ ਇਲੈਕਸ਼ਨ ਹੋਈ ਉਸ ਤੋਂ ਬਾਅਦ ਵੋਟਿੰਗ ਦੀ ਅਕਾਊਂਟਿੰਗ ਹੋਈ ਅਤੇ ਨਵੀਂ ਸਰਕਾਰ ਬਣੀ ਉਹਨੂੰ ਅਸੀਂ ਜੀ ਹਾਂ ਆਖਦੇ ਹਾਂ ਨਵੀਂ ਸਰਕਾਰ ਨੂੰ ਅਤੇ ਕੀ ਕਹਿਣਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਇਹ ਵੋਟਾਂ ਦੇ ਬਾਰੇ ਬਿਲਕੁਲ ਜੀ ਵੋਟਾਂ ਇਸ ਵਾਰ ਪੰਜਾਬ ਦੇ ਵਿੱਚ ਬਹੁਤ ਵਧੀਆ ਪਈਆਂ ਪਰ ਕਾਰਨ ਇਹ ਸੀ ਜੋ ਲੋਕ ਚਾਹੁੰਦੇ ਸੀਗੇ ਉਹ ਵੋਟਾਂ ਦੇ ਵਿੱਚ ਉਹ ਨਹੀਂ ਕਰ ਸਕੇ ਜਿਵੇਂ ਆਮ ਆਦਮੀ ਪਾਰਟੀ ਵਾਸਤੇ ਇੱਕ ਬਹੁਤ ਵੱਡਾ ਡਰਾਮਾ ਸੀਗਾ ਲੋਕਾਂ ਦੇ ਵਿੱਚ ਇੱਕ ਰੁਝਾਨ ਸੀਗਾ ਵੀ ਇਸ ਵਾਰ ਜਿਹੜੀ ਆ ਲੋਕ ਬਦਲ ਚਾਹੁੰਦੇ ਆ ਉਹ ਅਕਾਲੀ ਭਾਜਪਾ ਗਠਬੰਧਨ ਤੇ ਕਾਂਗਰਸ ਨੂੰ ਬਿਲਕੁਲ ਨਹੀਂ ਚਾਹੁੰਦੇ ਤੇ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਨਕਾਰਦੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੂਰੀ ਤਰ੍ਹਾਂ ਇੱਥੇ ਜੋਰ ਸੀਗਾ ਪਰ ਇਹਨਾਂ ਇਲੈਕਸ਼ਨ ਦੇ ਦੌਰਾਨ ਵੋਟਰ ਨੇ ਪੂਰੀ ਤਰ੍ਹਾਂ ਸਾਇਲੈਂਟ ਹੋ ਗਏ ਕੁਝ ਵੀ ਇਹ ਸਿੱਧੀ ਪਤਾ ਲੱਗ ਦਿੱਤਾ ਕਿ ਇਸ ਵਾਰੀ ਜਦੋਂ ਨਤੀਜੇ ਆਏ ਨਤੀਜੇ ਹੁਣ ਕਈ ਲੋਕਾਂ ਦੀ ਜਿਹੜੀ ਆਪਣੀ ਮਨਸਾ ਸੀ ਉਹ ਬਿਲਕੁਲ ਜ਼ਾਹਰ ਹੋਈ ਕਿ ਕਾਂਗਰਸ ਨੂੰ ਪੂਰੀ ਤਰ੍ਹਾਂ ਵੋਟਾਂ ਪਈਆਂ ਕਿ ਕਾਂਗਰਸ ਦੀ ਸਰਕਾਰ ਬਣੀ ਪਰ ਨਾਲ ਦੀ ਨਾਲ ਇਹ ਸਾਨੂੰ ਦੇਖਣ ਲਈ ਮਿਲਿਆ ਕਿ ਜਿਹੜਾ ਲੋਕ ਵੱਡੀ ਯੂਰਪ ਦੇ ਵਿੱਚੋਂ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚੋਂ ਵੱਖ ਵੱਖ ਤਰ੍ਹਾਂ ਦੇ ਲੋਕ ਇੱਥੇ ਆਏ ਉਹਨਾਂ ਨੇ ਆਮ ਆਦਮੀ ਪਾਰਟੀ ਨੇ ਸਪੋਰਟ ਕੀਤੀ ਦੂਜੀਆਂ ਪਾਰਟੀਆਂ ਦਾ ਡਟ ਕੇ ਵਿਰੋਧ ਕੀਤਾ ਸ਼ਰਿਆਮ ਵਿਰੋਧ ਕੀਤਾ ਪਰ ਉਹਨਾਂ ਦੇ ਨਾਲ ਵੀ ਕੁਛ ਇੱਥੇ ਕੋਈ ਏਡਾ ਮਤਲਬ ਇਸ ਤਰ੍ਹਾਂ ਦਾ ਕੋਈ ਫਾਇਦਾ ਨਹੀਂ ਹੋਇਆ ਕਿ ਲੋਕਾਂ ਨੂੰ ਜੋਰ ਚਾਹੁੰਦੇ ਸਨ ਉਹ ਲੋਕਾਂ ਦੇ ਵਿੱਚ ਇੱਥੇ ਨਹੀਂ ਹੋਇਆ ਦੂਸਰੀ ਗੱਲ ਇਲੈਕਸ਼ਨ ਹੋਣ ਦੇ ਨਾਲ ਨਾਲ ਇੱਥੇ ਜਿਹੜਾ ਇਲੈਕਸ਼ਨ ਦੇ ਨਤੀਜੇ ਆਏ ਆ ਲੋਕਾਂ ਨੇ ਉਹਨਾਂ ਨੂੰ ਖੜੇ ਮੱਥੇ ਪ੍ਰਵਾਨ ਕੀਤਾ ਤੇ ਪ੍ਰਵਾਨ ਕਰਨ ਤੋਂ ਬਾਅਦ ਜਿਹੜੇ ਹੁਣ ਮੰਤਰੀ ਬਣੇ ਆ ਜਿਹੜੇ ਕਾਂਗਰਸ ਨੇ ਬਣਾਏ ਆਪਣੇ ਜੋ ਉਹਨੂੰ ਕਾਰਵਾਈ ਕਰ ਰਹੇ ਲੋਕ ਉਹ ਤੋਂ ਖੁਸ਼ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਆ ਕਰ ਰਹੀ ਹੈ ਸਰਕਾਰ ਇਹਦੇ ਬਾਰੇ ਤਾਂ ਅਸੀਂ ਸਮੇਂ ਦੇਖਾਂਗੇ ਬਿਲਕੁਲ ਜੀ ਬਿਲਕੁਲ ਸਹੀ ਆ ਜਿਹੜੇ ਸਰਦਾਰ ਕ
ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਵਜ਼ਾਰਤ ਦੇ ਵਿੱਚ ਮੰਤਰੀ ਬਣੇ ਆ, ਬਹੁਤ ਹੀ ਵਧੀਆ ਸੰਵਿਧਾਨ, ਬਹੁਤ ਵਧੀਆ ਕੈਪਟਨ ਸਾਹਿਬ ਦੀ ਇਹ ਸਟੈਫ ਨੂੰ ਅਸੀਂ ਕਹਾਂਗੇ। ਇਹਦੇ ਉੱਤੇ ਵੀ ਆਪਾਂ ਗੱਲਬਾਤ ਨਾਲ ਦੀ ਨਾਲ ਕਰਾਂਗੇ, ਕਿਉਂਕਿ ਮਨਪ੍ਰੀਤ ਬਾਦਲ ਸਾਹਿਬ ਉਹਨਾਂ ਨੇ ਜਿਹੜਾ ਕਿ ਪਿੱਛੇ ਹੁਣੇ ਹੁਣੇ ਇੱਕ ਐਲਾਨ ਕੀਤਾ ਵੀ ਮੈਂ ਸਰਕਾਰੀ ਗੱਡੀ ਨਹੀਂ ਲਵਾਂਗੇ, ਮੈਂ ਆਪਣੀ ਗੱਡੀ ਰੱਖਾਂਗਾ, ਲਾਲ ਬੱਤੀਆਂ ਦਾ ਜਿਹੜਾ ਕਲਚਰ ਹੈ ਉਹ ਵੀ ਖਤਮ ਕਰਾਂਗਾ ਨਾਲ ਦੀ ਨਾਲ। ਉਸ ਗੱਲ ਦੇ ਉੱਤੇ ਫੁਲਕਾ ਸਾਹਿਬ ਨੇ ਹੀ ਇੱਕ ਬਿਆਨ ਵੀ ਦਿੱਤਾ ਹੈ, ਉਹਦੇ ਬਾਰੇ ਵੀ ਮੈਂ ਤੁਹਾਡਾ ਵਿਚਾਰ ਵਟਾਂਦਰਾ ਕਰਾਂਗਾ। ਸਭ ਤੋਂ ਪਹਿਲਾਂ ਅਸੀਂ ਜਿਹੜੀ ਵੋਟਿੰਗ ਹੋ ਚੁੱਕੀ ਹੈ, ਜਿਹੜੀ ਵੋਟਿੰਗ ਲੰਘ ਚੁੱਕੀ ਹੈ, ਉਹਦੇ ਉੱਤੇ ਵੀ ਗੱਲਬਾਤ ਕਰਦੇ ਹਾਂ ਕਿ ਜਿਹੜੀ ਵੋਟਿੰਗ ਦੀ ਏ ਵੀ ਐਮ ਮਸ਼ੀਨਾਂ ਦੇ ਉੱਤੇ ਉਂਗਲਾਂ ਉੱਠ ਰਹੀਆਂ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਬਿਲਕੁਲ ਜੀ, ਬਿਲਕੁਲ ਜੀ, ਹਾਂਜੀ। ਮੇਰਾ ਖਿਆਲ ਤੁਸੀਂ ਈ ਵੀ ਐਮ ਮਸ਼ੀਨਾਂ ਦਾ ਉੱਤੇ ਕੈਪਟਨ ਸਾਹਿਬ ਨੇ, ਜੇ ਅਸੀਂ ਪਿੱਛੇ ਨੂੰ ਜਾਈਏ ਥੋੜ੍ਹਾ ਜਿਹਾ 5 ਸਾਲ ਪਿੱਛੇ ਜਾਈਏ, 2012 ਦੇ ਵਿੱਚ ਜਦੋਂ ਕੈਪਟਨ ਸਾਹਿਬ ਦੀ ਹਾਰ ਹੋਈ ਸੀਗੀ ਨਾ, ਕੈਪਟਨ ਸਾਹਿਬ ਦਾ ਵਿਚਾਰ ਸੀ ਕਿ ਜਿਹੜੀਆਂ ਏ ਵੀ ਐਮ ਮਸ਼ੀਨਾਂ ਇਹਦੇ ਵਿੱਚ ਇਹ ਸਹੀ ਨਹੀਂ ਹੈਗੀਆਂ, ਇਹਦੇ ਵਿੱਚ ਕੁਛ ਘਪਲਾ ਹੋਇਆ, ਕੁਛ ਗਲਤੀਆਂ ਕਾਰਨ ਹੀ ਅਕਾਲੀ ਦਲ ਬਾਦਲ ਦੀ ਜਿਹੜੀ ਦੁਬਾਰਾ ਗਵਰਨਮੈਂਟ ਆਈ ਹੈ, ਕਿ ਇਹ 5 ਸਾਲ ਦੇ ਬਾਅਦ ਅੱਜ ਕੈਪਟਨ ਸਾਹਿਬ ਕਹਿ ਰਹੇ ਹੈ ਕਿ ਇਹ ਜਿਹੜੀ ਏ ਵੀ ਐਮ ਮਸ਼ੀਨਾਂ ਬਿਲਕੁਲ ਸਹੀ ਹੈ, ਕਿ ਇਹ 5 ਸਾਲਾਂ ਦੇ ਵਾਕਵੇ ਦੇ ਵਿੱਚ ਇੱਕ ਦੁੱਧ ਨਾਲ ਧੋਤੀਆਂ ਗਈਆਂ ਮਸ਼ੀਨਾਂ, ਇਹਦੇ ਵਿੱਚ ਕੀ ਕੈਪਟਨ ਸਾਹਿਬ ਨੇ ਕਿਹੜੀ ਚਿੱਪ ਪਾਤੀ ਜਿਹੜੀ ਕਿ ਸਹੀ ਹੋ ਗਈ ਹੈ, ਹੁਣ ਪਹਿਲਾਂ 2012 ਦੇ ਵਿੱਚ ਗਲਤ ਸੀ ਅਤੇ ਹੁਣ ਸਹੀ ਹੋ ਗਈ ਹੈ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ? ਉਸ ਸਮੇਂ ਇਹਨਾਂ ਨੂੰ ਜਦੋਂ ਆਪਣੇ ਕੈਪਟਨ ਸਾਹਿਬ ਦੀ ਹਾਰ ਹੋਈ ਸੀ ਉਦੋਂ ਇਹਨਾਂ ਨੂੰ ਲੱਗ ਰਿਹਾ ਸੀ ਆਪਣੀ ਏ ਵੀ ਐਮ ਮਸ਼ੀਨਾਂ ਵਿੱਚ ਕੋਈ ਤਕਨੀਕੀ ਖਰਾਬੀ ਹੈ ਜਾਂ ਪੂਰੀ ਤਰ੍ਹਾਂ ਖਰਾਬ ਆ। ਹੁਣ ਇਸ ਵੇਲੇ ਇਹਨਾਂ ਨੂੰ ਆਪਣੀ ਜਿੱਦਾਂ ਲੱਗਾ ਹੁਣ ਇਹਨਾਂ ਨੂੰ ਐਂ ਲੱਗਦਾ ਵੀ ਇਹ ਜਿਹੜੀਆਂ ਮਸ਼ੀਨਾਂ ਹੈ ਬਿਲਕੁਲ ਠੀਕ ਹੈ, ਕਿਉਂਕਿ ਹਰ ਪਾਰਟੀ ਸਮੇਂ ਦੇ ਮੁਤਾਬਕ ਜਿਸ ਤਰ੍ਹਾਂ ਸਮਾਂ ਆਉਂਦਾ ਉਸ ਸਮੇਂ ਦੇ ਨਾਲ ਆਪਣੀ ਚੀਜ਼ ਨੂੰ ਹਮੇਸ਼ਾ ਚੰਗਾ ਹੀ ਕਹਿੰਦੀ ਹੈ। ਤੇ ਹੁਣ ਏ ਵੀ ਐਮ ਮਸ਼ੀਨਾਂ ਦੇ ਵਿੱਚ ਇਹਨਾਂ ਨੇ ਕਿਸ ਤਰ੍ਹਾਂ ਦਾ ਕੀ ਕੀਤਾ ਉਹਦੇ ਵਾਸਤੇ ਤਾਂ ਇੱਕ ਟੈਕਨੀਕਲ ਮਾਹਰ ਹੀ ਕਰ ਸਕਦੇ ਆ, ਪਰ ਲੋਕਾਂ ਦੇ ਵਿੱਚ ਇਹ ਆਮ ਗੱਲ ਪਾਈ ਜਾ ਰਹੀ ਆ ਕਿ ਜਦੋਂ ਜਿਸ ਸਮੇਂ ਦੀ ਸਰਕਾਰ ਆਉਂਦੀ ਆ ਉਹ ਦੂਸਰਾ ਬੰਦਾ ਉੱਤੇ ਦੋਸ਼ ਲਾਉਂਦਾ ਆ ਕਿ ਏ ਵੀ ਐਮ ਮਸ਼ੀਨਾਂ ਦੀ ਦੇ ਵਿੱਚ ਕੋਈ ਪ੍ਰੋਬਲਮ ਸੀ ਜਾਂ ਵੋਟਿੰਗ ਦੇ ਵਿੱਚ ਪ੍ਰੋਬਲਮ ਸੀ ਜਾਂ ਇਹਨਾਂ ਨੇ ਕੋਈ ਨਾ ਕੋਈ ਕਿਤੇ ਨਾ ਕਿਤੇ ਕੋਈ ਘੁਟਾਲਾਜੀ ਕੀਤੀ ਹੈ। ਬਿਲਕੁਲ ਜੀ, ਤੁਸੀਂ ਹੁਣੇ ਹੁਣੇ ਇਹ ਜਿਹੜੀ ਗੱਲ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹੈ ਅਤੇ ਮੈਨੂੰ ਟੈਕਸ ਵੀ ਆ ਰਿਹਾ ਤੁਹਾਡੇ ਲਈ, ਕੁਐਸਚਨ ਵੀ ਆ ਰਿਹਾ, ਮੈਂ ਆਪਣੇ ਸਰੋਤਿਆਂ ਨੂੰ ਬੇਨਤੀ ਕਰਦਾ ਕਿ ਅਗਰ ਤੁਸੀਂ ਸਾਡੇ ਸੀਨੀਅਰ ਪੱਤਰਕਾਰ ਜਿਹੜੇ ਕਿ ਇਸ ਵੇਲੇ ਹੁਸ਼ਿਆਰਪੁਰ ਤੋਂ ਦਲਜੀਤ ਸਿੰਘ ਅਜਨੋਹਾ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਹਨ, ਤੁਸੀਂ ਉਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ। ਨੰਬਰ ਹੈ ਜੀ 647-943-6431-3313 ਦੇ ਉੱਤੇ ਡਾਇਲ ਕਰਕੇ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ, ਆਪਣੇ ਵਿਚਾਰ ਦੇ ਸਕਦੇ ਹੋ ਅਤੇ ਆਪਣਾ ਕੁਐਸਚਨ ਵੀ ਅਜਨੋਹਾ ਸਾਹਿਬ ਨੂੰ ਕਰ ਸਕਦੇ ਹੋ। ਅਜਨੋਹਾ ਸਾਹਿਬ, ਤੁਸੀਂ ਹੁਣੇ ਹੁਣੇ ਕਿਹਾ ਵੀ ਜਿਹੜੀ ਪਾਰਟੀ ਪਾਵਰ ਦੇ ਵਿੱਚ ਆ ਜਾਂਦੀ ਹੈ ਦੂਸਰੀ ਪਾਰਟੀ ਹਾਰ ਜਾਂਦੀ ਹੈ ਉਹ ਇਹਦੇ ਬਲੇਮਬਾਜ਼ੀ ਲਾਉਂਦੀ ਹੈ, ਇੱਕ ਇੰਡੀਆ ਦੇ ਮੈਂ ਕਹੂੰਗਾ ਸੂਝਵਾਨ ਨੇਤਾ ਹੈ ਜੀ, ਜਿਹਨਾਂ ਨੇ ਭੁੱਖ ਹੜਤਾਲ ਵੀ ਰੱਖੀ ਆ, ਜਿਹਨਾਂ ਦੇ ਵਿੱਚੋਂ ਇੱਕ ਲਹਿਰ ਦੇ ਵਿੱਚੋਂ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਇਸ ਵੇਲੇ ਬਣੀ ਹੈ ਉੱਭਰੀ ਸੀ, ਉਹਨਾਂ ਨੇ ਕਿਹਾ ਕਿ ਅਗਰ ਏ ਵੀ ਐਮ ਮਸ਼ੀਨਾਂ ਹਟਾ ਦੇਣਗੇ ਦਿੱਤੀਆਂ ਜਾਣ ਤਾਂ ਇੰਡੀਆ ਬਹੁਤ ਪਿੱਛੇ ਚਲੇ ਜਾਊਗਾ, ਕਿਉਂਕਿ ਇਹ ਕਿੱਥੇ ਤੱਕ ਸੱਚ ਹੈ? ਕਿਉਂਕਿ ਜੇ ਤੁਸੀਂ ਇੰਡੀਆ ਨੂੰ ਅਮੈਰੀਕਾ ਦੇ ਨਾਲ ਕੰਪੈਰੀਜ਼ਨ ਕਰੋ, ਉੱਥੇ ਅੱਜ ਤੱਕ ਏ ਵੀ ਐਮ ਮਸ਼ੀਨਾਂ ਨਹੀਂ ਵਰਤੀਆਂ ਜਾਂਦੀਆਂ, ਬੈਲਟ ਵੋਟਿੰਗ ਹੁੰਦੀ ਹੈ, ਕਨੇਡਾ ਅਮੈਰੀਕਾ ਲੈ ਲਓ, ਕਨੇਡਾ ਲੈ ਲਓ ਜਾਂ ਫਿਰ ਯੂਰਪ ਦੀ ਕੋਈ ਕੰਟਰੀ ਲੈ ਲਓ, ਜਿੱਥੇ ਕਿ ਪੇਪਰ ਦੇ ਨਾਲ ਵੋਟਿੰਗ ਹੁੰਦੀ ਹੈ, ਵੋਟਿੰਗ ਹੋਣ ਦੇ ਬਾਅਦ ਰਾਈਟ ਮੂਮੈਂਟ ਦੇ ਨੈਕਸਟ ਮਿੰਟ ਤੋਂ ਬਾਅਦ ਕਾਊਂਟਿੰਗ ਜਿਹੜੀ ਚੱਲ ਪੈਂਦੀ ਹੈ, ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਜੇ ਅਸੀਂ ਇੱਥੋਂ ਆਪਣੇ ਇਹ ਗੱਲ ਕਰੀਏ ਤੇ ਜੇ ਏ ਵੀ ਐਮ ਮਸ਼ੀਨਾਂ ਇੱਥੋਂ ਹਟਾ ਦਿੱਤੀਆਂ ਜਾਣ ਤੇ ਜੇ ਏ ਵੀ ਐਮ ਮਸ਼ੀਨਾਂ ਦੇ ਹੁੰਦਿਆਂ ਹੋਇਆਂ ਵੀ ਇੱਥੇ ਇਸ ਤਰ੍ਹਾਂ ਦੇ ਕੱਪੜੇਬਾਜ਼ੀ ਹੁੰਦੀ ਆ ਤੇ ਜੇ ਰਾਜਾਂ ਦੇ ਪਰਚੀਆਂ ਪੇਪਰ ਹਨ ਜਿਹੜੇ ਤੁਸੀਂ ਅਮਰੀਕਾ ਕੈਨੇਡਾ ਦੀ ਗੱਲ ਕਰਦੇ ਹੋ ਉੱਥੇ ਦੀ ਤਕਨੀਕ ਦੀ ਗੱਲ ਕਰਦੇ ਹੋ ਉੱਥੇ ਦੀ ਤਕਨੀਕ ਨੂੰ ਸਾਨੂੰ ਆਪਣੇ ਆਪ ਲਿਆਉਣ ਲਈ ਸਾਨੂੰ ਬੜਾ ਉੱਥੇ ਫਰਕ ਪਾ ਸਕਦਾ ਹੈ ਕਰਨਾ, ਬੇਸ਼ੱਕ ਤੁਸੀਂ ਸਾਡੇ ਪਰਦੇਸੀ ਟੀਵੀ ਦੇ ਨਾਲ ਸਾਡੀ ਗੱਲਬਾਤ ਦੇ ਦੌਰਾਨ ਤੁਸੀਂ ਕਰ ਰਹੇ ਹੋ, ਪਰ ਫਿਰ ਵੀ ਅਸੀਂ ਇਹ ਚੀਜ਼ ਮੰਨਦੇ ਹਾਂ ਤੇ ਅਸੀਂ ਸਾਡੇ ਕੈਨੇਡਾ ਅਮਰੀਕਾ ਦੀ ਤਕਨੀਕ ਤੋਂ ਬਹੁਤ ਪਿੱਛੇ ਹਾਂ। ਜੇ ਏ ਵੀ ਐਮ ਮਸ਼ੀਨਾਂ ਜਿਹੜੀਆਂ ਇਲੈਕਟ੍ਰੋਨਿਕ ਮਸ਼ੀਨਾਂ ਆ ਉਹਨਾਂ ਦੇ ਵਿੱਚ ਕੁਛ ਨਾ ਕੁਛ ਖਰਾਬੀ ਕੀਤੀ ਜਾ ਸਕਦੀ ਹੈ ਜਾਂ ਹੋ ਸਕਦੀ ਹੈ ਜਾਂ ਉਹਨੂੰ ਕਿਸੇ ਤਰ੍ਹਾਂ ਵੀ ਸਿੱਧ ਕੀਤਾ ਜਾਂਦਾ ਤੇ ਜਿਹੜੀ ਆਮ ਬੋਰਡ ਜਿਵੇਂ ਤੁਸੀਂ ਦੱਸਦੇ ਹੋ ਕਿ ਅਮਰੀਕਾ ਕੈਨੇਡਾ ਦਾ ਡੋਗਾ ਹੈ ਇਹ ਚੀਜ਼ ਕੀਤੀ ਜਾਵੇ ਤੇ ਮੈਨੂੰ ਨਹੀਂ ਲੱਗਦਾ ਵੀ ਹਾਲੇ ਅਸੀਂ ਇੱਥੇ ਤੱਕ ਪਹੁੰਚੇ ਹਾਂ ਵੀ ਅਸੀਂ ਇਹ ਕੰਮ ਕਰ ਸਕੀਏ, ਫਿਰ ਇਹਦੇ ਨਾਲੋਂ ਜ਼ਿਆਦਾ
ਕੋਈ ਪ੍ਰੋਬਲਮ ਹੋ ਸਕਦੀ ਹੈ। ਹਾਂ ਬਿਲਕੁਲ ਜੀ, ਮੇਰਾ ਨਹੀਂ ਖਿਆਲ ਹੈ ਅਗਰ ABM ਮਸ਼ੀਨਾਂ ਦੇ ਉੱਤੇ ਸੁਪਰੀਮ ਅਗਰ ਅਸੀਂ ਇੱਕ ਪੋਲੀਟੀਕਲ ਪਾਰਟੀ ਹੁੰਦੇ ਹੋਇਆਂ ਵੀ ਅਸੀਂ ਇੱਕ ਸਰਕਾਰ ਦੇ ਵਿੱਚ ਨੁਮਾਇੰਦੇ ਹੁੰਦੇ, ਚਾਹੇ ਉਹ ਕਾਂਗਰਸ ਹੋਵੇ, ਚਾਹੇ BJP ਹੋਣ, ਚਾਹੇ ਬਾਦਲ ਦਲ ਅਕਾਲੀ ਦਲ ਹੋਵੇ, ਅਗਰ ਉਹ ਸਰਕਾਰ ਦੇ ਹੁੰਦੇ ਹੋਇਆਂ ਵੀ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਨਹੀਂ ਮੰਨ ਰਹੀ ਤਾਂ ਫਿਰ ਆਮ ਲੋਕ ਕਿਵੇਂ ਮੰਨੂਗੇ? ਕਿਉਂਕਿ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਕਿ ਜਿਹੜੀ ABM ਮਸ਼ੀਨਾਂ ਦੇ ਉੱਤੇ ਸੁਪਰੀਮ ਕੋਰਟ ਨੇ ਬਹੁਤ ਹੀ ਪਿੱਛੇ ਬਹੁਤ ਇਤਰਾਜ਼ ਜਿਤਾਇਆ ਸੀਗਾ ਵੀ ਇਹ ਸੇਫ ਨਹੀਂ ਹੈ ਵੋਟਿੰਗ ਦੇ ਲਈ, ਇਹਨੂੰ ਹਟਾਇਆ ਜਾਵੇ ਜਾਂ ਇਹਦੇ ਸੋਧ ਕਰਕੇ ਲਿਆ, ਲੇਕਿਨ ਹਾਲੇ ਤੱਕ ਉਹਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਗਿਆ। ਅਗਰ ਸਰਕਾਰਾਂ ਹੀ ਨਹੀਂ ਸੁਪਰੀਮ ਕੋਰਟ ਨੂੰ ਮੰਨਦੀਆਂ ਕਿ ਆਮ ਲੋਕ ਕਿਵੇਂ ਮੰਨੇਗਾ? ਕੀ ਗੱਲ ਹੈ ਬਿਕਰਮ ਜੀ, ਇਹ ਸਾਡੀ ਬਿਲਕੁਲ ਜਿਹੜੀ ਗੱਲ ਤੁਹਾਡੀ ਦਰੁਸਤ ਆ ਕਿ ਅਸੀਂ ਇਹ ਮੰਨਦੇ ਹਾਂ ਵੀ ਜਿਸ ਨੁਮਾਇੰਦੇ ਨੂੰ ਅਸੀਂ ਚੁਣਿਆ ਜਾਂ ਜਿਹੜੀ ਸਾਡੀ ਸਰਕਾਰ ਆ ਜਿਹਦੇ ਕੋਲੋਂ ਅਸੀਂ ਬਹੁਤ ਇਸ਼ਾਵਾਂ ਰੱਖਦੇ ਹਾਂ, ਜੇ ਉਹੀ ਮਾਨਯੋਗ ਸੁਪਰੀਮ ਕੋਰਟ ਦਾ ਆਰਡਰ ਦੇ ਕੇ ਨਹੀਂ ਮੰਨਦੇ ਤੇ ਜਿਹੜਾ ਸਾਡਾ ਆਮ ਲੋਕ ਆ ਉਹ ਮੰਨਦੇ ਆ, ਉਹਦਾ ਕੀ ਹਾਲ ਹੋਵੇਗਾ ਇਹ ਤੁਸੀਂ ਇਹ ਤੇ ਮੰਨ ਸਕਦੇ ਹੋ, ਦੇਖ ਸਕਦੇ ਹੋ। ਪਰ ਜੇ ਅਸੀਂ ਸਾਡੇ ਨੁਮਾਇੰਦੇ ਜਿਹਨਾਂ ਨੂੰ ਅਸੀਂ ਪ੍ਰਤੀਨਿਧ ਆਪਣੇ ਚੁਣਦੇ ਹਾਂ ਜਾਂ ਉਹਨਾਂ ਨੂੰ ਅਸੀਂ ਮਿਲਦੇ ਹਾਂ ਤੇ ਉਹਨਾਂ ਨੂੰ ਸਾਨੂੰ ਜੋ ਮੰਨਦੇ ਆ, ਅਸੀਂ ਉਹਨਾਂ ਤੋਂ ਸੇਧ ਲੈ ਕੇ ਹੀ ਕੰਮ ਕਰਾਂਗੇ। ਜੇ ਉਹ ਆਪਣੀ ਸੇਧ ਤੋਂ ਹੀ ਸਾਡੇ ਨਾਲ ਪੂਰੀ ਤਰ੍ਹਾਂ ਨਹੀਂ ਭੁਗਦੇ ਜਾਂ ਨਹੀਂ ਸਾਡਾ ਅਦਾਕਾਰ ਦੇ ਹੁਕਮ ਆਉਂਦੇ ਤੇ ਇਸ ਵਾਸਤੇ ਪੰਜਾਬ ਦੇ ਇਹ ਬਹੁਤ ਵੱਡੀ ਤ੍ਰਾਸਦੀ ਵਾਲੀ ਗੱਲ। ਬਿਲਕੁਲ ਜੀ, ਇੱਥੇ ਨਾਲ ਦੀ ਨਾਲ ਅਸੀਂ ਦਿੱਲੀ ਜਿਹੜੀ ਹੁਣ ਇਸ ਵੇਲੇ ਮਿਊਨਸਿਪੈਲਿਟੀ ਦੀਆਂ ਵੋਟਿੰਗ ਹੋਣ ਜਾ ਰਹੀ ਹੈ ਉਹਦੇ ਬਾਰੇ ਵੀ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਮੇਰੇ ਜ਼ਹਿਨ ਵਿੱਚ ਕੁਐਸਚਨ ਆਉਂਦਾ ਅਜਨੋਹਾ ਸਾਹਿਬ, ਜਿਹੜਾ ਕਿ ਦੇਖੋ ਇਹ ਪੰਜਾਬ ਅਤੇ ਗੋਆ ਦੇ ਨੂੰ ਪਹਿਲਾਂ ਕਿਉਂ ਸਿਲੈਕਟ ਕੀਤਾ ਗਿਆ ਕਿ ਇੱਕ ਮਹੀਨੇ ਦਾ ਵਕਫਾ ਪਾ ਦਿੱਤਾ ਜਾਵੇ ਵੋਟਿੰਗ ਤੋਂ ਬਾਅਦ? ਐਡਾ ਕੋਈ ਵੱਡੀ ਗੱਲ ਨਹੀਂ ਹੈਗੀ ਵੀ, ਲੇਕਿਨ ਵੋਟਿੰਗ ਹੋਣ ਤੋਂ ਬਾਅਦ ਵੀ ਜੇ ਅਗਰ ਮਸ਼ੀਨਾਂ ਦੇ ਸਹਾਰਾ ਲੈਣਾ ਤਾਂ ਮੇਰਾ ਖਿਆਲ ਇੱਕ ਅੱਧੇ ਘੰਟੇ ਦੇ ਵਿੱਚ ਹੀ ਉਹਦਾ ਰਿਜ਼ਲਟ ਆ ਜਾਂਦਾ। ਜਦੋਂ ਰਿਜ਼ਲਟ ਆਇਆ ਸੀ ਅਤੇ ਮੇਰਾ ਖਿਆਲ 8 ਵਜੇ ਕਾਊਂਟਿੰਗ ਚੱਲਦੀ ਆ ਅਤੇ 8:30 ਵਜੇ ਸਾਰਾ ਕੁਛ ਪਾਣੀ। ਹਾਂਜੀ ਮੇਰਾ ਕਹਿਣ ਦਾ ਮਤਲਬ ਹੈ, ਦੇਖੋ ਪੰਜਾਬ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਈਆਂ ਉਦੋਂ ਬਾਅਦ ਪੰਜਾਬ ਅਤੇ ਗੋਆ ਨੂੰ ਪਹਿਲਾਂ ਕਿਉਂ ਚੁਣਿਆ ਗਿਆ? UP ਨੂੰ ਪਹਿਲਾਂ ਕਿਉਂ ਨਹੀਂ ਚੁਣਿਆ ਗਿਆ? ਅਗਰ ਪੰਜਾਬ ਨੂੰ ਅਤੇ ਗੋਆ ਨੂੰ ਪਹਿਲਾਂ ਚੁਣ ਲਿਆ ਗਿਆ ਅਤੇ ਉਹਦੀ ਵੋਟਿੰਗ ਦੀ ਕਾਊਂਟਿੰਗ ਰਾਈਟ ਵੇ ਕਿਉਂ ਨਹੀਂ ਕੀਤੀ ਗਈ? ਕੀ ਕਹਿਣਾ ਚਾਹੁੰਦੇ ਉਹਦੇ ਬਾਰੇ? ਮੈਂ ਇੱਕ ਵਾਰ ਫਿਰ ਕਰ ਦਿੰਦਾ ਜੀ ਇਹਨੂੰ ਰਿਪੀਟ ਕੁਐਸਚਨ ਨੂੰ, ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਉਹ ਮੇਰੇ ਫੋਨ 'ਤੇ ਟੈਕਸਟ ਕਰਕੇ ਅਜਨੋਹਾ ਸਾਹਿਬ ਲਈ ਕੁਐਸਚਨ ਭੇਜ ਰਿਹਾ। ਮੇਰਾ ਖਿਆਲ ਕਿ ਇਸ ਵੇਲੇ ਲਾਈਨਾਂ ਖੁੱਲੀਆਂ ਜੀ ਸਟੂਡੀਓ ਦੀਆਂ, ਸਿੱਧੀਆਂ ਗੱਲਾਂ ਕਰ ਸਕਦੇ ਜੀ 647-933-13-13 'ਤੇ। ਮੇਰਾ ਇੱਕ ਕੁਐਸਚਨ ਹੈ ਜੀ ਅਜਨੋਹਾ ਸਾਹਿਬ, ਪੰਜਾਬ ਅਤੇ ਗੋਆ ਨੂੰ ਪਹਿਲਾਂ ਕਿਉਂ ਸਿਲੈਕਟ ਕੀਤਾ ਗਿਆ? ਅਗਰ ਕੀਤਾ ਗਿਆ UP ਦੀਆਂ ਇਲੈਕਸ਼ਨਾਂ ਤੋਂ ਪਹਿਲਾਂ, ਉਹਦੀ ਅਕਾਊਂਟਿੰਗ ਰਾਈਟ ਵੇ ਕਿਉਂ ਨਹੀਂ ਕੀਤੀ ਗਈ? ਇੰਨਾ ਵੱਖ ਵੱਖ ਕਿਉਂ ਪਾਇਆ ਗਿਆ? ਬਿਲਕੁਲ ਜੀ, ਮੈਂ ਹੁਣੇ ਹੁਣੇ ਜਦੋਂ ਮੈਂ ਸਟੂਡੀਓ ਨੂੰ ਆ ਰਿਹਾ ਸੀ ਤਾਂ ਮੈਂ ਫੁਲਕਾ ਸਾਹਿਬ ਦੇ ਬਿਆਨ ਸੁਣ ਰਿਹਾ ਸੀਗਾ, ਉਹਨਾਂ ਦੇ ਸੋਸ਼ਲ ਮੀਡੀਆ ਦੇ ਬਿਆਨ ਆਏ ਸੀਗੇ ਕਿ ਜਿਹੜੀ ਕਾਂਗਰਸ ਇਸ ਵੇਲੇ ਸਰਕਾਰ ਬਣਾਈ, ਕੈਪਟਨ ਸਾਹਿਬ ਦੀ ਸਰਕਾਰ ਬਣੀ ਆ, ਉਹਨਾਂ ਨੇ ਜਿਹੜੀਆਂ ਨੀਤੀਆਂ ਹੁਣ ਕੀਤੀਆਂ ਚਾਲੂ, ਜਾਂ ਉਹਨਾਂ ਨੇ ਕਿਹਾ ਵੀ ਜਿਹੜੀ ਕਿਸਾਨਾਂ ਦੀ ਜ਼ਮੀਨ ਨਿਲਾਮ ਨਹੀਂ ਕੀਤੀ ਜਾਊਗੀ ਅਤੇ ਨਸ਼ਿਆਂ ਦੇ ਠੇਕੇ ਕਢਾਏ ਜਾਣਗੇ ਅਤੇ ਨਾਲ ਦੀ ਨਾਲ ਜਿਹੜਾ VIP ਕਲਚਰ ਕਿਸੇ ਵੀ ਮੰਤਰੀ ਕੋਲ ਨਹੀਂ ਹੋਊਗਾ, ਲਾਲ ਬੱਤੀਆਂ ਮੇਰੇ ਕਹਿਣ ਦਾ ਲਾਲ ਬੱਤੀਆਂ ਹਟਾਈਆਂ ਜਾਣਗੀਆਂ, ਹਟਾ ਵੀ ਦਿੱਤੀਆਂ ਗਈਆਂ ਹਨ। ਕਿਉਂਕਿ ਅਗਰ ਜੇ ਦੇਖਿਆ ਜਾਵੇ ਪਿਛਲੇ  60-70 ਸਾਲ ਤੋਂ, 5 ਸਾਲ ਪਹਿਲਾਂ ਵੀ, ਜੇ 10 ਸਾਲ ਪਹਿਲਾਂ ਵੀ ਜਾਈਏ ਨਾ, ਕੈਪਟਨ ਸਾਹਿਬ ਦੀ ਸਰਕਾਰ ਰਹੀ ਆ, ਉਦੋਂ ਇੱਦਾਂ ਦਾ ਕੋਈ ਵੀ ਨਹੀਂ ਸੀਗਾ ਵੀ ਲਾਲ ਬੱਤੀਆਂ ਹਟਾਈਆਂ ਜਾਣ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਇਹ ਜਿਹੜੀ ਆਮ ਆਦਮੀ ਦੀ ਪਾਲਿਸੀ ਹੈ ਇਸ ਵੇਲੇ ਮੌਜੂਦਾ ਸਰਕਾਰ ਜਿਹੜੀ ਬਣੀ ਹੈ ਉਹਦੇ ਉੱਤੇ ਭਾਰੂ ਹੋਈ ਹੈ? ਬਿਲਕੁਲ ਜੀ, ਇਹ ਬਿਲਕੁਲ ਤੁਹਾਡੀ ਗੱਲ ਵਾਜਬ ਆ ਵੀ ਜਿਹੜਾ ਕਾਂਗਰਸ ਕੈਪਟਨ ਸਾਹਿਬ ਨੇ ਬਣਦੇ ਆ ਬਹੁਤ ਵੱਡੇ ਤੇ ਵਧੀਆ ਜਿਹੜੇ ਨਿਰਣੇ ਲਏ ਆ, ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਜਿਹੜਾ ਆਮ ਆਦਮੀ ਪਾਰਟੀ ਦੇ ਬੋਝ ਆ ਜਾਂ ਆਮ ਆਦਮੀ ਪਾਰਟੀ ਦਾ ਜਿਹੜਾ ਬੰਦਾ ਇਹਨਾਂ ਨੇ ਕੀ ਹਾਂਜੀ ਤਰੀਕੇ ਨਾਲ ਉਹਨਾਂ ਨੂੰ ਮਤਲਬ ਲੋਕਾਂ ਦੀ ਇੱਕ ਰਾਏ ਜਿਹੜੀ ਆ ਲੋਕਾਂ ਨੂੰ ਆਪਣੇ ਨਾਲ ਜੋੜਿਆ,
ਦੂਸਰੀ ਮੰਤਰੀ ਬਾਦਲ ਜੀ ਨੇ ਕਿਹਾ ਕਿ ਮੈਂ ਸਾਫੀ ਰਹਿਣਾ ਸੁਰੱਖਿਆ ਵਾਲ ਨਹੀਂ ਰਹਿਣਾ ਤੇ ਆਪਣੀ ਗੱਡੀ ਦੇ ਬਾਕੀ ਲਾਣੀਆਂ ਲੋਕ ਉਹਨਾਂ ਦੇ ਇਹਨਾਂ ਨਿਰਣਿਆਂ ਤੋਂ ਕਾਫੀ ਖੁਸ਼ ਆ ਤੇ ਲੋਕ ਇਸ ਬਾਰੇ ਜੋ ਕੈਪਟਨ ਸਾਹਿਬ ਤੋਂ ਜੋ ਸਾਰੇ ਜੋ ਕੈਪਟਨ ਸਾਹਿਬ ਕਰਦੇ ਸੀਗੇ ਲੋਕ ਕੈਪਟਨ ਸਾਹਿਬ ਨੇ ਉਹ ਦੇਣਾ ਉਹਨਾਂ ਨੂੰ ਹਰਮ ਕਰ ਦਿੱਤਾ ਹੈ ਜੀ ਲੋਕ ਪੰਜਾਬ ਦੇ ਲੋਕ ਬਹੁਤ ਖੁਸ਼ ਹੈ ਬਿਲਕੁਲ ਜੀ ਮੈਂ ਵਿੱਚੋਂ ਕੁਐਸਚਨ ਨਿਕਲਦਾ ਇੱਕ ਕੁਐਸਚਨ ਵਿੱਚੋਂ ਹੀ ਨਿਕਲਦਾ ਮੇਰੇ ਮਿੱਤਰ ਨਾਲ ਮੇਰੇ ਪਿਛਲੇ ਦਿਨ ਇੱਕ ਸੁਭਾਵਿਕ ਜਿਹੀ ਗੱਲਬਾਤ ਹੋ ਰਹੀ ਸੀਗੀ ਅਨਫੋਰਚਨਲੀ ਉਹ ਮੇਰਾ ਜਿਹੜਾ ਦੋਸਤ ਹੈ ਉਹ ਇਸ ਵੇਲੇ ਕਾਂਗਰਸ ਨੂੰ ਬੜੀ ਸਪੋਰਟਿੰਗ ਦੇ ਪਏ ਮੇਰਾ ਉਹਨਾਂ 'ਤੇ ਕੁਐਸਚਨ ਸੀਗਾ ਵੀ ਜਿਹੜਾ 4 ਫਰਵਰੀ ਨੂੰ ਇਲੈਕਸ਼ਨਾਂ ਤੋਂ ਬਾਅਦ ਰਾਈਟ ਵੇ ਉਹਨੂੰ ਕੈਪਟਨ ਸਾਹਿਬ ਨੂੰ ਜੈੱਡ ਸਕਿਉਰਿਟੀ ਦਿੱਤੀ ਜਾਂਦੀ ਹੈ ਜੈੱਡ ਸਕਿਉਰਿਟੀ ਦੇਣ ਦੇ ਕਾਰਨ ਵੀ ਇੱਕ ਵੱਖਰੀ ਸਿਹਤ ਜਾ ਰਹੀ ਹੈ ਵੀ ਕਿੱਧਰ ਨੂੰ ਵੀ ਵੋਟਿੰਗ ਦੀ ਗਿਣਤੀ ਕਿਵੇਂ ਹੋਈ ਆ ਵੋਟਿੰਗ ਦੇ ਵਿੱਚ ਹੇਰਾ ਫੇਰੀ ਵੱਲ ਨੂੰ ਹੀ ਜਾ ਰਹੀ ਹੈ ਕਿ ਕੈਪਟਨ ਸਾਹਿਬ ਨੂੰ ਜਿਹੜੀ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਜੈੱਡ ਸਕਿਉਰਿਟੀ ਦੇਣੀ ਇਹ ਕਿੱਥੇ ਤੱਕ ਸੁਭਾਵਿਕ ਆ ਵੀ ਸਹੀ ਹੈ ਕਿ ਜੈੱਡ ਸਕਿਉਰਿਟੀ ਪਹਿਲਾਂ ਹੀ ਦੇ ਦਿੱਤੀ ਗਈ ਆ ਜੋ ਚੋਣ ਨਤੀਜੇ ਆਉਣ ਤੋਂ ਪਹਿਲਾਂ ਤੁਹਾਨੂੰ ਨਹੀਂ ਲੱਗਦਾ ਜੀ ਕਿਤੇ ਨਾ ਕਿਤੇ ਹੈਗਾ ਗੜਬੜ ਥੋੜ੍ਹੀ ਜਿਹੀ ਜਾਣਕਾਰੀ ਤੋਂ ਲੈਂਦੇ ਹੋਇਆ ਜੋ ਵੀ ਸਰਵਿਸ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਵੀਆਈਪੀ ਫੈਸਿਲਿਟੀ ਦਿੱਤੀਆਂ ਉਹ ਇਹਨਾਂ ਨੇ ਬਿਲਕੁਲ ਵਧੀਆ ਤਰੀਕੇ ਨਾਲ ਦਿੱਤੀਆਂ ਪਰ ਲੋਕਾਂ ਦੇ ਵਿੱਚ ਇਹਨਾਂ ਫੈਸਿਲਿਟੀ ਦਾ ਇੱਕ ਵੋਟਾਂ ਤੋਂ ਬਾਅਦ ਰਿਜ਼ਲਟ ਆਉਣ ਤੋਂ ਪਹਿਲਾਂ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਸਸਪੈਂਸ ਬਣਿਆ ਹੋਇਆ ਸੀਗਾ ਵੀ ਇਹ ਕੀ ਕਾਰਨ ਆ ਪਰ ਜਿਹੜੇ ਲੋਕ ਜਾਗਰੂਕ ਸਨ ਜਾਂ ਜਿਹੜੇ ਲੋਕ ਇਸ ਚੀਜ਼ ਨੂੰ ਇਹਦੇ ਨਾਲ ਪੈਰੋਕਾਰ ਸਨ ਉਹ ਕਹਿੰਦੇ ਸੀ ਵੀ ਬਿਲਕੁਲ ਕੈਪਟਨ ਸਾਹਿਬ ਬਣ ਗਏ ਆਉਣ ਤੋਂ ਪਹਿਲਾਂ ਕੈਪਟਨ ਸਾਹਿਬ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਹੀ ਇਹਨਾਂ ਨੂੰ ਇਹ ਸਹੂਲਤਾਂ ਜਿਹੜੀਆਂ ਦਿੱਤੀਆਂ ਗਈਆਂ ਉਹ ਇਹਨਾਂ ਦਾ ਇੱਕ ਨਿਸ਼ਾਨ ਸੀਗਾ ਵੀ ਕੈਪਟਨ ਸਾਹਿਬ ਹੀ ਇਸ ਵਾਰ ਜਿੱਤਣਗੇ ਔਰ ਮੁੱਖ ਮੰਤਰੀ ਬਣ ਗਏ ਬਿਲਕੁਲ ਜੀ ਮੈਂ ਤੁਹਾਡੇ ਨਾਲ ਇੱਥੇ ਸਹਿਮਤ ਨਹੀਂ ਹਾਂ ਕਿਉਂਕਿ ਜਦੋਂ ਅਮਰੀਕਾ ਦੀਆਂ ਪਿੱਛੇ ਰਾਸ਼ਟਰਪਤੀ ਦੀਆਂ ਇਲੈਕਸ਼ਨਾਂ ਹੋਈਆਂ ਸੀਗੀਆਂ ਇੱਕ ਪਾਸੇ ਹੈਨਰੀ ਖੜੀ ਸੀ ਅਤੇ ਦੂਸਰੇ ਪਾਸੇ ਟਰੰਪ ਸਾਹਿਬ ਸੀਗੇ ਜਦੋਂ ਟਰੰਪ ਸਾਹਿਬ ਦੀ ਵੀ ਪੂਰੀ ਚੜ੍ਹਾਈ ਸੀ ਹੈਨਰੀ ਦੀ ਵੀ ਪੂਰੀ ਚੜ੍ਹਾਈ ਸੀਗੀ ਅਮੈਰੀਕਨ ਕਿਸੇ ਵੀ ਗਵਰਨਮੈਂਟ ਨੇ ਉਹਨਾਂ ਨੂੰ ਕੋਈ ਵੀ ਇੱਦਾਂ ਦੀ ਸਿਕਿਉਰਿਟੀ ਨਹੀਂ ਦਿੱਤੀ ਗਈ ਸੀ ਜਿਹੜੀ ਕਿ ਕੈਪਟਨ ਸਾਹਿਬ ਨੂੰ ਵੋਟਾਂ ਦੇ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਦਿੱਤੀ ਗਈ ਉਹਨਾਂ ਨੂੰ ਪਹਿਲਾਂ ਹੀ ਇੱਕ ਤਰ੍ਹਾਂ ਦਾ ਗਵਰਨਮੈਂਟ ਵੱਲੋਂ ਜਾਂ ਕਹਿ ਲਓ ਇਹਨਾਂ ਏਜੰਸੀਆਂ ਵੱਲੋਂ ਪਹਿਲਾਂ ਹੀ ਮੁੱਖ ਮੰਤਰੀ ਅਹੁਦਾ ਦੇ ਦਿੱਤਾ ਗਿਆ ਇਹ ਮੇਰਾ ਮੈਂ ਤੁਹਾਡੇ ਨਾਲ ਇੱਥੇ ਸਹਿਮਤ ਨਹੀਂ ਕਿਉਂਕਿ ਟਰੰਪ ਹੁਣਾਂ ਨੇ ਜਿੱਦਣ ਉਹਨਾਂ ਦੀ ਚੋਣਾਂ ਦੇ ਨਤੀਜੇ ਲੈਸਨ ਹੁੰਦੇ ਆ ਜਾਂ ਪਤਾ ਲੱਗਦਾ ਵੀ ਟਰੰਪ ਸਾਹਿਬ ਇਸ ਵੇਲੇ ਇਲੈਕਸ਼ਨਾਂ ਜਿੱਤ ਗਈਆਂ ਰਾਈਟ ਦਾ ਮੂਵਮੈਂਟ ਉਹਨਾਂ ਨੂੰ ਇਲੈਕਸ਼ਨਾਂ ਦੇ ਉੱਤੇ ਸਿਕਿਉਰਿਟੀ ਮਿਲ ਜਾਂਦੀ ਹੈ ਅਤੇ ਕੁਦਰ ਕੈਪਟਨ ਸਾਹਿਬ ਨੂੰ ਇੱਕ ਮਹੀਨਾ ਪਹਿਲਾਂ ਹੀ ਸਿਕਿਉਰਿਟੀ ਮਿਲ ਜਾਂਦੀ ਹੈ ਕਿਤਨਾ ਮੇਰਾ ਖਿਆਲ ਆ ਕਿਤੇ ਨਾ ਕਿਤੇ ਦਾਲ ਵਿੱਚ ਜ਼ਰੂਰ ਕਾਲਾ ਆ ਕਿਉਂਕਿ ਮੈਂ ਇੱਕ ਤੱਥਾਂ ਦੇ ਆਧਾਰ 'ਤੇ ਹੀ ਗੱਲ ਕੀਤੀ ਹੈ ਉਹਦੇ ਵਿੱਚ ਨਾ ਮੇਰੇ ਕੋਈ ਸਬੂਤ ਹੈ ਨਾ ਹੀ ਮੇਰਾ ਖਿਆਲ ਆ ਮੇਰੇ ਸਹਿਯੋਗੀ ਜਿਹੜੇ ਕਿ ਇਸ ਵੇਲੇ ਦਲਜੀਤ ਸਿੰਘ ਹੋਣੀ ਇੰਡੀਆ ਤੋਂ ਸਾਡੇ ਨਾਲ ਹੈ ਉਹਨਾਂ ਕੋਲ ਸਬੂਤ ਹੈ ਕਿ ਇਹ ਇੱਕ ਸੰਭਾਵਨਾ ਕਿਉਂਕਿ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਵੀ ਹਵਾ ਉੱਪਰੀ ਸੀਗੀ ਅਕਾਲੀ ਦਲ ਵੀ ਆਪਣੇ ਆਪ ਨੂੰ ਉੱਪਰੀ ਸਮਝਦਾ ਸੀਗਾ ਇੱਕ ਕੈਪਟਨ ਸਾਹਿਬ ਹੀ ਇਕੱਲੇ ਕਿਉਂ ਚੁਣੇ ਗਏ ਗਵਰਨਮੈਂਟ ਵੱਲੋਂ ਵੀ ਭਾਈ ਇਹਨਾਂ ਨੂੰ ਇਸ ਵੇਲੇ ਸਿਕਿਉਰਿਟੀ ਦੇਣੀ ਬਣਦੀ ਹੈ ਮੇਰੇ ਕੋਲ ਇੱਕ ਕਾਲ ਆਈ ਹੈ ਜੀ ਆਪਾਂ ਕਾਲ ਲੈਂਦੇ ਹਾਂ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਪਰਦੇਸੀ ਟੀਵੀ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਸੀ ਕਾਫੀ ਸ਼ੋਰ ਪੈ ਰਿਹਾ ਜੀ ਆਮ ਆਦਮੀ ਪਾਰਟੀ ਦਾ ਹਾਰਨ ਦਾ ਇਹੀ ਸੀਗਾ ਕਿ ਐਮ ਕੈਂਡੀਡੇਟ ਨਹੀਂ ਪਰ ਮੇਰਾ ਕਹਿਣਾ ਇਹ ਹੈ ਕਿ ਦੇਖੋ ਤੁਸੀਂ ਯੂ ਵੀ ਇਲੈਕਸ਼ਨ ਹੋਈਆਂ ਨੇ ਉੱਥੇ ਵੀ ਕੈਂਡੀਡੇਟ ਕੋਈ ਨਹੀਂ ਸੀ ਆਪ ਪ੍ਰਾਈਮ ਮਿਨਿਸਟਰ ਨੇ ਜਾ ਕੇ ਉੱਥੇ ਪ੍ਰਚਾਰ ਕੀਤਾ ਪਰ ਪਹਿਲੇ ਆਮ ਆਦਮੀ ਕਿੰਨੀ ਸੀ ਬਹੁਤ ਜ਼ਿਆਦਾ ਲਹਿਰ ਸੀ ਤੇ ਜਦ ਇਲੈਕਸ਼ਨਾਂ ਦੇ ਜਾ ਕੇ ਉਹ ਲਹਿਰ ਖਤਮ ਹੋ ਗਈ ਇਹ ਕਹਿਣਾ ਕਿ ਚੀਫ ਮਿਨਿਸਟਰ ਇਹ ਦਿੱਤਾ ਕਰਕੇ ਲਹਿਰ ਕਰੋ ਇਹ ਸਰਾਸਰ ਗਲਤ ਹੈ ਤੇ ਮੇਰੇ ਕਹਿਣ ਦਾ ਮੇਰੇ ਖਿਆਲ ਵਿੱਚ ਇਹ ਸਾਰਾ ਕੱਪਾ ਹੋਇਆ ਇਹ ਵੀ ਮਸ਼ੀਨਾਂ ਵੋਟਿੰਗ ਮਸ਼ੀਨਾਂ ਉਹਨਾਂ ਨੇ ਪ੍ਰੋਪਰਲੀ ਫੰਕਸ਼ਨ ਨਹੀਂ ਕੀਤਾ ਜਾਂ ਉਹਦੇ ਵਿੱਚ ਇਹਨਾਂ ਨੇ ਇੰਨੀ ਦੇਰ ਤੱਕ ਜਿਹੜਾ ਕਾਊਂਟਿੰਗ ਰੋਕ ਕੇ ਰੱਖੀ ਹੈ ਤੇ ਬਾਕੀ ਮੈਂ ਇਹ ਕਹਿੰਦਾ ਚਲੋ ਘੱਟ ਤੋਂ ਘੱਟ ਇੰਨੀ ਗਲਤੀ ਹੋਈ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਕਲਚਰ ਹੈ ਜੋ ਉਹ ਕਹਿ ਰਹੇ ਨੇ ਉਹ ਬਾਕੀ ਵਿੱਚ ਗਿਆ ਅਸੀਂ
ਦੇ ਨਾਲ ਘੱਟ ਖਰਚੇ ਦੇ ਨਾਲ ਆਪਣੇ ਲਾਂਗੇ ਬਹੁਤ ਵੱਡੀ ਪ੍ਰਾਪਤੀ ਬਿਲਕੁਲ ਜੀ ਓਕੇ ਜੀ ਹਾਂ ਬਿਲਕੁਲ ਥੈਂਕ ਯੂ ਜੀ ਪਰਦੇਸੀ ਟੀਵੀ ਦੇ ਸਟੂਡੀਓ 'ਚ ਕਾਲ ਕਰਨ ਦਾ ਧੰਨਵਾਦ ਜੀ ਆਪਣੇ ਅਜਨਾਬ ਸਾਹਿਬ ਮੇਰਾ ਖਿਆਲ ਤੁਹਾਨੂੰ ਉਹਨਾਂ ਦੀ ਆਵਾਜ਼ ਵੀ ਸੁਣ ਗਈ ਹੋਣੀ ਆ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਸਾਡੇ ਜਿਹੜੇ ਸਰੋਤੇ ਆ ਉਹ ਵੀ ਇਸ ਵੇਲੇ ਪੂਰੇ ਕਿੱਥੇ ਗੱਲਬਾਤ ਕਰਦੇ ਆ ਜੀ ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਇਸ ਵੇਲੇ ਇਲੈਕਸ਼ਨ ਹੋਈ ਹੈ ਜੇ ਅਸੀਂ ਪੰਜਾਬ ਆਮ ਆਦਮੀ ਪਾਰਟੀ ਨੂੰ ਕਈ ਲੋਕ ਇਸ ਵੇਲੇ ਕਹਿ ਰਹੇ ਆ ਕਿ ਪੰਜਾਬ ਆਮ ਆਦਮੀ ਪਾਰਟੀ ਕੋਲ ਕੈਂਡੀਡੇਟ ਅੱਛੇ ਨਹੀਂ ਸੀਗੇ ਜਾਂ ਫਿਰ ਉਹਨਾਂ ਕੋਲ ਸਾਧਨ ਨਹੀਂ ਸੀ ਕਿ ਉਹਨਾਂ ਕੋਲ ਕੋਈ ਚੋਣ ਲੜਨ ਦਾ ਮੁੱਦਾ ਨਹੀਂ ਸੀਗਾ ਮੇਰਾ ਖਿਆਲ ਹੈ ਕਿ ਇਹ ਇੱਕ ਤਰ੍ਹਾਂ ਦਾ ਇੱਕ ਕੁਐਸਚਨ ਮਾਰਕ ਉਹਨਾਂ ਲੋਕਾਂ ਦੇ ਲੱਗਦਾ ਹੈ ਕਿ ਜਿਹੜੇ ਲੋਕ ਇਸ ਵੇਲੇ ਕਹਿ ਰਹੇ ਆ ਕਿ ਆਮ ਆਦਮੀ ਕਿਉਂਕਿ ਜੇ ਦੇਖਿਆ ਜਾਵੇ ਰੋਪੜ ਤੋਂ ਜਿਹੜੇ MLA ਜੇ ਉੱਤੇ ਇੱਕ ਟੈਕਸੀ ਡਰਾਈਵਰ ਆ ਜਿਹਨਾਂ ਨਾਲ ਅੱਜ ਆਪਾਂ ਗੱਲਬਾਤ ਕਰਨੀ ਹੈ ਇੱਕ ਸਧਾਰਨ ਪਰਿਵਾਰ ਨੂੰ ਬਿਲੋਂਗਿੰਗ MLA ਬਣੇ ਆ ਅਤੇ ਇਹ ਤਾਂ ਅਸੀਂ ਨਹੀਂ ਕਹਿ ਸਕਦੇ ਕਿ ਆਮ ਆਦਮੀ ਪਾਰਟੀ ਕੋਈ ਲੀਡਰ ਨਹੀਂ ਸੀ ਆਮ ਆਦਮੀ ਪਾਰਟੀ ਕੋ ਦੁਆ ਨਹੀਂ ਸੀ ਅਗਰ ਇਹ ਵੀ ਉਹਨਾਂ ਉੱਤੇ ਕੁਐਸਚਨ ਮਾਰਕ ਲੱਗਦਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਲੋਕ ਹੈ ਉਹ ਦਿੱਲੀ ਤੋਂ ਹੀ ਚੱਲਦੀ ਹੈ ਆਮ ਆਦਮੀ ਪਾਰਟੀ ਮੈਂ ਇਹਦੇ ਨਾਲ ਵੀ ਕਿਤੇ ਨਾ ਕਿਤੇ ਸਹਿਮਤ ਨਹੀਂ ਕਿਉਂਕਿ ਜੇ ਦੇਖਿਆ ਜਾਵੇ BJP ਵੀ ਤਾਂ ਦਿੱਲੀ ਤੋਂ ਚੱਲਦੀ ਹੈ ਅਤੇ ਕਾਂਗਰਸ ਜਿਹੜੀ ਉਹ ਤੋਂ ਉਹ ਵੀ ਹੀ 100% ਦਿੱਲੀ ਤੋਂ ਹੀ ਚੱਲਦੀ ਹੈ ਕਿਉਂਕਿ ਜਿਹੜੇ ਕਾਂਗਰਸ ਔਰ ਕਾਂਗਰਸ ਵਾਲੇ ਅਤੇ BJP ਵਾਲੇ ਜਾਂ ਅਕਾਲੀ ਦਲ ਵਾਲੇ ਵੀ ਇਹੀ ਕਹਿ ਰਹੇ ਸੀਗੇ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਭਾਈਆਂ ਦੀ ਪਾਰਟੀ ਹੈ ਮੈਂ ਇਹਨਾਂ ਨਾਲ ਕਿਤੇ ਨਾ ਕਿਤੇ ਸਹਿਮਤ ਨਹੀਂ ਹੈ ਕਿਉਂਕਿ ਇਹਨਾਂ ਲੋਕਾਂ ਨੇ ਇਹ ਵੀ ਦਿੱਲੀ ਤੋਂ ਹੀ ਜੋ ਦਿੱਲੀ ਤੋਂ ਹੁਕਮ ਹੁੰਦਾ ਹੈ ਉਹੀ ਹੁੰਦਾ ਹੈ ਇਕੱਲੇ ਕੈਪਟਨ ਸਾਹਿਬ ਕੁਛ ਨਹੀਂ ਕਰ ਸਕਦੇ ਪੰਜਾਬ ਦੇ ਅੰਦਰ ਜਦ ਤੱਕ ਦਿੱਲੀ ਤੋਂ ਨਹੀਂ ਹੁੰਦਾ ਕੀ ਕਹਿਣਾ ਚਾਹੁੰਦੇ ਹਾਂ ਇਹਦੇ ਬਾਰੇ ਵਿਕਰਮ ਜੀ ਅਸੀਂ ਹੁਣੇ ਹੁਣੇ ਆਪਣੀ ਗੱਲ ਵਿੱਚ ਚੱਲਦੀ ਆ ਸਾਡੇ ਆਮ ਆਦਮੀ ਪਾਰਟੀ ਤੋਂ ਜਿਹੜੇ ਵਿਧਾਨ ਸਭਾ ਗੜਸ਼ਕ ਤੋਂ ਆਪਾਂ ਲਈ ਜਿੱਤੇ ਹਨ MLA ਵਾਲੇ ਉਹ ਸਾਡੇ ਵਿੱਚ ਆ ਚੁੱਕੇ ਹਨ ਬਿਲਕੁਲ ਜੀ ਇੱਕ ਗੱਲਬਾਤ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਜ਼ਰੂਰ ਅਸੀਂ ਲਵਾਂਗੇ ਅਤੇ ਨਾਲ ਦੀ ਨਾਲ ਇੱਕ ਬ੍ਰੇਕ ਤੋਂ ਬਾਅਦ ਅਸੀਂ ਹਲਕਾ ਗੜਸ਼ੰਕਰ ਤੋਂ ਸਾਡੇ ਨਾਲ ਹੋਣਗੇ MLA ਰੋੜੀ ਸਾਹਿਬ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਅਤੇ ਪਿਆਰਾ ਜਿਹਾ ਗੀਤ ਸੁਣ ਕੇ ਅਸੀਂ ਦੁਆਰਾ ਆਪਣੇ ਪਰਦੇਸੀ TV ਦੇ ਦਰਸ਼ਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੁੰਦੇ ਹਾਂ ਤੁਸੀਂ ਕਿਤੇ ਨਹੀਂ ਜਾਣਾ ਜੁੜੇ ਰਹਿਣਾ ਜੀ ਪਰਦੇਸੀ TV ਦੇ ਨਾਲ ਅਸੀਂ ਹੁਣੇ ਗਏ ਅਤੇ ਹੁਣੇ ਆਏ
ਸਵਾਗਤ ਹੈ ਜੀ ਇੱਕ ਵਾਰ ਫਿਰ ਪਰਦੇਸੀ ਟੀਵੀ ਦੇ ਵਿੱਚ ਸਾਰੇ ਪਰਦੇਸੀ ਟੀਵੀ ਦੇ ਦਰਸ਼ਕਾਂ ਦਾ। ਮੈਂ ਅੱਜ ਦਾ ਪ੍ਰੋਗਰਾਮ ਲੈ ਕੇ ਸਟੂਡੀਓ ਤੋਂ ਹਾਜ਼ਰ ਹੈ ਜੀ। ਮੇਰੇ ਨਾਲ ਇਸ ਵੇਲੇ ਇੰਡੀਆ ਤੋਂ ਸਾਡੇ ਮਹਿਮਾਨ ਜੁੜ ਚੁੱਕੇ ਆ ਜੀ। ਇੰਟਰੋਡਿਊਸ ਕਰਨ ਤੋਂ ਪਹਿਲਾਂ ਮੈਂ ਜੀ ਸਟੂਡੀਓ ਦਾ ਨੰਬਰ ਦੱਸਣਾ ਚਾਹੁੰਦਾ, ਅਗਰ ਤੁਸੀਂ ਕਾਲ ਕਰਨੀ ਚਾਹੁੰਦੇ ਸਾਡੇ ਮਹਿਮਾਨ ਤੱਕ ਪਹੁੰਚ ਕਰਨਾ ਚਾਹੁੰਦੇ, ਨੰਬਰ ਜੀ 647-933-1313 ਨਾਲ ਦੀ ਨਾਲ ਟੈਕਸ ਕਰਨ ਦੇ ਨੰਬਰ ਹੈ ਜੀ 416-984-1313 'ਤੇ ਟੈਕਸ ਕਰਕੇ ਤੁਸੀਂ ਮੇਰੇ ਤੱਕ ਵੀ ਆਪਣੇ ਕੁਐਸਚਨ ਪਹੁੰਚਾ ਸਕਦੇ। ਕੋਸ਼ਿਸ਼ ਕਰੋ ਕਿ ਇਸ ਵੇਲੇ ਸਟੂਡੀਓ ਤੋਂ ਕਾਲ ਕਰੋ ਅਤੇ ਸਟੂਡੀਓ 'ਤੇ ਕਾਲ ਕਰਕੇ ਲਾਈਵ ਆਪਣਾ ਯੋਗਦਾਨ ਲਓ ਜੀ। ਮੇਰੇ ਨਾਲ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਜਿਹੜੇ ਕਿ ਗੜਸ਼ੰਕਰ ਤੋਂ ਇਸ ਵੇਲੇ MLA ਆ ਜੀ ਜੈ ਕਿਸ਼ਨ ਸਿੰਘ ਰੋੜੀ ਜੀ। ਸਵਾਗਤ ਹੈ ਜੀ ਜੈ ਕਿਸ਼ਨ ਸਿੰਘ ਜੀ ਰੋੜੀ ਆਪਦਾ ਪਰਦੇਸੀ ਟੀਵੀ ਦੇ ਵਿੱਚ, ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਪਰਦੇਸੀ ਟੀਵੀ ਦੇ ਵਿੱਚ ਕੈਨੇਡਾ ਦੇ ਵਿੱਚ ਨੌਰਥ ਅਮਰੀਕਾ ਦੇ ਵਿੱਚ ਇਸ ਵੇਲੇ ਤੁਹਾਨੂੰ ਦੇਖ ਰਹੇ ਸਾਰੇ ਸਰੋਤਿਆਂ ਵੱਲੋਂ ਤੁਹਾਨੂੰ ਜੀ ਆਇਆਂ ਅਤੇ ਇੱਕ ਵਾਰ ਦਿਲੋਂ ਦਿਲ ਦੀਆਂ ਗਰਾਈਆਂ ਤੋਂ ਤੁਹਾਡਾ ਨਿੱਘਾ ਸਵਾਗਤ ਹੈ। ਕੀ ਕਹਿਣਾ ਚਾਹੁੰਦੇ ਆ ਜੀ? ਧੰਨਵਾਦ ਸਾਰੇ ਮੇਰੇ ਵੀਰਾਂ ਨੂੰ, ਸਤਿ ਸ਼੍ਰੀ ਅਕਾਲ। ਬਿਲਕੁਲ ਜੀ ਗੱਲਬਾਤ ਕਰਾਂਗੇ ਜੀ ਨਾਲ ਦੀ ਨਾਲ ਤੁਹਾਡੇ ਸਿਆਸੀ ਜੀਵਨ ਬਾਰੇ, ਨਾਲ ਦੀ ਨਾਲ ਆਮ ਆਦਮੀ ਪਾਰਟੀ ਬਾਰੇ, ਨਾਲ ਦੀ ਨਾਲ ਜਿਹੜੀ ਕਿ ਇਸ ਵੇਲੇ ਸਰਕਾਰ ਬਣਾ ਚੁੱਕੀ ਹੈ ਕਾਂਗਰਸ ਪਾਰਟੀ ਬਾਰੇ ਵੀ, ਅਤੇ ਕਾਂਗਰਸ ਨੂੰ ਵੀ ਮੁਬਾਰਕਾਂ ਅਸੀਂ ਦੇਵਾਂਗੇ ਕਿਉਂਕਿ ਉਹਨਾਂ ਨੇ ਬਹੁਤ ਭਾਰੀ ਜਿੱਤ ਪ੍ਰਾਪਤ ਕੀਤੀ ਹੈ। ਨਾਲ ਦੀ ਨਾਲ ਉਹਨਾਂ ਦੇ ਕੁਛ ਕੰਮ ਜਿਹੜੇ ਅੱਜ ਤੱਕ ਕੀਤੇ ਆ, ਸ਼ਲਾਘਾ ਜੋ ਕਿ ਉਹਨਾਂ ਨੇ ਕੀਤੇ ਉਹਨਾਂ ਬਾਰੇ ਵੀ ਗੱਲ ਕਰਾਂਗੇ, ਨਾਲ ਦੀ ਨਾਲ ਜਿਹੜੇ ਕਿ ਉਹਨਾਂ ਨੇ ਵਾਅਦੇ ਕੀਤੇ ਉਹਦੇ ਬਾਰੇ ਵੀ ਗੱਲ ਕਰਾਂਗੇ, ਨਾਲ ਦੀ ਨਾਲ ਤੁਹਾਡੇ ਨਾਲ ਵੀ ਵਿਚਾਰ ਵਟਾਂਦਰਾ ਕਰਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਡੇ ਸਿਆਸੀ ਜੀਵਨ ਬਾਰੇ ਜਾਣਨਾ ਚਾਹੁੰਦਾ ਜੀ, ਤੁਸੀਂ ਕਿੱਥੋਂ ਸਿਆਸੀ ਜੀਵਨ ਆਪਣਾ ਸਟਾਰਟ ਕੀਤਾ ਅਤੇ ਕਿਵੇਂ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਆਮਨਗਰ ਦੇ ਵਿੱਚ ਵੀ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਹਿੰਮਤ ਸਿੰਘ ਸ਼ੇਰਗਿੱਲ ਜੀ ਨੇ ਇਲੈਕਸ਼ਨ ਲੜੀ ਸੀ ਲੋਕ ਸਭਾ ਦੀ, ਉਸ ਸਮੇਂ ਮੈਂ ਪਾਰਟੀ ਜੁਆਇਨ ਕੀਤੀ ਤੇ ਪਾਰਟੀ ਲਈ ਕੰਮ ਕਰਨਾ ਸ਼ੁਰੂ ਕੀਤਾ ਤੇ ਪਾਰਟੀ ਲਈ ਉਸ ਟਾਈਮ ਪਿੰਡਾਂ ਵਿੱਚ ਮੀਟਿੰਗਾਂ ਜਾਂ ਹੋਰ ਰੇਜ਼ ਕਰਵਾਏ। ਉਹਦੇ ਨਾਲ ਨਾਲ ਪਾਰਟੀ ਨੇ ਪਹਿਲਾਂ ਮੈਨੂੰ ਬੂਥ ਦਾ ਇੰਚਾਰਜ ਆਪਣੇ ਜਿਹੜੇ ਗੜਸ਼ੰਕਰ ਵਾਰਡ ਨੰਬਰ 8 ਦਾ ਲਗਾਇਆ। ਉਹ ਤੋਂ ਬਾਅਦ ਪਾਰਟੀ ਨੇ ਮੈਨੂੰ ਕੰਮ ਦਿੱਤਾ, ਸੋ ਮੈਨੂੰ 12 ਕੁ ਪਿੰਡਾਂ ਦਾ ਇੱਕ ਸਰਕਲ ਬਣਾ ਕੇ ਦਿੱਤਾ ਤੇ ਉਹਦੇ ਵਿੱਚ ਮੈਨੂੰ ਸਰਕਲ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ। ਉਸ ਤੋਂ ਬਾਅਦ ਪਾਰਟੀ ਨੇ ਮੈਨੂੰ ਲੋਕ ਸਭਾ ਹਲਕਾ 6 ਆਨੰਦਪੁਰ ਸਾਹਿਬ ਤੋਂ, ਜਿਹਦੇ ਵਿੱਚ 9 ਵਿਧਾਨ ਸਭਾ ਆਉਂਦੀਆਂ ਨੇ, ਗੜਸ਼ੰਕਰ, ਨਵਾਂ ਸ਼ਹਿਰ, ਬੰਗਾ, ਬਲਾਚੌਰ, ਰੋਪੜ, ਚਮਕੌਰ ਸਾਹਿਬ, ਖਰੜ ਤੇ ਮੋਹਾਲੀ, ਲੋਕ ਸਭਾ ਦਾ ਮੈਨੂੰ ਆਪਣੇ ਯੂਥ ਵਿੰਗ ਦਾ ਪ੍ਰਧਾਨ ਲਗਾਇਆ ਤੇ ਉਦੋਂ ਬਾਅਦ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਤੇ ਗੜਸ਼ੰਕਰ ਦੇ ਜਿਹੜੇ ਮੇਰੇ ਆਪਣੇ ਵੋਟਰ ਸਪੋਟਰ ਨੇ ਤੇ ਪੰਜਾਬ ਦੇ ਤੇ NRI ਵੀਰਾਂ ਦੀ ਪੂਰੀ ਮਦਦ ਦੇ ਨਾਲ ਇੱਥੇ ਗੜਸ਼ੰਕਰ ਸੀਟ ਜਿੱਤ ਪ੍ਰਾਪਤ ਹੋਈ। ਬਿਲਕੁਲ ਜੀ, ਸਿਆਸਤ ਤੋਂ ਪਹਿਲਾਂ ਆਮ ਆਦਮੀ ਪਾਰਟੀ ਜਵਾਨ ਕਰਨ ਤੋਂ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਨਹੀਂ ਸੀ ਪੰਜਾਬ ਦੇ ਅੰਦਰ, ਸਿਰਫ ਦੋ ਰਵਾਇਤੀ ਪਾਰਟੀਆਂ ਜਿਹੜੀਆਂ ਸੀਗੀਆਂ ਪੰਜਾਬ ਦੇ ਅੰਦਰ ਰਾਜ ਕਰ ਰਹੀਆਂ ਸੀ, ਇੱਕ ਵਿਰੋਧੀ ਧਿਰ ਹੁੰਦੀ ਸੀਗੀ, ਉਸ ਵੇਲੇ ਤੁਹਾਡਾ ਜੀਵਨ ਤੁਸੀਂ ਕੀ ਕਰ ਰਹੇ ਸੀਗੇ, ਕੀ ਕਰਦੇ ਸੀਗੇ? ਜੀਵਨ ਮੇਰਾ ਸੀ ਆਮ ਲੋਕਾਂ ਦਾ ਹੁੰਦਾ ਹੀ ਆ। ਪੜ੍ਹਾਈ ਕਰਨ ਤੋਂ ਬਾਅਦ ਮੈਂ ਆਪਣੀ ਫੋਟੋਗ੍ਰਾਫਰ ਦੀ ਦੁਕਾਨ ਖਾਸਾ ਕਾਲਜ ਗੜਸ਼ੰਕਰ ਬਿਲਕੁਲ ਸਾਹਮਣੇ 2001 ਦੇ ਵਿੱਚ ਪਾਈ ਸੀ ਤੇ ਉਹਦੇ ਵਿੱਚ ਮੈਂ ਆਪਣੇ ਜਿਹੜੇ ਆਮ ਲੋਕਾਂ ਦੇ ਮਸਲੇ ਨੇ, ਵੈਸੇ ਸ਼ਹਿਰ ਦੇ ਵਿੱਚ ਕਿਸੇ ਦੀ ਮਦਦ ਜਾਂ ਗਰੀਬ ਲੋਕਾਂ ਦੀ ਮਦਦ ਆਮ ਤੌਰ ਕਰਕੇ ਖੇਡਾਂ ਦੇ ਵਿੱਚ ਮੈਂ ਕਾਫੀ ਪਾਰਟਿਸਪੇਟ ਕਰਦਾ ਜੀ। ਰੋਹਿਤ ਸਾਹਿਬ, ਮੈਂ ਤੁਹਾਡੀ ਐਜੂਕੇਸ਼ਨ ਬਾਰੇ ਵੀ ਜਾਣਕਾਰੀ ਲੈਣਾ ਚਾਹੂੰਗਾ ਜੀ। ਐਜੂਕੇਸ਼ਨ ਮੈਂ ਪਹਿਲਾਂ SVS ਸਕੂਲ ਸੀਨੀਅਰ ਸੈਕੰਡਰੀ ਗੜਸ਼ੰਕਰ 8ਵੀਂ ਤੱਕ ਪੜ੍ਹਾਈ ਕੀਤੀ। ਉਹ ਤੋਂ ਬਾਅਦ 2 ਸਾਲ ਮੈਂ ਮਨਰਵਾ ਸਕੂਲ ਪਬਲਿਕ ਗੜਸ਼ੰਕਰ ਤੇ ਉਹ ਤੋਂ ਬਾਅਦ +1-2 ਜਿਹੜੀ ਆ ਉਹ ਸੀਨੀਅਰ ਸੈਕੰਡਰੀ ਸਕੂਲ ਗੜਸ਼ੰਕਰ ਤੋਂ ਕੀਤੀ ਹੈ ਤੇ BA ਫਸਟ ਈਅਰ ਦੇ ਵਿੱਚ ਮੈਂ ਐਡਮਿਸ਼ਨ ਲਈ ਸੀ ਤੇ ਗ੍ਰੈਜੂਏਸ਼ਨ ਪੂਰੀ ਨਹੀਂ ਕਰ ਸਕਿਆ ਕਿਉਂਕਿ ਮੈਂ ਦੁਕਾਨ ਕਰ ਲਈ ਸੀ ਕਿਉਂਕਿ ਮੇਰੀ ਪਰਿਵਾਰਕ ਲੋੜਾਂ ਸੀ। ਬਿਲਕੁਲ ਜੀ, ਨਾਲ ਦੀ ਨਾਲ ਸਾਡੇ ਜਿਹੜੇ ਸਹਿਯੋਗੀ ਇਸ ਵੇਲੇ ਉਹਨਾਂ ਦੇ ਨਾਲ ਬੜੇ ਦਲਜੀਤ ਸਿੰਘ ਜੀ ਨੂੰ ਉਹ ਵੀ ਕੁਛ ਕੋਈ ਨਾ ਕੋਈ ਕੁਐਸਚਨ ਜ਼ਰੂਰ ਪੁੱਛਣਗੇ। ਦਲਜੀਤ ਸਿੰਘ ਉਹਨਾਂ ਨੂੰ ਕੁਐਸਚਨ ਪੁੱਛਣ ਤੋਂ ਪਹਿਲਾਂ ਮੈਂ ਜਿਹਨੂੰ ਰੋਹਰੀ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਇੱਕ ਤੁਹਾਡੇ ਆਉਣ ਤੋਂ ਪਹਿਲਾਂ ਇੱਕ ਕਾਲ ਆਈ ਸੀ ਸਾਡੇ ਸਰੋਤਿਆਂ ਦੀ, ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਦੱਸਿਆ ਸੀਗਾ ਕਿਵੇਂ ਆਮ ਆਦਮੀ ਪਾਰਟੀ ਨੇ MLA ਖੜੇ ਕੀਤੇ ਆ। ਕਿੰਨੇ ਕੁ ਜਿਹੜੇ MLA ਇਸ ਵੇਲੇ ਇਲੈਕਸ਼ਨਾਂ ਜਿੱਤ ਚੁੱਕੇ ਆ ਜਿਹੜੇ ਕਿ ਤੁਹਾਡੇ ਵਾਂਗੂ ਇੱਕ ਬੋਟਮ ਲਾਈਨ ਤੋਂ ਜਿਨ੍ਹਾਂ ਨੇ ਸਟਾਰਟ ਕੀਤਾ, ਕਿੰਨੇ ਕੁ MLA ਜਿਹੜੇ ਆਮ ਆਦਮੀ ਪਾਰਟੀ ਦੇ?
ਰੋੜੀ ਸਾਹਿਬ ਵਾਂਗੂ ਪਹਿਲੀ ਵਾਰ ਪੋਲੀਟਿਕਸ ਦੇ ਵਿਚ ਸਿਆਸਤ ਦੇ ਵਿਚ ਆਏ ਆ, ਕਿਹੜੇ ਕਿੰਨੇ ਐਮ ਐਲ ਏ ਜਿਹੜੇ ਜਿੱਤੇ ਆ ਜੀ? ਤਕਰੀਬਨ ਜੇਕਰ ਉਹਨਾਂ ਦੀ ਤੁਸੀਂ ਗਿਣਤੀ ਕਰਦੇ ਆ, ਬੈਂਸ 22 ਵੈਸੇ ਆਏ ਨੇ, 2 ਆਪਣੇ ਲੋਕ ਇਨਸਾਫ਼ ਪਾਰਟੀ ਤੋਂ ਬੈਂਸ ਬ੍ਰਦਰ ਨੇ, ਤੇ 20 ਜਿਹੜੇ ਉਮੀਦਵਾਰ ਨੇ ਸਾਡੀ ਆਮ ਆਦਮੀ ਪਾਰਟੀ ਤੋਂ ਆਏ ਨੇ। 20 ਦੇ ਵਿੱਚੋਂ ਜੇਕਰ ਗਿਣਤੀ ਕਰ ਲੈਂਦੇ ਹਾਂ, ਖਹਿਰਾ ਸਾਹਿਬ ਤੇ ਅਮਨ ਅਰੋੜਾ ਜੀ ਨੇ ਜਿਹੜੇ ਪਹਿਲਾਂ ਇਲੈਕਸ਼ਨ ਲੜ ਚੁੱਕੇ ਨੇ ਹੋਰ ਪਾਰਟੀਆਂ ਤੋਂ, ਬਾਕੀ ਤਾਂ ਜਿੰਨੇ 18 ਕੈਂਡੀਡੇਟ ਨੇ ਉਹ ਤਾਂ ਬਿਲਕੁਲ ਫਰੈਸ਼ ਨੇ ਸਾਡੀ ਆਮ ਆਦਮੀ ਪਾਰਟੀ 'ਚ, ਉਹਨਾਂ ਨੇ ਫਸਟ ਜੁਆਇਨਿੰਗ ਮੇਰੇ ਹਿਸਾਬ ਨਾਲ ਹੈਗੀ ਉਹਨਾਂ ਦੇ। ਬਹੁਤ ਵਧੀਆ, ਮੇਰਾ ਖਿਆਲ ਹੈ ਵੀ ਜੇ ਤੁਹਾਡੇ ਕਹਿਣ ਦਾ 4-5 ਐਮਐਲਏ ਨੂੰ ਛੱਡ ਕੇ ਬਾਕੀ ਸਾਰੇ ਦੇ ਸਾਰੇ ਜਿੰਨੇ ਆਮ ਆਦਮੀ ਪਾਰਟੀ ਦੇ ਇਸ ਵੇਲੇ ਐਮਐਲਏ ਬਣੇ ਆ, ਵਿਰੋਧੀ ਦਲ ਦੀ ਸੀਟ ਤੇ ਜਾ ਕੇ ਬਹਿਣਗੇ ਬੈਠਣਗੇ, ਉਹ ਨਵੇਂ ਆ, ਉਹਨਾਂ ਦਾ ਜਿਹੜਾ ਸਿਆਸੀ ਜੀਵਨ ਬਿਲਕੁਲ ਨਵਾਂ ਜੀ। ਹਾਂਜੀ, ਮੇਰਾ ਖਿਆਲ ਦਲਜੀਤ ਸਿੰਘ ਜੀ ਤੁਸੀਂ ਕੁਛ ਪੁੱਛਣਾ ਚਾਹੁੰਦੇ ਆ ਆਪਣੇ ਰੋੜੀ ਸਾਹਿਬ ਤੋਂ? ਵੈਸੇ ਤਾਂ ਮੈਂ ਜਿਹੜਾ ਦੁਆਬੇ ਨੂੰ ਜੁਆਇਨ ਕਰਦਾ ਤੁਹਾਨੂੰ ਪਤਾ ਆ, ਤੇ ਦੁਆਬੇ ਦੇ ਵਿੱਚ ਸਾਡੀ ਜਿਹੜੀ ਆਪਾਂ ਇੱਕ ਖਹਿਰਾ ਸਾਹਿਬ ਜਿੱਤੇ ਨੇ, ਇੱਕ ਮੈਨੂੰ ਸੀਟ ਮਿਲੀ ਆ, ਉਹ ਤੋਂ ਬਾਅਦ ਇੱਕ ਰੋਪੜ ਤੋਂ ਸੀ ਸਾਡੇ ਪੁਆਧ ਤੋਂ ਜੇਕਰ ਆਪਾਂ ਗੱਲ ਕਰ ਲੈਂਦੇ ਹਾਂ ਅਮਰਜੀਤ ਸਿੰਘ ਸਦੋਆ, ਉਹ ਵੀ ਇੱਕ ਆਮ ਜੀਵਨ ਸੀਗਾ। ਉਹ ਤੋਂ ਬਾਅਦ ਬਾਕੀ ਜਿੰਨੇ ਕੈਂਡੀਡੇਟ ਨੇ ਸਾਰੇ ਮਾਲਵੇ ਦੇ ਨੇ, ਕੁਛ ਕੁ ਨੂੰ ਮੈਂ ਜਾਣਦਾ ਹਾਂ ਤੇ ਕੁਛ ਨੂੰ ਹੁਣ 2-4 ਦਿਨ ਪਹਿਲੀ ਵਾਰ ਮਿਲੇ ਜੀ। ਵਿਕਰਮ ਜੀ, ਇੱਕ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਲੋਕਾਂ ਨੂੰ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਜਿਨ੍ਹਾਂ ਦਾ ਜੀਵਨ ਬਿਲਕੁਲ ਹੀ ਸਿਆਸਤ ਦੇ ਨਾਲ ਨਹੀਂ ਸੀ ਅਤੇ ਬਿਲਕੁਲ ਹੀ ਇੱਕ ਨਵਾਂ ਇੱਕ ਸੱਚੇ ਸੁੱਚੇ ਆਦਮੀ ਦੇ ਵਾਂਗੂ ਸੀ। ਅਰੋੜੀ ਸਾਹਿਬ, ਜਦੋਂ ਤੁਸੀਂ ਹੁਣ ਵਿਰੋਧੀ ਧਿਰ ਦੇ ਉੱਤੇ ਬੈਠੋਗੇ, ਕੀ ਤੁਸੀਂ ਉੱਥੇ ਨਸ਼ਿਆਂ ਦੇ ਜਿਹੜਾ ਕੈਪਟਨ ਸਾਹਿਬ ਦੀ ਸਰਕਾਰ ਨੇ ਇਸ ਵੇਲੇ ਵਾਅਦੇ ਕੀਤੇ ਸੀਗੇ ਵੀ ਅਸੀਂ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦਾਂਗੇ, ਮੇਰਾ ਖਿਆਲ ਹਫ਼ਤਾ ਤਾਂ ਹੋ ਵੀ ਚੱਲਿਆ, ਕੋਈ ਹਾਲੇ ਸਟੈਂਡ ਵੀ ਕੋਈ ਮੈਨੂੰ ਦੱਸਿਆ ਨਹੀਂ ਕਲੀਅਰ, ਅਤੇ ਨਾਲ ਦੀ ਨਾਲ ਕਈ ਬਿਜਲੀ ਬਾਰੇ ਵੀ ਉਹਨਾਂ ਨੇ ਕਹੀ ਆ ਗੱਲ, ਕਈ ਸਮਾਰਟਫੋਨਾਂ ਬਾਰੇ ਵੀ ਗੱਲ ਕੀਤੀ ਆ ਅਤੇ ਨੌਕਰੀਆਂ ਬਾਰੇ ਵੀ ਗੱਲ ਕੀਤੀ ਆ, ਕਿ ਜਦੋਂ ਤੁਸੀਂ ਵਿਰੋਧੀ ਧਿਰ ਦੇ ਵਿੱਚ ਜਾਓਗੇ ਇਹਨਾਂ ਵਾਅਦਿਆਂ ਨੂੰ ਜਿਹੜੇ ਕੈਪਟਨ ਸਾਹਿਬ ਨੇ ਲੋਕਾਂ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਆ ਉਹਨਾਂ ਬਾਰੇ ਉਹਨਾਂ ਨੂੰ ਯਾਦ ਕਰਾਉਂਦੇ ਰਹੋਗੇ? ਸਾਨੂੰ ਪੰਜਾਬ ਦੇ ਲੋਕਾਂ ਨੇ ਇੱਕ ਉਮੀਦ ਦੇ ਨਾਲ ਇੱਕ ਆਸ ਦੇ ਨਾਲ ਆਮ ਆਦਮੀ ਪਾਰਟੀ ਨੂੰ ਚੁਣਿਆ ਸੀ, ਉਹਦੇ ਵਿੱਚ ਸਫਲਤਾ ਭਾਵੇਂ ਸਾਨੂੰ 20-22 ਨੂੰ ਮਿਲੀ ਹੈ, ਪਰ ਜੇਕਰ ਆਪਾਂ ਗੱਲ ਕਰਦੇ ਹਾਂ ਕੈਪਟਨ ਸਾਹਿਬ ਦੀ ਸਰਕਾਰ ਦੀ, ਜੇਕਰ ਉਹ ਇਮਾਨਦਾਰੀ ਨਾਲ ਕੰਮ ਕਰਨਗੇ, ਆਪਣੇ ਕੀਤੇ ਹੋਏ ਵਾਅਦੇ ਪੂਰੇ ਕਰਨਗੇ, ਸਾਨੂੰ ਬਹੁਤ ਖੁਸ਼ੀ ਹੋਵੇਗੀ, ਔਰ ਅਸੀਂ ਜਿਹੜੀ ਨੈਗੇਟਿਵ ਪੋਲੀਟਿਕਸ ਆ ਉਹ ਬਿਲਕੁਲ ਕਰਨੀ ਚਾਹਵਾਨ ਨਹੀਂ। ਸਾਨੂੰ ਸਹੁੰ ਚੱਕ ਸਮਾਗਮ 'ਤੇ ਵੀ ਬੁਲਾਇਆ ਸੀ, ਅਸੀਂ ਸਾਰੇ ਕੈਂਡੀਡੇਟ ਗਏ ਸੀਗੇ, ਉਹ ਤੋਂ ਬਾਅਦ ਜੇਕਰ ਉਹ ਆਪਣੇ ਵਾਅਦੇ ਤੋਂ ਭੱਜਣਗੇ ਤਾਂ ਮੈਂ ਤੁਹਾਡਾ ਸਾਰਿਆਂ ਨਾਲ ਵਾਅਦਾ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਜਿੰਨੇ ਸੀ ਕੈਂਡੀਡੇਟ ਉਹਨਾਂ ਨੂੰ ਆਪਣੇ ਵਾਅਦੇ ਤੋਂ ਭੱਜਣ ਹੀ ਹੋਣਗੇ। ਬਿਲਕੁਲ ਜੀ, ਅਸੀਂ ਵੀ ਪਰਦੇਸੀ ਟੀਮ ਦੀ ਸਾਰੀ ਟੀਮ ਉਸ ਇਨਸਾਨ ਦੇ ਨਾਲ ਉਸ ਪਾਰਟੀ ਦੇ ਨਾਲ ਪੂਰੀ ਸਪੋਰਟ ਕਰੂਗੀ। ਪਰਦੇਸੀ ਟੀਵੀ ਦਾ ਜਿਹੜਾ ਦਰਵਾਜ਼ਾ ਜਿਹੜਾ ਮੰਚ ਹੈ ਉਸ ਪੋਲੀਟੀਕਲ ਇਨਸਾਨ ਦੇ ਨਾਲ ਜਿਹੜੇ ਐਮ ਐਲ ਏ ਜਿੱਤ ਕੇ ਗਏ ਆ, ਚਾਹੇ ਉਹ ਸਰਕਾਰ ਵਿੱਚ ਹਨ ਚਾਹੇ ਵਿਰੋਧੀ ਧਿਰ ਦੇ ਵਿੱਚ ਹਨ, ਆਪਣਾ ਸੁਨੇਹਾ ਪਹੁੰਚਾਉਣ ਦੇ ਲਈ ਹਮੇਸ਼ਾ ਖੁੱਲ੍ਹਾ ਰਹੇ, ਬਸ਼ਰਤੇ ਕਿ ਉਹ ਇੱਕ ਸੱਚੇ ਇਮਾਨਦਾਰ ਹੋਣ, ਨਾ ਕਿ ਉਹ ਬਗਲ ਮਸ਼ਹੂਰੀ ਵਾਲਾ ਕੰਮ ਹੋਵੇ ਕਿ ਇੱਧਰ ਕੁਛ ਹੋਰ ਆ ਕੇ ਲੋਕਾਂ ਤੱਕ ਕੁਛ ਹੋਰ ਹੋਣ। ਅਤੇ ਇੱਕ ਰੋੜੀ ਸਾਹਿਬ, ਕੈਪਟਨ ਸਾਹਿਬ ਨੇ ਵੋਟਾਂ ਤੋਂ ਪਹਿਲਾਂ ਇੱਕ ਬਿਆਨ ਦਿੱਤਾ ਜੀ, ਪਤਾ ਨਹੀਂ ਉਹ ਕਿੱਥੇ ਤੱਕ ਸੱਚ ਹੈ, ਲੇਕਿਨ ਸੁਣਨ ਵਿੱਚ ਜ਼ਰੂਰ ਆਇਆ ਸੀਗਾ ਵੀ ਅਗਰ ਕਾਂਗਰਸ ਦੀ ਸਰਕਾਰ ਬਣਦੀ ਹੈ NRI ਆਪਣੇ ਬਜ਼ੁਰਗਾਂ ਦੇ ਭੋਗ 'ਤੇ ਆਉਣ ਨੂੰ ਵੀ ਤਰਸਣਗੇ, ਅਗਰ ਜੇ ਇਹ ਹੁੰਦਾ ਕਿ ਆਮ ਆਦਮੀ ਪਾਰਟੀ ਇਹਦਾ ਕੀ ਸਟੈਂਡ ਹੋਊਗਾ? ਜੇਕਰ ਮੈਂ ਗੱਲ ਕਰਦਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਨੂੰ ਫੁਲਾਰਾ ਜਿੰਨਾ ਸਾਡੇ NRI ਵੀਰਾਂ ਨੇ ਦਿੱਤਾ, ਮੈਂ ਨਹੀਂ ਸੋਚਦਾ ਕਿ ਹੋਰ ਹੋ ਸਕਦਾ। ਗਦਰ ਲਹਿਰ ਦੀ ਗੱਲ ਕਰਦੇ ਹਾਂ, ਪਹਿਲਾਂ ਵੀ ਸਾਡੇ ਜਿਹੜੇ ਪੰਜਾਬੀਆਂ ਦਾ ਇਨਕਲਾਬੀ ਖੂਨ ਹੈ ਉੱਥੋਂ ਖੋਲਿਆ ਅਤੇ ਉਹਨਾਂ ਨੇ ਪੰਜਾਬ ਨੂੰ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਦੇ ਲਈ ਵੱਡੀਆਂ ਕੁਰਬਾਨੀਆਂ ਵੀ ਦਿੱਤੀਆਂ, ਅਤੇ ਮੈਂ ਹੁਣ ਸਮਝਦਾ
ਕਿ ਜਿੰਨੇ ਮੇਰੇ ਐਨ ਆਰ ਆਈ ਵੀਰ ਨੇ ਜੇਕਰ ਹੁਣ ਵੀ ਉਹਨਾਂ ਨੇ ਆਪਣੇ ਕੰਮ ਕਾਰ ਉੱਥੇ ਛੱਡ ਕੇ ਟਰੱਕਾਂ ਦੇ ਟਰੱਕ ਜਿਹੜੇ ਚੱਲਦੇ ਨੇ ਉਹ ਸਾਰੇ ਵਿਹਲੇ ਕਰਕੇ ਖੜੇ ਕਰਕੇ ਉਹ ਤੋਂ ਬਾਅਦ ਬੱਸਾਂ ਭਰ ਕੇ ਜਹਾਜ਼ਾਂ ਦੇ ਜਹਾਜ਼ ਭਰ ਕੇ ਪੰਜਾਬ ਵੱਲ ਰਵਾਨਾ ਹੋਏ ਸੀ। ਉਹਨਾਂ ਵੱਲੋਂ ਕੋਈ ਕਸਰ ਨਹੀਂ ਰਹੀ ਕਿ ਉਹ ਪੰਜਾਬ ਨੂੰ ਜਿਹੜਾ ਇੱਕ ਚਾਨਣ ਮੁਨਾਰਾ ਹੋਰ ਵਧੀਆ ਬਣਾਉਣਾ ਚਾਹੁੰਦੇ ਸੀ, ਪੰਜਾਬ ਨੂੰ ਇੱਕ ਖੁਸ਼ਹਾਲ ਪੰਜਾਬ ਬਣਾਉਣਾ ਚਾਹੁੰਦੇ ਸੀ। ਪਰ ਜੇਕਰ ਉਹਨਾਂ ਦੇ ਨਾਲ ਇੱਥੇ ਪੰਜਾਬ ਦੇ ਵਿੱਚ ਪਿਛਲੇ ਰਹਿੰਦੇ ਪਰਿਵਾਰਾਂ ਦੇ ਨਾਲ ਉਹਨਾਂ ਦੀ ਜ਼ਮੀਨ ਜਾਇਦਾਦਾਂ ਦੇ ਉਹਨਾਂ ਦੇ ਆਉਣ 'ਤੇ ਕੋਈ ਵੀ ਕਦੇ ਵੀ ਕੋਈ ਕਿੰਤੂ ਪਰੰਤੂ ਹੁੰਦੀ ਹੈ ਜਾਂ ਕੋਈ ਮੁਸ਼ਕਲ ਆਉਂਦੀ ਹੈ, ਆਮ ਆਦਮੀ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਆਪਣੇ ਵਲੰਟੀਅਰ ਜਿਹੜੇ ਆ ਐਨ ਆਰ ਆਈ ਵੀਰਾਂ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੇ ਆ। ਅਸੀਂ ਕਦੇ ਵੀ ਉਹਨਾਂ ਨਾਲ ਧੱਕਾ ਨਹੀਂ ਹੋਣ ਦਿਆਂਗੇ, ਇਹ ਸਾਡਾ ਉਹਨਾਂ ਨਾਲ ਵਾਅਦਾ ਹੈ। ਬਿਲਕੁਲ ਜੀ, ਅਸੀਂ ਆਸ ਵੀ ਇਹੋ ਕਰਦੇ ਹਾਂ ਕਿ ਐਨ ਆਰ ਆਈ ਜਿਹੜੇ ਇੱਕ ਇੱਥੇ ਇਹੋ ਜਿਹੀ ਰੋੜੀ ਸਾਹਿਬ ਦੱਸ ਦਈਏ ਕਿ ਇਹੋ ਜਿਹੀ ਲਾਈਫ ਹੈ ਕਿ ਅਗਰ ਤੁਸੀਂ ਇੱਕ ਦਿਨ ਵੀ ਕੰਮ ਤੋਂ ਆਫ ਕਰ ਜਾਂਦੇ ਹਾਂ ਤੁਹਾਡੀ ਲਾਈਫ ਘਰ ਚਲਾਉਣਾ ਚੱਲਣਾ ਔਖਾ ਹੋ ਜਾਂਦਾ। ਇਹਨਾਂ ਪੰਜਾਬੀਆਂ ਨੇ, ਇਹਨਾਂ ਐਨ ਆਰ ਆਈ ਵੀਰਾਂ ਨੇ, ਚਾਹੇ ਉਹ ਕਾਂਗਰਸ ਦੀ ਪੂਰੀ ਸਪੋਰਟ ਕੀਤੀ ਹੈ, ਚਾਹੇ ਬੀਜੇਪੀ ਔਰ ਅਕਾਲੀ ਦਲ ਦੀ ਇੱਥੋਂ ਬਾਹਰੋਂ ਜਾ ਕੇ ਸਪੋਰਟ ਕੀਤੀ ਹੈ, ਆਪਣੀਆਂ ਦਿਹਾੜੀਆਂ ਬੰਦ ਮਾਰ ਕੇ ਆਪਣੀਆਂ ਛੁੱਟੀਆਂ ਕਰਕੇ ਆਪਣੀ ਜਿਹੜੀ ਇਨਕਮ ਆ ਉਹਨੂੰ ਪਿੱਛੇ ਕਰਕੇ ਇੱਕ ਪੰਜਾਬ ਦੇ ਲਈ, ਇੱਕ ਪੰਜਾਬ ਨੂੰ ਦਰਦ ਰੱਖ ਕੇ ਪੰਜਾਬ ਨੂੰ ਅੱਗੇ ਲਿਆਉਣ ਲਈ, ਚਾਹੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਬੇਸ਼ੱਕ ਆਮ ਆਦਮੀ ਪਾਰਟੀ ਨੂੰ ਬਹੁਤ ਹੀ ਸਪੋਰਟ ਹੋਈ ਹੈ ਐਨ ਆਰ ਆਈ ਲੈਵਲ, ਲੇਕਿਨ ਕਾਂਗਰਸ ਨੇ ਵੀ ਬਹੁਤ ਕਾਂਗਰਸ ਦੇ ਵੀ ਬਹੁਤ ਹੈਲਪਰ ਜਿਹੜੇ ਐਨ ਆਰ ਆਈ ਗਏ ਸੀ ਵੀਰ, ਅਤੇ ਅਕਾਲੀ ਦਲ ਬਾਦਲ ਦੇ ਵੀ ਗਏ ਸੀ ਅਤੇ ਬੀਜੇਪੀ ਦੇ ਵੀ ਗਏ ਸੀ, ਜਿਹਨਾਂ ਨੇ ਰੱਜ ਕੇ ਇੱਕ ਦਿਲ ਵਿੱਚ ਉਹਨਾਂ ਦੇ ਦਰਦ ਸੀ ਕਿ ਸਾਡਾ ਪੰਜਾਬ ਜਿਹੜਾ ਇਸ ਵੇਲੇ ਨਸ਼ੇ ਦੇ ਵਿੱਚ ਧੁਖ ਰਿਹਾ, ਉਹਨੂੰ ਬਚਾਉਣਾ ਕਿਸੇ ਨਾ ਕਿਸੇ ਤਰ੍ਹਾਂ। ਹੁਣੇ ਹੁਣੇ ਰੋੜੀ ਸਾਹਿਬ ਇੱਕ ਮੈਂ ਦੇਖਿਆ ਉਹਨਾਂ ਨੇ ਇਹ ਮੀਟਿੰਗ ਹੋਈ ਆ ਕਾਂਗਰਸ ਆਪਣੀ ਗਵਰਨਮੈਂਟ ਦੀ ਜਿਹੜੀ ਇਸ ਵੇਲੇ ਗਵਰਨਰ ਕੈਪਟਨ ਸਾਹਿਬ ਦੀ, ਉਹਨਾਂ ਨੇ ਪੰਜਾਬ ਦੇ ਅੰਦਰ ਠੇਕੇ ਘੱਟ ਕੀਤੇ ਆ ਜਿਹੜੇ ਸ਼ਰਾਬ ਦੇ ਠੇਕੇ, ਚਾਹੀਦਾ ਤਾਂ ਇਹ ਸੀ ਬਿਲਕੁਲ ਖਤਮ ਹੋਣੇ, ਲੇਕਿਨ ਉਹਨੀ ਘੱਟ ਕੀਤੇ ਆ। ਚਲੋ ਥੋੜ੍ਹਾ ਜਿਹਾ ਇੱਕ ਪਲੱਸ ਪੋਜ਼ਿਟਿਵ ਆਪਾਂ ਕਹਿ ਸਕਦੇ ਹਾਂ ਸਟੈਪ ਹੈ, ਕਿਉਂਕਿ ਉਹਨਾਂ ਨੇ ਨਸ਼ਿਆਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਆ। ਤੁਸੀਂ ਕੀ ਚਾਹੋਗੇ ਕਿ ਇਹ ਜਿਹੜੇ ਪੰਜਾਬ ਦੇ ਅੰਦਰ ਨਸ਼ੇ ਆ, ਠੇਕੇ ਵੀ ਇੱਕ ਨਸ਼ਾ ਪਾਰਟ ਹੈ, ਉਹਨਾਂ ਨੂੰ ਕਿੱਥੇ ਤੱਕ ਰੱਖਣਾ ਚਾਹੀਦਾ, ਕਿ ਟੋਟਲੀ ਬੰਦ ਕਰ ਦੇਣੇ ਚਾਹੀਦੇ ਆ ਕਿ ਥੋੜ੍ਹੇ ਹੋਣੇ ਚਾਹੀਦੇ ਆ? ਇਹਦੇ ਬਾਰੇ ਵੈਸੇ ਸਾਡੀ ਆਮ ਆਦਮੀ ਪਾਰਟੀ ਦੇ ਜੋ ਸਟੈਂਡ ਹੈ, ਅਸੀਂ ਕਦੇ ਵੀ ਆਪਣੀ ਮਰਜ਼ੀ ਦੇ ਨਾਲ ਲੋਕਾਂ ਦੇ ਉੱਪਰ ਫੈਸਲਾ ਨਹੀਂ ਚੁੱਕਿਆ, ਅਸੀਂ ਲੋਕਾਂ ਕੋਲੋਂ ਪੁੱਛ ਕੇ ਲੋਕਾਂ ਲਈ ਕੰਮ ਕਰਦੇ ਹਾਂ। ਵੈਸੇ ਤਾਂ ਪੰਜਾਬ ਜਿਹੜਾ ਇੱਕ ਤੁਹਾਨੂੰ ਪਤਾ ਗੁਰੂਆਂ ਪੀਰਾਂ ਦੀ ਧਰਤੀ ਹੈ, ਇੱਕ ਪਵਿੱਤਰ ਜਿਹੜਾ ਪੰਜਾਬ ਹੈ, ਨਸ਼ੇ ਤਾਂ ਬਿਲਕੁਲ ਖਤਮ ਹੋਣੇ ਚਾਹੀਦੇ ਨੇ। ਇਹਦੇ ਵਿੱਚ ਜੇਕਰ ਅਸੀਂ ਗੱਲ ਕਰਦੇ ਹਾਂ ਠੇਕੇ ਬੰਦ ਹੋਣੇ ਚਾਹੀਦੇ ਜਾਂ ਖੁੱਲ੍ਹਣੇ ਚਾਹੀਦੇ ਨੇ, ਮੈਂ ਸਮਝਦਾ ਕਿ ਆਮ ਲੋਕਾਂ ਦੀ ਰਾਏ ਲੈਣੀ ਚਾਹੀਦੀ ਹੈ, ਜਿੱਧਰ ਵੱਧ ਫਤਵਾ ਹੋਵੇ ਉਹਨੂੰ ਅਪੀਲ ਕਰਦੇ ਨੇ ਜੀ। ਲੇਕਿਨ ਹੈ ਤਾਂ ਨਸ਼ੇ ਯਾਰ, ਆਮ ਆਦਮੀ ਪਾਰਟੀ ਦਾ ਮੁੱਖ ਮੁੱਦਾ ਨਸ਼ਾ ਸੀਗਾ, ਲੇਕਿਨ ਚਾਹੇ ਉਹ ਸ਼ਰਾਬ ਦਾ ਨਸ਼ਾ ਹੋਵੇ ਚਾਹੇ ਉਹ ਦੂਜਾ ਚਿੱਟਾ ਨਸ਼ਾ ਹੋਵੇ, ਨਸ਼ਾ ਤਾਂ ਇਹ ਨਸ਼ਾ ਹੀ ਹੈ, ਲੇਕਿਨ ਹੌਲੀ ਹੌਲੀ ਵੱਧ ਜਾਂਦਾ। ਪਹਿਲਾਂ ਕਹਿੰਦੇ ਨੇ ਬੱਚਾ ਇੱਕ ਪਿੱਗ ਲਾਉਂਦਾ, ਫਿਰ ਬਾਪੂ ਦੇ ਨਾਲ ਬਹਿ ਕੇ ਲਾਉਂਦਾ, ਵੱਧਦਾ ਵੱਧਦਾ ਫਿਰ ਨਸ਼ੇ ਤੱਕ ਪਹੁੰਚ ਜਾਂਦਾ, ਚਾਹੇ ਇੱਕ ਠੇਕਾ ਹੋਵੇ ਚਾਹੇ ਚਿੱਟੇ ਦਾ ਹੋਵੇ ਵਪਾਰ, ਲੇਕਿਨ ਚੋਰ ਤਾਂ ਚੋਰੇ ਹੀ ਹੈ ਨਾ। ਆਮ ਆਦਮੀ ਪਾਰਟੀ ਦੀ ਇਸ ਵੇਲੇ ਨਵੀਂ ਦਿੱਲੀ ਦੇ ਵਿੱਚ ਸਰਕਾਰ ਹੈ, ਕਿ ਉੱਥੇ ਠੇਕੇ ਚੱਲ ਰਹੇ ਆ ਕਿ ਬੰਦ ਹੋਏ ਆ? ਠੇਕੇ ਤਾਂ ਚੱਲ ਰਹੇ ਨੇ, ਮੈਂ ਤੁਹਾਨੂੰ ਦੱਸਿਆ ਕਿ ਆਮ ਲੋਕਾਂ ਦੀ ਰਾਏ ਲੈ ਕੇ ਜੋ ਲੋਕਾਂ ਨੂੰ ਮਨਜ਼ੂਰ ਹੈ ਉਹ ਫੈਸਲਾ ਸਾਨੂੰ ਲੈਣਾ ਚਾਹੀਦਾ। ਕਿ ਜਾਣ ਕੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਠੇਕੇ ਜਿਹੜੇ ਘੱਟ ਹੋਣੇ ਚਾਹੀਦੇ ਨੇ, ਅੱਬਲ ਤਾਂ ਬੰਦੇ ਹੋਣੇ ਚਾਹੀਦੇ ਨੇ। ਜੇ ਨਸ਼ੇ ਦੇ ਵਿੱਚ ਇੱਕ ਜੀਵਨ ਨਹੀਂ ਪੂਰਾ ਪਰਿਵਾਰ ਖਤਮ ਹੁੰਦਾ, ਨਸ਼ੇ ਸਭ ਤੋਂ ਵੱਡਾ ਕਲੰਕ ਨੇ। ਹਾਂ ਬਿਲਕੁਲ ਬਿਲਕੁਲ, ਆਪਾਂ ਇਸ ਜਿਹੜਾ ਕੁਐਸਚਨ ਹੈ ਇਹਨੂੰ ਹੁਣ ਆਪਾਂ ਇੱਥੇ ਛੱਡਾਂਗੇ, ਸਰੋਤਿਆਂ ਦੀ ਕਚਹਿਰੀ ਵਿੱਚ ਛੱਡ ਦਿੰਦੇ ਹਾਂ। ਅਗਰ ਕਿਸੇ ਵੀ ਸਰੋਤੇ ਨੂੰ ਰੋੜੀ ਸਾਹਿਬ ਅਤੇ ਜਾਂ ਸਾਡੇ ਪੱਤਰਕਾਰ ਜਿਹੜੇ ਇਸ ਵੇਲੇ ਉਹਨਾਂ ਦੇ ਨਾਲ ਇਸ ਵੇਲੇ ਬੈਠੇ ਹਨ ਦਲਜੀਤ ਸਿੰਘ ਅਜਨੋਹਾ, ਉਹਨਾਂ ਨੂੰ ਕੋਈ ਕੁਐਸਚਨ ਹੈ ਤੁਸੀਂ ਕਾਲ ਕਰ ਸਕਦੇ ਹੋ 643-9313-13-13। ਇੱਕ ਬ੍ਰੇਕ ਲਵਾਂਗੇ ਅਤੇ ਉਹ ਤੋਂ ਬਾਅਦ ਦਲਜੀਤ ਸਿੰਘ ਹੁਣੀ ਕੁਛ ਕੁਐਸਚਨ ਕਰਨਗੇ। ਇੱਕ ਮੈਨੂੰ ਫਰਮਾਇਸ਼ ਆਈ ਸੀ ਹਿੰਦੀ ਫਿਲਮ ਦੀ, ਅਤੇ ਉਹ ਗਾਣਾ ਮੈਂ ਇੱਕ ਕੁਐਸਚਨ ਹੋਰ ਮੇਰੇ ਅੱਗੇ। ਦਲਜੀਤ ਸਿੰਘ ਜੀ, ਤੁਸੀਂ ਕੁਛ ਪੁੱਛਣਾ ਚਾਹੁੰਦੇ ਹੋ? ਦੇਖੋ ਜੀ ਰੋਹਿਤ ਸਾਹਿਬ, ਤੁਸੀਂ ਇਹ ਜਿਹੜੀ ਗੱਲ ਕੀਤੀ ਆ ਵੀ ਐਨ ਆਰ ਆਈ ਵੀਰਾਂ ਨੇ ਆ ਕੇ ਬਹੁਤ ਵੱਡੀ ਗਿਣਤੀ 'ਚ ਆ ਕੇ ਤੁਹਾਡੇ ਜਹਾਜ਼ਾਂ ਦੇ ਜਹਾਜ਼ ਗੁੱਸਾ ਭਰ ਕੇ ਆਏ ਆ, ਅਤੇ ਬੜਾ ਆਮ ਇੱਕ ਬੇਚਲੀ ਸੀ ਵੀ ਐਨ ਆਰ ਆਈ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਆ ਰਹੇ ਆ। ਪਰ ਇਹ ਸਿਰਫ ਇਹ ਜਿਹੜੀ ਐਸਟੀਮੇਟ ਕੀਤਾ ਜਾਂਦਾ ਸਰ, ਸਰਵੇ ਕੀਤੇ ਜਾਂਦੇ ਸੀ ਵੱਖ ਵੱਖ ਅਦਾਰੇ ਵੱਖ ਵੱਖ ਸੰਸਥਾਵਾਂ ਵੱਲੋਂ, ਉਹ ਸਰਵੇ ਬਹੁਤ ਸੀਗਾ ਪਰ ਉਹ ਸਰਵੇ ਦੇ ਮੁਤਾਬਕ ਇਹ ਬਹੁਤ ਘੱਟ ਸੀਟਾਂ ਮਿਲੀਆਂ, ਇਹਦਾ ਕੀ ਕਾਰਨ ਹੈ, ਕੀ ਕਾਰਨ ਚੱਲ ਰਿਹਾ? ਘੱਟ ਸੀਟਾਂ ਆਉਣ ਦਾ ਕਾਰਨ ਜਿੱਥੇ ਅਸੀਂ ਸਮਝਦੇ ਹਾਂ ਕਿ ਆਮ ਲੋਕ ਜਿਹੜੇ ਕਿ ਬਿਲਕੁਲ ਜਾਗਰੂਕ ਨੇ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੀ ਜਿਹੜੀ ਹੈ ਉਹ ਸਰਕਾਰ ਬਣੇ,
ਜੇਕਰ ਅਸੀਂ ਪੋਸਟਰ ਜਿਹੜੇ ਆਪਣੇ ਬੈਲਟ ਪੇਪਰ ਸੀਗੇ ਉਹਨਾਂ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਵੀ ਕਿਸੇ ਵੀ ਬੂਥ ਤੇ ਕਿਸੇ ਵੀ ਹਲਕੇ ਜਾਮਾ ਦੀ ਪਾਰਟੀ ਨਹੀਂ ਹਾਰੀ। ਈਵੀਐਮਸ ਦੀ ਜਿਹੜੀ ਗੱਲ ਕਰਦੇ ਹਾਂ ਉਹਦੇ ਬਾਰੇ ਤੁਹਾਨੂੰ ਸਾਰੇ ਨੂੰ ਪਤਾ ਹੀ ਹੈ ਕਿ ਯੂਪੀ ਵਿੱਚ ਵੀ ਹੋਈਆਂ ਨੇ ਗੱਲਾਂ ਤੇ ਪੰਜਾਬ ਵਿੱਚ ਵੀ ਇੱਕ ਜਗ੍ਹਾ ਤੁਹਾਨੂੰ ਸਾਰੇ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਕਿ ਉੱਥੇ ਕਿੰਨੀਆਂ ਬੂਟਾਂ ਸੀਗੀਆਂ ਤੇ ਕਿੰਨੀਆਂ ਪੋਲ ਹੋਈਆਂ ਕਿ ਸਾਡੇ 7-8 ਦਾ ਕੈਂਡੀਡੇਟ ਆਪਣੇ ਜਿਹੜੇ ਵਲੰਟੀਅਰ ਨੇ ਉਸ ਬੂਥ ਤੇ ਵੋਟਾਂ 4 ਨਿਕਲਦੀਆਂ ਨੇ, ਤੁਸੀਂ ਤੁਹਾਨੂੰ ਨਹੀਂ ਸਮਝਦੇ। ਬਿਲਕੁਲ ਜੀ ਬਿਲਕੁਲ ਹਾਂਜੀ ਦਲਜੀਤ ਸਿੰਘ ਜੀ ਜੀ ਬਿਕਰਮ ਜੀ ਜੀ ਹਾਂਜੀ ਈਵੀਐਮ ਮਸ਼ੀਨਾਂ ਤੇ ਮੈਂ ਆਉਣਾ ਹੈ ਜੀ, ਉਹਦੇ ਉੱਤੇ ਵੀ ਆਪਾਂ ਰੋੜੀ ਸਾਹਿਬ ਨਾਲ ਗੱਲ ਕਰਨੀ ਆ। ਪਿੱਛੇ ਕੇਜਰੀਵਾਲ ਨੇ ਕਿਹਾ ਸੀਗਾ ਵੀ ਈਵੀਐਮ ਦੇ ਜਿਹੜੀਆਂ ਮਸ਼ੀਨਾਂ ਉਹਦੇ ਵਿੱਚੋਂ ਟ੍ਰਾਂਸਫਰ ਵੋਟਿੰਗ ਹੋਈ ਆ, ਕਿ ਕੇਜਰੀਵਾਲ ਕੋ ਕਿਹੋ ਜਿਹਾ ਕੀ ਸਬੂਤ ਸੀਗੇ ਵੀ ਉਹਨਾਂ ਨੇ ਬਲੇਮ ਲਾ ਤਾ? ਅਗਰ ਸਬੂਤ ਹੈ ਕਿ ਕੇਜਰੀਵਾਲ ਸਾਹਿਬ ਆਮ ਆਦਮੀ ਪਾਰਟੀ ਸੁਪਰੀਮ ਕੋਰਟ ਜਾਂ ਕੋਰਟ ਦੇ ਵਿੱਚ ਜਾਏਗੀ ਇਹਦੇ ਖਿਲਾਫ? ਹਾਂਜੀ ਮੇਰਾ ਖਿਆਲ ਮੈਂ ਕੁਐਸਚਨ ਰਿਪੀਟ ਕਰਦਾ, ਈਵੀਐਮ ਮਸ਼ੀਨਾਂ ਤੇ ਕੇਜਰੀਵਾਲ ਸਾਹਿਬ ਨੇ ਪਿੱਛੇ ਜਿਹਾ ਇੱਕ ਬਲੇਮ ਹਾਂਜੀ ਕੇਜਰੀਵਾਲ ਸਾਹਿਬ ਨੇ ਪਿੱਛੇ ਜਿਹਾ ਗੱਲ ਕੀਤੀ ਸੀ ਵੀ ਈਵੀਐਮ ਮਸ਼ੀਨਾਂ ਜਿਹੜੀਆਂ ਉਹਦੇ ਨਾਲ ਛੇੜਖਾਨੀ ਕਰਕੇ ਜਿਹੜੀ ਆਮ ਆਦਮੀ ਦੀ ਵੋਟਿੰਗ ਸੀਗੀ ਉਹ ਟ੍ਰਾਂਸਫਰ ਹੋਈ ਆ। ਅਗਰ ਕੇਜਰੀਵਾਲ ਕੋਲ ਸਬੂਤ ਹਨ, ਪਹਿਲੀ ਗੱਲ ਕੇਜਰੀਵਾਲ ਕੋਲ ਕੀ ਸਬੂਤ ਹਨ ਵੀ ਕਿਹੜੇ ਸਬੂਤਾਂ ਦੇ ਆਧਾਰ ਤੇ ਉਹਨਾਂ ਨੇ ਬਲੇਮ ਲਾਇਆ ਦੂਜੀ ਪਾਰਟੀ ਤੇ? ਅਗਰ ਉਹਨਾਂ ਕੋਈ ਸਬੂਤ ਹਨ ਕਿ ਉਹ ਉਹਨਾਂ ਸਬੂਤਾਂ ਨੂੰ ਲੈ ਕੇ ਕੋਰਟ ਵਿੱਚ ਜਾਣਗੇ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਈਵੀਐਮ ਮਸ਼ੀਨਾਂ ਨੂੰ ਰੋਕਿਆ ਜਾਵੇ? ਇਹਦੇ ਵਿੱਚ ਤੁਹਾਨੂੰ ਪਹਿਲਾਂ ਮੈਂ ਕਲੀਅਰ ਕਰ ਚੁੱਕਿਆ ਕਿ ਜਿਸ ਬੂਥ ਦੇ ਉੱਪਰ ਸਾਡੇ 7-8 ਵਲੰਟੀਅਰ ਹੈਗੇ ਨੇ ਤੇ ਉਹਨਾਂ ਦਾ ਪਰਿਵਾਰ ਵੀ ਉੱਥੇ ਹੀ ਹੈ, ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਉਹ ਤਾਂ ਸਾਨੂੰ ਵੀ ਪਾਣ ਕੇ ਕਲੀਅਰ ਹੈ। ਜੇਕਰ ਇੱਕ ਵਲੰਟੀਅਰ ਦੇ ਘਰ ਦੇ ਵਿੱਚ ਆਪਾਂ 4 ਵੋਟਾਂ ਦੀ ਗਿਣਤੀ ਕਰਦੇ ਤੇ 28 ਵੋਟਾਂ ਬਣਦੀਆਂ ਨੇ ਤੇ ਸਾਨੂੰ ਨਿਕਲਦੀਆਂ ਸਿਰਫ ਤੋਂ 6 ਨੇ, ਇਹਦੇ ਵਿੱਚ ਹੁਣ ਤੁਸੀਂ ਆਪ ਸਮਝ ਸਕਦੇ ਹੋ ਵੋਟਾਂ ਨਿਕਲੀਆਂ 4 ਵੋਟਾਂ। ਕੀ ਆਮ ਆਦਮੀ ਪਾਰਟੀ ਉਸ ਬੇਸ ਨੂੰ ਲੈ ਕੇ ਕੋਰਟ ਜਾਏਗੀ ਕਿ ਨਹੀਂ? ਇਹ ਪਾਰਟੀ ਦਾ ਫੈਸਲਾ ਸੀ ਇੰਡੋਰ ਦੇ ਬਾਰੇ ਗੱਲ ਕਰਾਂ। ਬਿਲਕੁਲ ਜੀ ਥੈਂਕ ਯੂ ਜੀ। ਤੇ ਅਗਰ ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਅਗਰ ਤੁਸੀਂ ਆਪਣੇ ਰੋੜੀ ਸਾਹਿਬ ਨੂੰ ਜਾਂ ਦਲਜੀਤ ਸਿੰਘ ਉਹਨਾਂ ਨੂੰ ਕੁਐਸਚਨ ਕਰਨਾ ਚਾਹੁੰਦੇ, ਨੰਬਰ ਹੈ ਜੀ 647-9-33-13-13 ਤੇ ਕਾਲ ਕਰਕੇ ਸਾਡੇ ਮਹਿਮਾਨਾਂ ਦੇ ਨਾਲ ਜੁੜ ਸਕਦੇ ਹੋ। ਮੇਰਾ ਖਿਆਲ ਇੱਕ ਬ੍ਰੇਕ ਦਾ ਟਾਈਮ ਹੋ ਗਿਆ ਜੀ, ਅਸੀਂ ਇੱਕ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਤੁਰੰਤ ਆਵਾਂਗੇ। ਪੇਸ਼ ਹੈ ਜੀ ਇੱਕ ਪਿਆਰਾ ਜਿਹਾ ਸੌਂਗ ਜਿਹੜੀ ਕਿ ਮੈਨੂੰ ਇੱਕ ਟੈਕਸ ਦੇ ਜ਼ਰੀਏ ਮੇਰੇ ਤੱਕ ਫਰਮਾਇਸ਼ ਪਹੁੰਚੀ ਸੀਗੀ। ਪੇਸ਼ ਹੈ ਜੀ ਗੀਤ, ਤੁਸੀਂ ਕਿਤੇ ਨਹੀਂ ਜਾਣਾ, ਜੁੜੇ ਰਹਿਣਾ ਜੀ ਪਰਦੇਸੀ ਟੀਵੀ ਦੇ ਨਾਲ, ਅਸੀਂ ਹੁਣੇ ਗਏ ਤੇ ਹੁਣੇ ਆਏ। ਬਹਾਰੋ ਫੂਲ ਬਰਸਾਓ, ਮੇਰਾ ਮਹਿਬੂਬ ਆਇਆ ਹੈ, ਮੇਰਾ ਮਹਿਬੂਬ ਆਇਆ ਹੈ। ਬਹਾਰੋ ਫੂਲ ਬਰਸਾਓ, ਮੇਰਾ ਮਹਿਬੂਬ ਆਇਆ ਹੈ, ਮੇਰਾ ਮਹਿਬੂਬ ਆਇਆ ਹੈ। ਹਵਾਓ ਰਾਗਨੀ ਗਾਓ, ਮੇਰਾ ਮਹਿਬੂਬ ਆਇਆ ਹੈ, ਮੇਰਾ ਮਹਿਬੂਬ ਆਇਆ ਹੈ। ਲਗਾ ਇਨ ਗੋਰੇ ਹੱਥੋਂ ਉਤਰ ਆ ਘਟਾ ਕਾਜਲ, ਲਗਾ ਇਨ ਪਿਆਰੀ ਅੱਖੋਂ ਸਿਤਾਰੋ ਮੰਗ ਭਰ ਜਾਓ, ਮੇਰਾ ਮਹਿਬੂਬ ਆਇਆ ਹੈ, ਮੇਰਾ ਮਹਿਬੂਬ ਆਇਆ ਹੈ। ਬਹਾਰੋ ਫੂਲ ਬਰਸਾਓ, ਮੇਰਾ ਮਹਿਬੂਬ ਆਇਆ ਹੈ, ਮੇਰਾ ਮਹਿਬੂਬ ਆਇਆ ਹੈ।
ਸਵਾਗਤ ਹੈ ਜੀ ਇੱਕ ਵਾਰ ਫਿਰ ਪਰਦੇਸੀ ਟੀਵੀ ਦੇ ਵਿੱਚ। ਮੈਂ ਬਿਕਰਮਜੀਤ ਸਿੰਘ ਕਲੇਅਰ ਇਸ ਵੇਲੇ ਟੋਰਾਂਟੋ ਦੇ ਸਟੂਡੀਓ ਤੋਂ ਹਾਜ਼ਰ ਹਾਂ ਤੁਹਾਡੇ ਲਈ, ਅਤੇ ਮੇਰੇ ਨਾਲ ਇੰਡੀਆ ਤੋਂ ਮੇਰੇ ਸਹਿਯੋਗੀ ਦਲਜੀਤ ਸਿੰਘ ਅਜਨੋਹਾ, ਅਤੇ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੇ ਜੇਤੂ ਰਹੇ ਗੜਸ਼ੰਕਰ ਤੋਂ MLA ਜੈ ਕਿਸ਼ਨ ਸਿੰਘ ਰੋੜੀ ਜੀ ਹਨ ਜੀ। ਦਲਜੀਤ ਸਿੰਘ ਅਤੇ ਜੈ ਕਿਸ਼ਨ ਸਿੰਘ ਜੀ ਸਵਾਗਤ ਹੈ ਜੀ ਇੱਕ ਵਾਰ ਫਿਰ ਪਰਦੇਸੀ ਟੀਵੀ ਦੇ ਵਿੱਚ। ਹਾਂਜੀ ਦਲਜੀਤ ਸਿੰਘ ਜੀ, ਮੇਰਾ ਖਿਆਲ ਤੁਸੀਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਕੁਛ ਕੁਐਸਚਨ ਰੋੜੀ ਸਾਹਿਬ ਨੂੰ ਕਰਨਾ ਚਾਹੁੰਦੇ ਜੀ। ਹਾਂਜੀ ਗੋ ਅਹੈਡ ਰੋੜੀ ਸਾਹਿਬ, ਜਿਹੜਾ ਤੁਸੀਂ ਆਪਾਂ ਨੂੰ ਤੁਸੀਂ ਆਪਣੀ ਕਦੀ ਵਿੱਚ ਲਾਈਫ ਦੇ ਵਿੱਚ ਦੱਸਿਆ, ਤੁਸੀਂ ਪਹਿਲਾਂ ਫੋਟੋਗ੍ਰਾਫਰ ਦੀ ਦੁਕਾਨ ਕਰਦੇ ਸੀ, ਤੁਸੀਂ ਉਦੋਂ ਕਦੀ ਸੋਚਿਆ ਜੇ ਤੁਸੀਂ ਇਸ ਮੁਕਾਮ ਤੇ, ਤੁਹਾਨੂੰ ਦਰਸ਼ਕਰ ਹਲਕੇ ਦੀ ਜਿਹੜੀ ਪਬਲਿਕ ਇਸ ਮੁਕਾਮ ਤੇ ਪਹੁੰਚਾਉਗੀ ਤਾਂ ਤੁਸੀਂ ਕੀ ਪਲਾਨ? ਜੇਕਰ ਸਿਆਸੀ ਜੀਵਨ ਬਾਰੇ ਗੱਲ ਕਰ ਲਵਾਂ, ਜਦੋਂ ਸਕੂਲ ਦੇ ਵਿੱਚ ਕਲਾਸ ਦੇ ਵਿੱਚ ਸਾਡੇ ਟੀਚਰ ਆ ਕੇ ਸਾਨੂੰ ਕਹਿੰਦੇ ਹੁੰਦੇ ਸੀ ਕਿ ਕੱਲ੍ਹ ਨੂੰ ਤੁਹਾਡੇ ਵਿੱਚੋਂ ਕਿਸੇ ਨੇ MLA ਬਣਨਾ, ਕਿਸੇ ਨੇ ਮੁੱਖ ਮੰਤਰੀ ਬਣਨਾ, ਕਿਸੇ ਨੇ ਨੇਤਾ ਬਣਨਾ, ਮੇਰੇ ਮਨ ਵਿੱਚ ਜ਼ਰੂਰ ਆਉਂਦਾ ਸੀ ਕਿ ਇਹ ਕਿੱਦਾਂ ਹੋ ਸਕਦਾ ਹੈ। ਪਰ ਆਮ ਆਦਮੀ ਪਾਰਟੀ ਨੇ ਆ ਕੇ ਇਹ ਸਾਬਤ ਕਰ ਦਿੱਤਾ ਕਿ ਜਿਹੜੇ ਆਮ ਲੋਕ ਨੇ ਉਹ ਵੀ ਜਿਹੜੇ ਆਪਣੇ ਜਿਹੜੇ ਲੋਕਾਂ ਦੇ ਨੁਮਾਇੰਦੇ ਚੁਣੇ ਜਾ ਸਕਦੇ ਨੇ। ਜਿਹੜੇ ਪੁਰਾਣੇ ਪਰਿਵਾਰਵਾਦ ਬਾਕੀ ਪਾਰਟੀਆਂ ਚੱਲ ਰਿਹਾ, ਜਾਂ ਉਹੀ ਕਿ ਇੱਕ MLA ਦਾ ਮੁੰਡਾ ਹੀ MLA ਅੱਗੇ ਇਸ ਰੀਤ ਨੂੰ ਤੋੜ ਕੇ ਆਮ ਜਿਹੇ ਬੰਦੇ ਨੂੰ ਅੱਗੇ ਲੈ ਕੇ ਆਉਂਦਾ ਹੈ, ਅਤੇ ਮੈਂ ਆਪਣੇ ਵੱਲੋਂ ਆਪਣੀ ਪੂਰੀ ਜੀ ਜਾਨ ਲਾ ਕੇ ਜਿਹਨਾਂ ਲੋਕਾਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ, ਸਾਡੀ ਪਾਰਟੀ 'ਤੇ ਵਿਸ਼ਵਾਸ ਕੀਤਾ, ਉਸ ਵਿਸ਼ਵਾਸ 'ਤੇ ਖਰਾ ਉਤਰਨ ਲਈ ਪੂਰਾ ਜ਼ੋਰ ਲਾਉਂਦਾ। ਸਾਹਿਬ ਇੱਕ ਸਾਨੂੰ ਤੁਸੀਂ ਦੱਸੋ ਵੀ ਤੁਸੀਂ ਇਸ ਆਮ ਆਦਮੀ ਪਾਰਟੀ ਦੇ ਵਿੱਚ ਕਦੋਂ ਆਏ ਅਤੇ ਕਿਸ ਤਰ੍ਹਾਂ ਆਏ, ਉਹ ਸਾਨੂੰ ਸ਼ੁਰੂਆਤ ਜਿਹੜੇ ਆ ਤੁਹਾਨੂੰ ਉਹ ਸਾਨੂੰ ਦੱਸੋ ਪਲੀਜ਼। ਮੈਂ ਵੈਸੇ ਪਹਿਲਾਂ ਦੱਸ ਵੀ ਚੁੱਕਾ, ਪਰ ਮੈਂ ਇੱਕ ਵਾਰ ਫਿਰ ਰਿਪੀਟ ਕਰ ਦਿੰਦਾ ਕਿ ਜਦੋਂ ਅੰਨਾ ਅੰਦੋਲਨ ਤੋਂ ਬਾਅਦ ਆਮ ਆਦਮੀ ਪਾਰਟੀ ਬਣੀ ਹੈ, ਅਤੇ ਉਹਦੇ ਵਿੱਚ ਗੜਸ਼ੰਕਰ ਦੇ ਵਿੱਚ ਲੋਕ ਸਭਾ ਹਲਕਾ ਆਪਣੇ ਇਲੈਕਸ਼ਨ ਹੋਏ ਅਨੰਦਪੁਰ ਸਾਹਿਬ ਤੋਂ, ਉਹ 'ਚ ਹਿੰਮਤ ਸਿੰਘ ਸ਼ੇਰਗਿੱਲ ਜੀ ਨੇ ਇਲੈਕਸ਼ਨ ਲੜਿਆ ਸੀ, ਉਹਦੇ ਵਿੱਚ ਮੇਰੇ ਦੋਸਤ ਨੇ ਪਰਮਜੀਤ ਸਿੰਘ ਬਾਰਾਪੁਰ, ਉਹ ਮੇਰੇ ਕੋਲ ਦੁਕਾਨ 'ਤੇ ਆਏ ਅਤੇ ਕਹਿੰਦੇ ਆ ਜਾ ਬਈ ਇੱਥੇ ਗੜਸ਼ੰਕਰ ਇੱਕ ਮੀਟਿੰਗ ਹੋਣੀ ਹੈ, ਉਹਦੇ ਵਿੱਚ ਵੋਟਾਂ ਪੈਣੀਆਂ ਨੇ MP ਦੀਆਂ ਅਤੇ ਆਮ ਆਦਮੀ ਪਾਰਟੀ ਖੜ੍ਹੀ ਹੋਈ ਹੈ। ਅਤੇ ਉਹਦੇ ਵਿੱਚ ਮੈਂ ਵੈਸੇ ਮਜ਼ਾਕ 'ਚ ਉਹਨੂੰ ਕਹਿ ਦਿੱਤਾ, ਮੈਂ ਕਿਹਾ ਯਾਰ ਇਹ ਵੋਟਾਂ ਵੋਟਾਂ ਵਾਲੇ ਚੱਕਰ 'ਚ ਨਹੀਂ ਪਈਦਾ ਹੁੰਦਾ, ਇਹ ਬਹੁਤੀ ਕੋਈ ਖਾਸ ਗੱਲ ਨਹੀਂ ਹੁੰਦੀ। ਪਰ ਜਦੋਂ ਮੈਨੂੰ ਮੀਟਿੰਗ ਵਿੱਚ ਲੈ ਕੇ ਗਿਆ ਅਤੇ ਉੱਥੇ ਮੈਂ ਆਪਣੇ ਪਾਰਟੀ ਦੇ ਜਿਹੜੇ ਹੋਰ ਵਲੰਟੀਅਰ ਸੀ ਉਹਨਾਂ ਦੇ ਵਿਚਾਰ ਸੁਣੇ, ਮੈਨੂੰ ਵੀ ਲੱਗਿਆ ਇਸ ਜਿਹੜਾ ਇਨਕਲਾਬ ਹੈ ਇਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ, ਅਤੇ ਮੈਂ ਆਮ ਆਦਮੀ ਪਾਰਟੀ ਨੂੰ ਆਪਣਾ ਇੱਕ ਤੁਸੀਂ ਕਹਿ ਲਓ ਕਿ ਸ਼ੌਂਕ ਨਹੀਂ ਰੱਖਦੇ ਸੀਗੀ, ਇੱਕ ਸੀਗਾ ਵੀ ਦਿਲ 'ਚ ਵੀ ਹਾਂ ਅਸੀਂ ਵੀ ਕੁਛ ਕਰ ਸਕਦੇ ਹਾਂ। ਅਸੀਂ ਬਾਹਰ ਬੈਠ ਕੇ ਸਿਰਫ ਅੱਜ ਤੱਕ ਲੀਡਰਾਂ ਨੂੰ ਗਾਲਾਂ ਹੀ ਕੱਢੀਆਂ, ਯਾਰ ਇਹ ਲਾਲ ਬੱਤੀ ਲਾ ਕੇ ਲੰਘ ਗਏ, ਚੀਕਾਂ ਮਾਰਦੇ ਲੰਘ ਗਏ, ਸਾਨੂੰ ਥੱਲੇ ਸਿੱਟ ਗਏ। ਹੁਣ ਮੈਨੂੰ ਲੱਗਿਆ ਕਿ ਹਾਂ ਅਸੀਂ ਵੀ ਜਿਹੜਾ ਇੱਕ ਮੌਕਾ ਸਾਨੂੰ ਮਿਲਿਆ ਕਿ ਅਸੀਂ ਜਿਹੜੀ ਇਲਾਕੇ ਦੇ ਲੋਕਾਂ ਦੀ ਸਮੱਸਿਆ ਉਹ ਵਿਧਾਨ ਸਭਾ ਵਿੱਚ ਲੋਕ ਸਭਾ ਵਿੱਚ ਲੈ ਕੇ ਜਾਣੀ ਹੈ। ਇਸ ਤਰ੍ਹਾਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਇਹ ਨਹੀਂ ਸੋਚਿਆ ਸੀ ਕਿ ਮੈਂ MLA ਬਣਾਂਗਾ ਜਾਂ ਮੈਨੂੰ ਟਿਕਟ ਮਿਲੇਗੀ। ਇੱਕ ਸੇਵਾ ਭਾਵਨਾ ਦੇ ਨਾਲ, ਜਿੱਦਾਂ ਆਪਾਂ ਕਹਿ ਲੈਂਦੇ ਹਾਂ ਕਿ ਕਿਤੇ ਆਪਾਂ ਜਾਂਦੇ ਹਾਂ ਅਤੇ ਆਪਣੇ ਮਨ 'ਚ ਇੱਕ ਆਉਂਦਾ ਯਾਰ ਆਹ ਚੀਜ਼ ਹੋਣੀ ਚਾਹੀਦੀ ਹੈ, ਉਹਦੇ ਲਈ ਸਾਨੂੰ ਕੀ ਕਰਨਾ ਪੈਣਾ ਕਿ ਤੁਹਾਨੂੰ ਇਹਦੇ ਨਾਲ ਲੋਕਾਂ ਦੇ ਵਿੱਚ ਵਿਚਰ ਕੇ ਉਹਨੇ ਜਾਗਰੂਕ ਕਰਨਾ ਪੈਣਾ ਲੋਕਾਂ ਨੂੰ, ਉਹ ਕਰਨਾ ਸ਼ੁਰੂ ਕੀਤਾ ਸੀ। ਪਰ ਸਲੂਟ ਕਰਦਾ ਅਰਵਿੰਦ ਕੇਜਰੀਵਾਲ ਜੀ ਨੂੰ, ਜਿਹਨੇ ਇੱਕ ਨਿਮਾਣੇ ਜਿਹੇ ਬੰਦੇ ਨੂੰ, ਇੱਕ ਵਲੰਟੀਅਰ ਨੂੰ ਟਿਕਟ ਦੇ ਕੇ ਜਿਹੜਾ ਇੱਕ ਫੋਟੋਗ੍ਰਾਫਰ ਤੋਂ MLA ਬਣਾਇਆ ਅਤੇ ਉਹ ਲੋਕਾਂ ਨੇ ਬਣਾਇਆ, ਅਤੇ ਲੋਕਾਂ ਦਾ ਬਹੁਤ ਧੰਨਵਾਦ ਕਰਾਂ। ਬਿਲਕੁਲ ਜੀ ਰੋਹਿਤ ਸਾਹਿਬ, ਮੇਰੇ ਜਨ ਵਿੱਚ ਕੁਐਸਚਨ ਆਉਂਦਾ, ਹੁਣ ਤੁਸੀਂ MLA ਇਸ ਵੇਲੇ ਗੜਸ਼ੰਕਰ ਹਲਕਾ ਦੇ ਤੁਸੀਂ ਬਣ ਚੁੱਕੇ ਹੋ, ਆਪਣੇ ਇਲਾਕੇ ਦੇ ਲਈ ਤੁਸੀਂ ਜਿਹੜਾ ਕੀ ਕਰਨ ਦੀ ਕੋਸ਼ਿਸ਼ ਕਰੋਗੇ, ਕਿਹੜੇ ਕਿਹੜੀਆਂ ਕੰਮਾਂ, ਜਿਹੜਾ ਗੜਸ਼ੰਕਰ ਏਰੀਆ ਪਿੱਛੇ ਰਹਿ ਚੁੱਕਾ ਹੈ ਉਹਨੂੰ ਅੱਗੇ ਕਰਨ ਦੀ ਕਿਹੜੇ ਕਿਹੜੇ ਚੰਦ ਜਿਹੜੇ ਦੱਸਣਾ ਚਾਹੋਗੇ ਆਪਣੇ ਸਰੋਤਿਆਂ ਨੂੰ? ਅਸੀਂ ਭਾਵੇਂ ਵਿਰੋਧੀ ਧਿਰ ਵਿੱਚ ਹਾਂ, ਪਰ ਫਿਰ ਵੀ ਆਪਣੇ ਵੱਲੋਂ ਵੈਸੇ ਤਾਂ ਪੂਰੇ ਪੰਜਾਬ ਦੀਆਂ ਜਿਹੜੀਆਂ ਮੁਸ਼ਕਲਾਵਾਂ ਨੇ ਲਗਭਗ ਸੇਮ ਨੇ। ਪਰ ਜੇਕਰ ਆਪਾਂ ਗੜਸ਼ੰਕਰ ਹਲਕੇ ਦੀ ਗੱਲ ਕਰ ਲੈਂਦੇ ਹਾਂ, ਇਹਦੇ ਵਿੱਚ ਸਾਡੇ ਗੜਸ਼ੰਕਰ ਹਲਕੇ ਨੂੰ ਅਸੀਂ 3 ਭਾਗਾਂ 'ਚ ਵੰਡਦੇ ਹਾਂ। ਬੀਤ ਏਰੀਆ ਆ, ਗੜਸ਼ੰਕਰ ਏਰੀਆ ਅਤੇ ਮਾਲਪੁਰ ਏਰੀਆ। ਜੇਕਰ ਬੀਤ ਏਰੀਏ ਦੀ ਗੱਲ ਕਰਦੇ ਹਾਂ, ਬੜੇ ਸ਼ਰਮ ਨਾਲ ਗੱਲ ਕਹਿਣੀ ਪੈਂਦੀ ਹੈ ਕਿ 70 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ, ਅੱਜ ਤੱਕ ਸਾਡੇ ਬੀਤ ਦੇ ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਨਹੀਂ ਮਿਲ ਸਕਿਆ ਉੱਥੇ। ਉਹਨਾਂ ਨੂੰ ਅੱਜ ਵੀ ਉਹ ਲੋਕ ਆਪਣੇ ਘਰਾਂ ਨੂੰ ਛੱਡ ਕੇ ਖੇਤਾਂ ਵਿੱਚ ਸੌਣ ਲਈ ਮਜਬੂਰ ਨੇ। ਉਹਨਾਂ ਦੀਆਂ ਫਸਲਾਂ ਜਿਹੜੀਆਂ ਉਜਾੜੇ ਦੇ ਵਿੱਚ ਹੋ ਚੁੱਕੀਆਂ ਨੇ। ਜੇਕਰ ਗੜਸ਼ੰਕਰ ਸ਼ਹਿਰ ਦੀ ਗੱਲ ਕਰ ਲਈਏ, ਸਭ ਤੋਂ 2 ਵੱਡੀਆਂ ਸਮੱਸਿਆਵਾਂ ਆਮ ਲੋਕਾਂ ਦੇ ਨਾਲ ਜਿਹਨਾਂ ਸਾਨੂੰ ਡੇਲੀ ਜੂਝਣਾ ਪੈਂਦਾ, ਇੱਕ ਟ੍ਰੈਫਿਕ ਦੀ ਸਮੱਸਿਆ ਜਿਹੜੀ ਸਭ ਤੋਂ ਵੱਡੀ ਹੈ, ਅਤੇ ਦੂਜੀ ਸਾਡੇ ਇੱਥੇ ਪਾਣੀ ਦੀ ਨਿਕਾਸੀ ਦੀ ਜਿਹੜੀ ਆ। ਅਤੇ ਜੇਕਰ ਹੋਰ ਆਪਾਂ ਗੱਲ ਕਰ ਲੈਂਦੇ ਹਾਂ, ਸਾਡਾ ਜਿਹੜਾ ਮਾਲਪੁਰ ਏਰੀਆ, ਤੁਹਾਨੂੰ ਪਤਾ
ਇਹ ਪੂਰੇ ਪੰਜਾਬ ਵਿੱਚ ਨਹੀਂ, ਹਿੰਦੁਸਤਾਨ ਵਿੱਚ ਨਹੀਂ, ਪੂਰੇ ਵਰਲਡ ਵਿੱਚ ਇਹ ਫੁੱਟਬਾਲ ਨੂੰ ਲੈ ਕੇ ਬੜਾ ਮਸ਼ਹੂਰ ਰਿਹਾ। ਸਾਡੇ ਪਲੇਅਰ ਬਹੁਤ ਤਕੜੇ ਰਹੇ ਨੇ ਪੰਜਾਬ ਦੇ, ਸਾਡੇ ਗੜਸ਼ੰਕਰ ਹਲਕੇ ਤੋਂ। ਅਸੀਂ ਇਹਦੇ ਵਿੱਚ ਜੇਕਰ ਆਪਾਂ ਗੱਲ ਕਰ ਲੈਂਦੇ ਹਾਂ, ਬੇਰੁਜ਼ਗਾਰੀ ਹੋ ਗਈ, ਨਸ਼ਾ ਹੋ ਗਿਆ, ਤੇ ਇਹਦੇ ਵਿੱਚ ਇਹ ਵੱਡੀਆਂ ਸਮੱਸਿਆਵਾਂ ਨੇ, ਤੇ ਆਪਣੇ ਵੱਲੋਂ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਜਿੰਨਾ ਹੋ ਸਕੇ ਇਹਨਾਂ ਦਾ ਹੱਲ ਕਰ ਸਕਾਂ। ਬਿਲਕੁਲ ਜੀ, ਪਰਦੇਸੀ ਟੀਵੀ ਦੀ ਸਾਰੀ ਟੀਮ ਵੱਲੋਂ ਬੈਸਟ ਵਿਸ਼ਿਸ਼ ਹੈਗੀ ਤੁਹਾਨੂੰ। ਤੇ ਹੁਣ ਅਸੀਂ ਇਹ ਕਹਿ ਸਕਦੇ ਹਾਂ ਕਿ ਅੱਗੇ ਲੋਕ ਸਭਾ ਦੇ ਵਿੱਚ ਇੱਕ ਭਗਵੰਤ ਮਾਨ ਸੀ, ਹੁਣ ਵਿਧਾਨ ਸਭਾ ਦੇ ਵਿੱਚ 22 ਭਗਵੰਤ ਮਾਨਾਂ ਦਾ ਇੱਕ ਕਾਫਲਾ ਜਿਹੜਾ ਪੂਰੀ ਤਰ੍ਹਾਂ ਆਪਣੀ ਆਵਾਜ਼ ਉਠਾਊਗਾ, ਆਪਣੀ ਗੱਲ ਕਹੂਗਾ, ਲੋਕਾਂ ਦੀ ਗੱਲ ਕਹੂਗਾ। ਤੇ ਨਾਲ ਦੀ ਨਾਲ ਹੁਣ ਅਸੀਂ ਗੱਲ ਕਰਦੇ ਹਾਂ ਸਿਕਿਉਰਿਟੀ ਬਾਰੇ। ਜਿਹੜੀ ਮੇਰੇ ਕੋਲ ਦੋ ਤਿੰਨ ਕੁਐਸਚਨ ਹੈ, ਮੈਂ ਇਕੱਲਾ ਕੁਐਸਚਨ ਪੁੱਛਾਂਗਾ। ਜਿਹੜੀ ਸਿਕਿਉਰਿਟੀ ਤੁਸੀਂ ਲਾਓਗੇ ਕਿ ਨਹੀਂ, ਜਿਹੜੀ VIP ਜਿਹਨੂੰ ਆਪਾਂ ਕਲਚਰ ਕਹਿੰਦੇ ਹਾਂ? ਪਹਿਲੇ ਕਲੀਅਰ ਹੈ ਕਿ ਸਾਨੂੰ ਆਮ ਜਿਹੜੇ ਜਦੋਂ ਕੋਈ ਗਲਤ ਕੰਮ ਕਰਨਾ ਹੀ ਨਹੀਂ, ਇਹ ਸਿਕਿਉਰਿਟੀ ਦੀ ਕੀ ਲੋੜ ਹੈ? ਬਿਲਕੁਲ ਜੀ, ਇਹੀ ਮੈਨੂੰ ਵੀ ਸੀ ਤੁਹਾਡੇ ਕੋਲ ਜਿਹੜਾ ਆਂਸਰ। ਅਤੇ ਦੂਸਰੀ ਨਾਲ ਦੀ ਨਾਲ ਮੈਂ ਇੱਕ ਪਿੱਛੇ ਨੂੰ ਥੋੜ੍ਹਾ ਜਿਹਾ ਜਾਵਾਂਗਾ। AVM ਮਸ਼ੀਨਾਂ ਦੇ ਉੱਤੇ ਮੇਰਾ ਜਿਹੜਾ ਕੇਂਦਰਿਤ ਅੱਜ ਦਾ ਪ੍ਰੋਗਰਾਮ ਰਿਹਾ ਆ, ਅਤੇ ਮੈਨੂੰ ਲੱਗਦਾ ਕਿ ਆ ਜਿਹੜਾ ਪਿੱਛੇ ਚੋਣਾਂ ਦਾ ਦੌਰ ਵਧਿਆ, ਇਲਜ਼ਾਮਬਾਜ਼ੀ ਲੱਗ ਰਹੀ ਹੈ, ਚਾਹੇ ਵਿਰੋਧੀ ਧਿਰ ਹੋਵੇ, ਕੋਈ ਵੀ ਵਿਰੋਧੀ ਧਿਰ ਹੁੰਦੀ ਹੈ, ਉਹ ਇਲਜ਼ਾਮਬਾਜ਼ੀ ਥੋੜ੍ਹੀ ਜਿਹੀ ਤਾਂ ਲਾਉਂਦੀ ਹੈ। AVM ਮਸ਼ੀਨਾਂ ਦੇ ਉੱਤੇ ਇੱਕ ਅੰਨਾ ਹਜ਼ਾਰੇ ਜੀ ਦਾ ਇੱਕ ਬਿਆਨ ਆਇਆ ਸੀਗਾ, ਮੇਰਾ ਖਿਆਲ ਤੁਹਾਨੂੰ ਵੀ ਪਤਾ ਹੋਣਾ। ਉਸ ਬਿਆਨ ਬਾਰੇ ਕੀ ਕਹਿਣਾ ਚਾਹੁੰਦੇ ਆ ਕਿ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਪੰਜਾਬ ਦਾ ਜਾਂ ਇੰਡੀਆ, ਜੇ AVM ਮਸ਼ੀਨਾਂ ਨੂੰ ਹਟਾ ਦਿੱਤਾ ਗਿਆ, ਬਹੁਤ ਪਿੱਛੇ ਪੈ ਜਾਊਗਾ। ਅਤੇ ਨਾਲ ਦੀ ਨਾਲ ਤੁਸੀਂ ਅਮੈਰੀਕਾ ਨੂੰ ਦੇਖੋ, ਜਿੱਥੇ ਅੱਜ ਤੱਕ ਵੀ ਇਹ ਬੈਲਟ ਪੇਪਰ ਵਰਤ ਕੇ ਹੀ ਵੋਟਿੰਗ ਹੁੰਦੀ ਹੈ, ਜਾਂ ਕੈਨੇਡਾ ਜਿੱਥੇ ਜਿੱਥੇ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ, ਕੈਨੇਡਾ ਦੀ ਧਰਤੀ ਨੂੰ ਦੇਖ ਲਓ, ਜਾਂ ਫਿਰ ਇੰਗਲੈਂਡ ਦੀ ਧਰਤੀ ਨੂੰ ਦੇਖ ਲਓ, ਹੋਰ ਕਈ ਕੰਟਰੀਆਂ ਜਿਹੜੀਆਂ ਵਿਕਾਸਿਤ ਵੱਡੀਆਂ ਇਸ ਵੇਲੇ ਤਰੱਕੀ ਦੀਆਂ ਨੂੰ ਛੂ ਰਹੀ ਹੈ ਕੰਟਰੀਆਂ, ਉਹ ਇਸ ਵੇਲੇ ਪੇਪਰ ਹੀ ਯੂਜ ਕਰਕੇ ਆਪਣੀ ਵੋਟਿੰਗ ਕਰਦੀਆਂ। ਨੈਕਸਟ ਮੂਵਮੈਂਟ ਜਦ ਮੰਨ ਲਓ 9 ਵਜੇ ਦੀ ਵੋਟਿੰਗ ਸਟਾਰਟ ਹੁੰਦੀ ਹੈ, ਸ਼ਾਮ ਦੇ 9 ਵਜੇ ਤੱਕ ਵੋਟਿੰਗ ਹੁੰਦੀ ਹੈ, ਅਤੇ 9:01 'ਤੇ ਉਹਦੀ ਕਾਊਂਟਿੰਗ ਚੱਲ ਪੈਂਦੀ ਹੈ। ਤੁਸੀਂ ਅੰਨਾ ਹਜ਼ਾਰੇ ਦੇ ਇਸ ਬਿਆਨ ਦੇ ਨਾਲ ਕਿੰਨਾ ਕੁ ਸਹਿਮਤ ਹੋ ਕਿ ਅਗਰ AVM ਮਸ਼ੀਨਾਂ ਹਟਾ ਦਿੱਤੀਆਂ ਜਾਣਗੀਆਂ ਤਾਂ ਦੇਸ਼ ਪਿੱਛੇ ਰਹਿ ਜਾਏਗਾ? ਅੰਨਾ ਹਜ਼ਾਰੇ ਜੀ ਸਾਡੇ ਬਹੁਤ ਸਤਿਕਾਰਯੋਗ ਨੇ, ਉਹਨਾਂ ਦੇ ਕਿਸੇ ਵੀ ਬਿਆਨ 'ਤੇ ਮੇਰੀ ਇੰਨੀ ਹਿੰਮਤ ਨਹੀਂ ਕਿ ਮੈਂ ਕੋਈ ਤੋਂ ਪਰੰਤੂ ਕਰਾਂ, ਪਰ ਜਿਹੜੇ ਮੇਰੇ ਨਿੱਜੀ ਵਿਚਾਰ ਨੇ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿ ਇਹਦੇ ਨਾਲ ਜਿੱਥੇ ਘੁਟਾਲੇ ਹੁੰਦੇ ਨੇ ਉਹ ਕਲੀਅਰ ਕੱਟ ਨਹੀਂ ਹੁੰਦਾ, ਤੁਹਾਨੂੰ ਸਾਰਿਆਂ ਨੂੰ ਪਤਾ। ਇਹਦੇ ਵਿੱਚ ਜੇਕਰ ਬੈਲਟ ਪੇਪਰ ਹੁੰਦਾ ਜ਼ਿਆਦਾ ਅੱਛਾ। ਬਿਲਕੁਲ ਜੀ, ਆਪਾਂ ਕਾਲ ਲਵਾਂਗੇ ਜੀ, ਆਪਾਂ ਨੂੰ ਕਾਲ ਆਈ ਹੈ ਜੀ। ਸਵਾਗਤ ਹੈ ਜੀ ਤੁਹਾਡਾ ਪਰਦੇਸੀ ਟੀਵੀ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ ਪਰਦੇਸੀ ਟੀਵੀ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਤੁਹਾਡਾ। ਤੁਸੀਂ ਇਸ ਵੇਲੇ ਇੰਡੀਆ ਤੋਂ ਪੰਜਾਬ ਦੀ ਧਰਤੀ ਤੋਂ ਸਾਡੇ ਨਾਲ ਜੁੜਿਆ। ਜੀ ਹਾਂ ਜੀ, ਪਰਦੇਸੀ ਟੀਵੀ ਦੇ ਵਿੱਚ ਸਾਡੇ ਨਾਲ ਇਸ ਵੇਲੇ ਤੁਹਾਡੇ ਹੀ ਹਲਕੇ ਗੜਸ਼ੰਕਰ ਤੋਂ MLA ਆਪਣੇ ਰੋੜੀ ਸਾਹਿਬ ਜੁੜਿਆ, ਕੀ ਕਹਿਣਾ ਚਾਹੁੰਦੇ ਹੋ ਜੀ? ਬਿਲਕੁਲ ਜੀ ਰੋੜੀ ਸਾਹਿਬ, ਤੁਹਾਨੂੰ ਸਾਡੇ ਇਹਨਾਂ ਦਾ ਸਰੋਤਿਆਂ ਦਾ ਕੁਐਸਚਨ ਪਤਾ ਲੱਗ ਗਿਆ ਜੀ? ਤੁਹਾਡੇ ਨਾਲ ਦਿਨ ਰਾਤ ਚੱਲ ਕੇ ਕੰਮ ਕਰਕੇ ਇੱਕ ਤਾਂ ਇੱਕ ਮੁਕਾਮ ਤੇ ਪਹੁੰਚਾਇਆ, ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ? ਜੇਕਰ ਮੈਂ ਆਪਣੀ ਗੱਲ ਕਰਾਂ, ਮੇਰੇ ਚ ਕੋਈ ਇੰਨੀ ਹਿੰਮਤ ਨਹੀਂ ਸੀ, ਕੋਈ ਖਾਸ ਇੱਜ਼ਤ ਨਹੀਂ ਸੀ ਕਿ ਜਿਹੜੇ ਮੈਂ ਦਿੱਗਜ ਨੇਤਾ ਰਹੇ ਨੇ ਪੁਰਾਣੇ, ਇੱਕ ਸਾਡੇ ਗੜਸ਼ੰਕਰ ਤੋਂ ਲਵ ਕੁਮਾਰ ਗੋਲਡੀ ਜੀ 2 ਵਾਰ MLA ਰਹੇ ਨੇ, ਉਹਨਾਂ ਦੇ ਪਿਤਾ ਜੀ 2 ਵਾਰ MLA ਰਹੇ ਨੇ, ਤੇ ਜਿਹੜੇ ਹੁਣ ਵਿਧਾਇਕ ਸੀਗੇ ਉਹ ਵੀ ਬੜੇ ਸਟਰੋਂਗ ਕੈਂਡੀਡੇਟ ਸੀਗੇ, ਤੇ ਮੇਰੀ ਚ ਕੋਈ ਹਿੰਮਤ ਨਹੀਂ ਸੀ, ਕੋਈ ਤਾਕਤ ਨਹੀਂ ਸੀ ਕਿ ਮੈਂ ਜਿੱਤ ਸਕਾਂ, ਪਰ ਮੈਨੂੰ ਮੇਰੇ ਗੜਸ਼ੰਕਰ ਹਲਕੇ ਦੇ ਬੀਤ ਏਰੀਏ ਤੋਂ, ਮਾਲਪੁਰ ਏਰੀਏ ਤੋਂ ਪੂਰੇ ਬਹੁਤ ਜ਼ਿਆਦਾ ਸਪੋਰਟ ਮਿਲੀ ਹੈ। ਔਰ ਮੇਰੇ ਘਰ ਜੇ ਜਿੱਤ ਦਾ ਸਿਹਰਾ ਦੇਣਾ ਹੋਵੇ ਤਾਂ ਜਿਹੜੇ ਆਮ ਆਦਮੀ ਪਾਰਟੀ ਦੇ ਦੇਸ਼ ਦੇ ਵਿੱਚ ਔਰ ਵਿਦੇਸ਼ ਦੇ ਵਿੱਚ ਜਿਹੜੇ ਵਲੰਟੀਅਰ ਬੈਠੇ ਨੇ, ਆਮ ਆਦਮੀ ਪਾਰਟੀ ਦੇ ਸ਼ੁਭ ਚਿੰਤਕ ਨੇ, ਉਹਨਾਂ ਦੇ ਸਿਹਰਾ ਜਾਂਦਾ ਹੈ
ਇਹ ਜੈ ਕ੍ਰਿਸ਼ਨ ਸਿੰਘ ਰੋੜੀ ਦੀ ਜਿੱਤ ਨਹੀਂ, ਇਹ ਆਮ ਲੋਕਾਂ ਦੀ ਜਿੱਤ ਹੋਈ ਹੈ, ਇਹ ਤੁਹਾਡੇ ਸਾਹਮਣੇ ਕਲੀਅਰ। ਬਿਲਕੁਲ ਜੀ, ਤੁਸੀਂ ਕੰਮ ਕਰੋਗੇ, ਮੇਰਾ ਖਿਆਲ ਹੈ ਕਿ ਤੁਸੀਂ ਆਮ ਲੋਕਾਂ ਦੇ ਨਾਲ, ਆਮ ਜਨਤਾ ਦੇ ਨਾਲ ਜਿਹੜੀ ਇਸ ਵੇਲੇ ਪੰਜਾਬ ਦੇ ਵਿੱਚ ਤੁਹਾਡੇ ਨਾਲ ਖੜੀ ਹੈ, ਮੇਰਾ ਖਿਆਲ ਅਗਰ ਤੁਸੀਂ ਉਹਨਾਂ ਦਾ ਸਾਥ ਦਿਓਗੇ, ਆਮ ਆਦਮੀ ਪਾਰਟੀ ਦੇ ਜਿਹੜੇ 22 ਦੇ 22 MLA ਹੈ ਉਹਨਾਂ ਦੇ ਨਾਲ ਖੜੋਗੇ, ਉਹ ਦਿਨ ਦੂਰ ਨਹੀਂ ਜਦੋਂ ਤੁਹਾਡੀ ਆਪਣੀ ਸਰਕਾਰ ਬਣ ਜਾਊਗੀ। ਅਤੇ ਤੁਸੀਂ ਹੋਰ ਕੁਝ ਕੀ ਕਹਿਣਾ ਚਾਹੁੰਦੇ ਹੋ ਜੀ? ਮੈਂ ਇਹਦੇ ਨਾਲ ਇਹ ਕਹਿਣਾ ਚਾਹਾਂਗਾ ਕਿ ਅਸੀਂ ਜਿੱਥੇ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਵਿਧਾਨ ਸਭਾ ਦੇ ਵਿੱਚ ਹਿੱਸਾ ਲੈ ਕੇ 22 ਸੀਟਾਂ ਲਈਆਂ ਨੇ, ਮੇਰੇ ਆਪਣੇ ਪੰਜਾਬ ਭਰ ਦੇ ਵਲੰਟੀਅਰਾਂ ਨੂੰ ਔਰ ਵਿਦੇਸ਼ਾਂ ਦੇ ਵਿੱਚ NRI ਵੀ ਜਿਹੜੇ ਬੈਠੇ ਨੇ ਉਹਨਾਂ ਨੂੰ ਇੱਕ ਸੁਨੇਹਾ ਹੈ, ਇੱਕ ਮੇਰਾ ਦਿਲ ਦੀ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਕਦੇ ਵੀ ਫਿਕਰ ਨਾ ਕਰਿਓ ਕਿ ਅਸੀਂ ਹਾਰ ਗਏ, ਅਸੀਂ ਹਾਰੇ ਨਹੀਂ, ਪਹਿਲੀ ਵਾਰ ਲੜੇ ਹਾਂ ਅਤੇ 22 ਸੀਟਾਂ ਜਿੱਤੇ ਹਾਂ। ਆਮ ਆਦਮੀ ਪਾਰਟੀ ਦੇ ਵਲੰਟੀਅਰ ਨਾਲ ਜਾਂ ਕਿਸੇ ਵੀ ਪੰਜਾਬੀ ਨਾਲ ਜਾਂ ਕਿਸੇ ਨਾਲ ਵੀ ਕਦੇ ਵੀ ਕੋਈ ਧੱਕਾ ਹੋਵੇਗਾ ਤਾਂ ਅਸੀਂ ਉਹਨਾਂ ਦਿਨ ਰਾਤ ਖੜਾਂਗੇ ਔਰ ਇਹਨਾਂ ਨੂੰ ਇੱਕ ਪੂਰਾ ਯਕੀਨ ਦਵਾਉਂਦੇ ਹਾਂ ਕਿ ਅਸੀਂ ਵਿਕਣ ਵਾਲੇ ਨਹੀਂ। ਕਦੇ ਵੀ ਸਾਨੂੰ ਜਿਹੜੀ ਮਰਜ਼ੀ ਪਾਰਟੀ ਜਾਂ ਹੋਰ ਕੋਈ ਵੀ ਆ ਕੇ ਸਾਨੂੰ ਜਿੰਨਾ ਮਰਜ਼ੀ ਕੋਈ ਲਾਲਚ ਦੇਵੇ, ਅਸੀਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਂ, ਅਸੀਂ ਇਹਦੇ ਨਾਲੇ ਖੜੇ ਰਹਾਂਗੇ। ਬਾਕੀ ਨੂੰ ਸੁਨੇਹਾ ਇਹ ਹੈ ਕਿ ਘਬਰਾਉਣ ਦੀ ਲੋੜ ਨਹੀਂ, ਡਰ ਦੀ ਲੋੜ ਨਹੀਂ, ਸਾਡੀ ਜਿੱਤ ਹੋਈ ਹੈ ਔਰ ਇਹਦੇ ਨਾਲ ਨਾਲ ਆਪਣੇ ਮਨੋਬਲ ਤਕੜੇ ਰੱਖਣੇ ਹੈ। ਸਾਡੀ ਜਿਹੜੀ ਲੜਾਈ ਹੈ ਕੋਈ ਕੁਰਸੀਆਂ ਪ੍ਰਾਪਤ ਕਰਨ ਦੇ, ਸਾਡੀ ਜਿਹੜੀ ਲੜਾਈ ਹੈ ਤੁਹਾਨੂੰ ਪਤਾ ਨਾ ਸੱਤਾ ਪ੍ਰਾਪਤ ਕਰਨ ਦੇ ਲਈ ਸੀਗੀ, ਸਾਡੀ ਲੜਾਈ ਜਿਹੜੀ ਹੈ ਚੋਰੀ ਦੇ, ਆਪਣੀ ਬੇਰੁਜ਼ਗਾਰੀ ਦੇ, ਨਸ਼ੇ ਦੇ ਖਿਲਾਫ਼ ਸਾਡੀ ਲੜਾਈ ਹੈ। ਕੀ ਕਹਿਣਾ ਚਾਹੁੰਦੇ ਹੋ? ਮੈਂ ਬਧਾਈ ਦੇਣਾ ਚਾਹੁੰਦਾ ਜੀ ਛੋਟੇ ਵੀਰ ਨੂੰ। ਮੈਂ ਬ੍ਰਦਰ ਬੋਲਦਾ ਜੀ ਗ੍ਰੀਸ ਤੋਂ ਬੋਲਦਾ ਜੀ। ਹਾਂਜੀ, ਤੁਹਾਨੂੰ ਗ੍ਰੀਸ ਤੋਂ ਕਾਲ ਆਈ ਹੈ ਜੀ? ਹਾਂਜੀ, ਗ੍ਰੀਸ ਤੋਂ ਪਰਦੇਸੀ ਟੀਵੀ ਦੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਹੋਏ ਹਨ ਤੇ ਧੰਨਵਾਦ ਹੈ ਜੀ ਜਿੰਨੇ ਵੀ ਇਸ ਵੇਲੇ ਪਰਦੇਸੀ ਟੀਵੀ ਦੇ ਨਾਲ ਫੇਸਬੁੱਕ ਦੇ ਜ਼ਰੀਏ, ਯੂਟਿਊਬ ਦੇ ਜ਼ਰੀਏ ਜੁੜੇ ਹੋਏ ਹਨ। ਅਸੀਂ ਉਹਨਾਂ ਦਾ ਦਿਲੋਂ ਧੰਨਵਾਦੀ ਹਾਂ, ਦਿਲੋਂ ਜੀ ਹਾਂ ਆਖਦੇ ਹਾਂ ਜੀ। ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਬ੍ਰਦਰ ਨੇ? ਤੁਹਾਨੂੰ ਸ਼ੁਭਕਾਮਨਾਵਾਂ ਦਿੱਤੀਆਂ ਜੀ ਗ੍ਰੀਸ ਤੋਂ। ਮੈਂ ਜੇਕਰ ਆਪਣੇ ਪਰਿਵਾਰ ਦੀ ਗੱਲ ਕਰਾਂ ਤਾਂ ਸਾਡੇ ਪਰਿਵਾਰ ਦੇ ਵਿੱਚ 8 ਬ੍ਰਦਰ ਨੇ ਡੈਡੀ ਹੋਣੀ। ਹਾਂਜੀ, ਅੱਗੇ ਅਸੀਂ 15 ਭਰਾ ਆ। 15 ਭਰਾਵਾਂ ਦੇ ਵਿੱਚੋਂ 14 ਭਰਾ ਮੇਰੇ ਨਾਲ ਦਿਨ ਰਾਤ ਖੜੇ ਨੇ, ਮੇਰੀ ਪਾਰਟੀ ਦੀ ਸਪੋਰਟ ਕੀਤੀ ਹੈ, ਮੇਰੀ ਸਪੋਰਟ ਕੀਤੀ ਹੈ। ਜੇਕਰ ਪਰਿਵਾਰ ਦਾ ਸਾਥ ਨਾ ਹੋਵੇ ਫਿਰ ਤੁਸੀਂ ਸਮਝਦੇ ਹੋ ਕਿ ਬੰਦਾ ਅਗਲੇ ਕਹਿੰਦੇ ਜੋ ਘਰ 'ਚ ਹੈ ਨਹੀਂ ਤੇ ਬਾਹਰ ਕੀ ਹੈ। ਮੈਂ ਆਪਣੇ ਭਰਾਵਾਂ ਦਾ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਔਰ ਧੰਨਵਾਦ ਕਰਦਾ ਔਰ ਇਹਨਾਂ ਦੀਆਂ ਜਿਹੜੀਆਂ ਉਮੀਦਾਂ ਸੀ, ਆਸ ਸੀਗੀ, ਉਹਨਾਂ ਨੂੰ ਮੈਂ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂ। ਬਿਲਕੁਲ ਜੀ, ਪ੍ਰੋਗਰਾਮ ਦੇ ਕੁਝ ਕੁ ਮਿੰਟ ਮੇਰਾ ਖਿਆਲ ਦਲਜੀਤ ਸਿੰਘ ਹੁਣੀ ਕੁਛ ਪੁੱਛਣਾ ਚਾਹੁੰਦੇ। ਹਾਂਜੀ ਦਲਜੀਤ ਸਿੰਘ ਜੀ। ਜੇਕਰ ਲਾਲ ਬੱਤੀ ਦੀ ਗੱਲ ਕਰ ਲੈਂਦੇ ਆ ਤਾਂ ਬਿਲਕੁਲ ਸਹੀ ਗੱਲ ਨਹੀਂ, ਲੈਣੀ ਚਾਹੀਦੀ ਸੀ। ਨਹੀਂ, ਹੋਰ ਜਿਹੜੇ ਫੈਸਲੇ ਲਏ ਆ ਉਹਨਾਂ ਨੇ ਕੈਪਟਨ ਸਾਹਿਬ ਨੇ ਜਿਹੜੇ ਰਤੋ ਬਦਲ ਕੀਤੇ ਜਾਂ ਆਮ ਕਰਦੇ ਆ ਜਾਂ ਜਿਹੜਾ ਵੀ ਉਹਨਾਂ ਦਾ ਮੰਤਰੀ ਗਾਣਾ ਜਿਹੜਾ ਉਹਨਾਂ ਨੇ ਕਿਹਾ ਵੀ ਤੁਸੀਂ ਆਪਣੇ ਆਪਣੇ ਜਿਹੜੀਆਂ ਫੈਸਿਲਿਟੀਆਂ ਸਾਨੂੰ ਨਹੀਂ ਦੇਣ ਲੈਣਗੀਆਂ ਤੇ ਕੀ ਉਹਨਾਂ ਦੇ ਨਾਲ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਫੈਸਿਲਿਟੀ ਜਿਹੜੀ ਸਰਕਾਰ ਵੱਲੋਂ ਉਹਨਾਂ ਨੂੰ ਦਿੱਤੀ ਜਾਂਦੀ ਹੈ? ਤੁਸੀਂ ਕਿਹੜੇ ਫੈਸਲਿਆਂ ਦੀ ਗੱਲ ਕਰਦੇ ਹੋ? ਜਿਹੜੇ ਕੈਪਟਨ ਸਾਹਿਬ ਨੇ ਮੁੱਖ ਮੰਤਰੀ ਬਣਦਿਆਂ ਹੀ ਬਦਲੀ ਲੈ, ਜਿੱਦਾਂ ਅਫੀਸ਼ੀਅਲ ਜਿਹੜੇ ਆ ਉਹਨਾਂ ਨੇ ਬਦਲੀਆਂ ਕੀਤੀਆਂ, ਜਿਹੜਾ ਆਮ ਲੋਕਾਂ ਦਾ ਟ੍ਰੈਂਡ ਜਦੋਂ ਸਰਕਾਰ ਬਦਲਦੀ ਹੈ ਉਹ ਕਰਦੇ ਆ ਕੀ? ਇਸ ਹੁਣ ਇਤਨੀ ਵੇਲ ਚੱਲੀ ਸੀ ਜਿਹੜਾ ਕਾਂਗਰਸ ਨੂੰ ਕੋਈ ਤੇ ਨਹੀਂ ਸੀਗੀ ਵੀ ਜਿੱਤੂਗੀ, ਹੁਣ ਉਹ ਜਿੱਤ ਗਈ ਕਾਂਗਰਸ, ਉਹਨੇ ਇੱਕਦਮ ਇਹ ਫੈਸਲਾ ਲਿਆ ਕਿ ਉਹ ਵਾਜਬ ਲਾਏ ਨਾ ਜਾਂ ਕਿ ਰੁਟੀਨ ਮੁਤਾਬਕ ਲਏ? ਦੇਖੋ, ਜੋ ਵੀ ਫੈਸਲੇ ਲਏ ਨੇ ਉਹਨਾਂ ਦੇ ਸਿੱਟੇ ਪੋਜ਼ਿਟਿਵ ਆਉਂਦੇ ਜਾਂ ਨੈਗੇਟਿਵ ਆਉਂਦੇ ਨੇ ਉਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ।
ਪਰ ਜੇਕਰ ਉਹ ਚੰਗੇ ਕੰਮ ਕਰਨਗੇ ਤਾਂ ਅਸੀਂ ਉਹਨਾਂ ਦੀ ਸਰਾਹਣਾ ਬਿਲਕੁਲ ਕਰਾਂਗੇ, ਅੱਛੇ ਕੰਮ ਦੇ ਕਦਮਾਂ ਦੀ ਅਸੀਂ ਉਹਨਾਂ ਨੂੰ ਖੁਸ਼ੀਆਂ ਪ੍ਰਵਾਨਗੇ। ਬਿਲਕੁਲ ਜੀ, ਮੈਂ ਦੋ ਚਾਰ ਜਿਹੜੇ ਕੈਬਨਿਟ ਕੈਪਟਨ ਸਾਹਿਬ ਨੇ ਫੈਸਲੇ ਲਏ ਆ, ਮੇਰੇ ਕੋਲ ਕੁਛ ਜਾਣਕਾਰੀ ਆਈ ਹੈ, ਮੈਂ ਥੋੜ੍ਹੀ ਜਿਹੀ ਦੱਸਣਾ ਚਾਹੁੰਦਾ ਜੀ। ਉਹਨਾਂ ਨੇ ਇੱਕ ਜਿਹੜੀ ਹੁਣ ਅੱਜ ਦਿਨੇ ਇੱਥੇ ਹੁਣ ਇੱਥੇ ਸ਼ਨਿਚਰਵਾਰ ਰਾਤ ਹੈ ਜੀ, ਦਿਨੇ ਲਈ ਗਿਆ ਉਹ ਕੈਪਟਨ ਸਾਹਿਬ ਨੇ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਕਿਸਾਨ ਦੀ ਜਿਹੜੀ ਜ਼ਮੀਨ ਆ ਨਿਲਾਮ ਨਹੀਂ ਹੋਗੀ। ਇਹ ਵੀ ਇੱਕ ਫੈਸਲਾ ਲਿਆ ਗਿਆ, ਨਾਲ ਦੀ ਨਾਲ VIP ਕਲਚਰ ਖਤਮ ਬਾਰੇ ਕਰਨ ਬਾਰੇ ਗੱਲ ਕੀਤੀ ਗਈ ਆ, ਨਾਲ ਦੀ ਨਾਲ ਮੰਤਰੀ ਵਿਧਾਇਕ ਹਰ ਸਾਲ ਵਿੱਚ ਆਪਣੀ ਸੰਪਤੀ ਜਿਹੜੀ ਉਹਨਾਂ ਦੀ ਪ੍ਰੋਪਰਟੀ ਆ ਉਹ ਲਿਸਟ ਵਿਧਾਨ ਸਭਾ ਨੂੰ ਸੌਂਪਣਗੇ, ਦੱਸਣਗੇ ਵੀ ਭਾਈ ਮੇਰੀ ਇੰਨੀ ਕੁ ਮੈਂ ਇਨਕਮ ਕੀਤੀ ਹੈ, ਅਤੇ ਨਾਲ ਦੀ ਨਾਲ ਲੋਕਪਾਲ ਬਿੱਲ ਵੀ ਲਿਆਂਦਾ ਜਾਵੇਗਾ, ਅਤੇ ਨਾਲ ਦੀ ਨਾਲ ਮੇਰੇ ਖਿਆਲ ਕੈਬਨਿਟ ਦਾ ਹਲਕਾ ਇੰਚਾਰਜ ਸਿਸਟਮ ਵੀ ਖਤਮ ਕੀਤਾ ਜਾਵੇਗਾ ਉਹ ਕਹਿੰਦੇ ਆ, ਅਤੇ ਨਾਲ ਦੀ ਨਾਲ ਡਿਊਟੀਆਂ ਦੇ ਦਫ਼ਤਰ ਵੀ ਪੂਰੇ ਪੰਜਾਬ ਵਿੱਚੋਂ ਖਤਮ ਕੀਤੇ ਜਾਣਗੇ। ਮੇਰਾ ਖਿਆਲ ਆ ਕਿਤੇ ਨਾ ਕਿਤੇ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਫੂਲਕਾ ਸਾਹਿਬ ਵੀ ਅੱਜ ਮੈਂ ਉਹਨਾਂ ਦਾ ਵੀ ਬਿਆਨ ਸੁਣ ਰਿਹਾ ਸੀਗਾ, ਜਿਹੜੇ ਫੂਲਕਾ ਸਾਹਿਬ ਆਮ ਆਦਮੀ ਪਾਰਟੀ ਨੇ ਜਿਹੜਾ ਆਪਣਾ ਬਣਾਇਆ ਸੀਗਾ ਇਹ ਕਿਤੇ ਨਾ ਕਿਤੇ ਉਹਨਾਂ ਨਾਲ ਮਿਲਦਾ ਜੁਲਦਾ, ਕੀ ਕਹਿਣਾ ਚਾਹੁੰਦੇ ਹੋ ਜੀ ਆਪਣੇ ਰੋਰੀ ਸਾਹਿਬ, ਇਹ ਕੈਪਟਨ ਸਾਹਿਬ ਨੇ ਜਿਹੜੇ ਅੱਜ ਫੈਸਲੇ ਲੈ ਗਏ ਇਹਨਾਂ ਫੈਸਲਿਆਂ ਬਾਰੇ? ਬਹੁਤ ਖੁਸ਼ੀ ਵਾਲੀ ਗੱਲ ਹੈ, ਚਾਹੇ ਸਾਡੇ ਫੈਸਲੇ ਜਿਹੜੇ ਸੀਗੇ ਉਹ ਕਾਪੀ ਕੀਤੇ ਨੇ, ਪਰ ਅਸੀਂ ਇਹਨਾਂ ਗੱਲਾਂ ਨੂੰ ਬਹੁਤ ਅੱਛੀ ਗੱਲ ਸਰਾਹਣਾ ਕਰਦੇ। ਬਿਲਕੁਲ ਜੀ, ਕਾਪੀ ਰਾਈਟ ਦੇ ਉੱਤੇ ਅਧਿਕਾਰ ਕਾਪੀ ਜਿਹੜੇ ਨੇ ਕੀਤਾ ਉਹਨਾਂ ਦਾ ਹੁੰਦਾ ਜੀ। ਹਾਂਜੀ ਦਲਜੀਤ ਸਿੰਘ ਜੀ, ਪ੍ਰੋਗਰਾਮ ਦੇ ਕੁਛ ਕਮੈਂਟ ਹਨ, ਅਖੀਰਲੇ ਪਲਾਂ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੀ ਪੁੱਛਣਾ ਚਾਹੁੰਦੇ ਹੋ ਜੀ? ਵਿਕਰਮ ਜੀ, ਬਸ ਸਾਡੇ ਜੈਕਸਨ ਸਿੰਘ ਰੋੜੀ ਜੀ ਵਧੀਆ ਵੋਟਾਂ ਨਾਲ ਜਿੱਤੇ, ਅਸੀਂ ਇਹਨਾਂ ਦਾ ਧੰਨਵਾਦ ਕਰਦੇ ਜਿਹਨਾਂ ਨੇ ਸਾਨੂੰ ਪਰਦੇਸੀ ਟੀਮ ਦੇ ਸਾਨੂੰ ਟਾਈਮ ਦਿੱਤਾ ਤੇ ਅੱਗੇ ਤੋਂ ਵੀ ਸਾਨੂੰ ਦੇਣਗੇ, ਤੇ ਜੋ ਇਹਨਾਂ ਦੇ ਸੁਪਨੇ ਆ ਇਹ ਸਰਕਾਰ ਕਰਨ ਤੇ ਸਰਕਾਰ ਵੱਲੋਂ ਵੀ ਇਹਨਾਂ ਨੂੰ ਪ੍ਰੋਪਰ ਜਿਹੜਾ ਸਹਿਯੋਗ ਮਿਲੇ ਤੇ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਜਾਂਦੇ ਜਾਂਦੇ ਜੀ ਮੈਂ ਰੋੜੀ ਸਾਹਿਬ ਤੋਂ ਪੁੱਛਣਾ ਚਾਹੁੰਦੇ ਹਾਂ, ਤੁਸੀਂ ਆਪਣੇ ਵਿਰੋਧੀ ਤੋਂ ਕਿੰਨੀਆਂ ਕੁ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ ਜੀ? ਵੈਸੇ ਤਾਂ 1650 ਵੋਟਾਂ ਦੇ ਨਾਲ ਖੜਸ਼ੰਕਰ ਸੀਟ ਅਸੀਂ ਜਿੱਤੀ ਆ, ਪਰ ਜੇਕਰ ਅਸੀਂ ਲੋਕ ਸਭਾ ਹਲਕੇ ਦੇ ਅੰਕੜੇ ਦੇਖੀਏ ਤਾਂ ਉਸ ਸਮੇਂ 35,000 ਤੇ 34,000 ਅਕਾਲੀ ਦਲ ਤੇ ਕਾਂਗਰਸ ਨੂੰ ਆਏ ਸੀ, ਸਾਨੂੰ 24,000 ਆਈ ਸੀ। ਯਾਨੀ ਕਹਿਣ ਦਾ ਭਾਵ ਅਸੀਂ ਲੋਕ ਸਭਾ ਦੇ ਸਮੇਂ 10,000 ਵੋਟਾਂ ਤੋਂ ਪਿੱਛੇ ਸੀਗੇ, ਪਰ ਇਸ ਵਾਰ ਸਾਨੂੰ 41,700 ਕੁਛ ਵੋਟਾਂ ਪਈਆਂ ਨੇ। ਮੈਂ ਸਮਝਦਾ ਕਿ ਸਾਨੂੰ ਲਗਭਗ 17,500 ਦੀ ਅਸੀਂ ਲੀਡ ਕੀਤੀ ਆ, ਵੈਸੇ 1650 ਦੀ ਜਿਹੜੀ ਹੈ ਇਹਦੇ ਵਿੱਚ ਕੱਟਿਆ ਹੈ। ਬਿਲਕੁਲ ਜੀ, ਬਹੁਤ ਹੀ ਤੁਹਾਨੂੰ ਇੱਕ ਵਾਰ ਫਿਰ ਪਰਦੇਸੀ ਟੀਵੀ ਦੇ ਵੱਲੋਂ ਪਰਦੇਸੀ ਟੀਵੀ ਦੀ ਪੂਰੀ ਟੀਮ ਵੱਲੋਂ ਪਰਦੇਸੀ ਟੀਵੀ ਦੇ ਦਰਸ਼ਕਾਂ ਵੱਲੋਂ ਤੁਹਾਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੁਹਾਨੂੰ ਇੱਕ ਮੁਬਾਰਕਾਂ ਦਿੰਦੇ ਹਾਂ ਜੀ। ਅਖੀਰ ਵਿੱਚ ਤੁਸੀਂ ਪਰਦੇਸੀ ਟੀਵੀ ਦੇ ਜਿਹੜੇ ਸਰੋਤੇ ਆ ਅਤੇ ਇਹਨਾਂ ਦੀ ਵੀਰਾਂ ਬਾਰੇ ਤੁਹਾਡਾ ਕੀ ਆਦੇਸ਼ ਹੈ ਜੀ, ਤੁਹਾਨੂੰ ਕੀ ਕਹਿਣਾ ਚਾਹੁੰਦੇ ਆ ਪਰਦੇਸੀ ਟੀਵੀ ਦੇ ਦਰਸ਼ਕਾਂ ਬਾਰੇ ਅਤੇ NRI ਵੀਰਾਂ ਬਾਰੇ, ਜਿੰਨੇ ਵੀ NRI ਆ ਜਿਹੜੇ ਕਿ ਇਸ ਵੇਲੇ ਪਰਦੇਸੀ ਟੀਵੀ ਦੇ ਨਾਲ ਨਹੀਂ ਵੀ ਜੁੜੇ, ਫੇਸਬੁੱਕ ਦੇ ਜਰੀਏ ਲੇਟਰ ਆਨ ਵੀ ਜੁੜਨਗੇ, ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ, ਕੀ ਵਿਚਾਰ ਹੈ ਜੀ ਤੁਹਾਡੇ? ਮੈਂ ਆਪਣੇ ਜਿਹੜੇ NRI ਵੀਰ ਨੇ ਉਹਨਾਂ ਬਾਰੇ ਇੰਨੀ ਗੱਲ ਕਹਿਣੀ ਚਾਹਾਂਗਾ, ਜੇਕਰ ਮੇਰੇ ਭਰਾ NRI ਵੀਰ ਨਾ ਹੁੰਦੇ ਤਾਂ ਅੱਜ ਇਹ ਜੈ ਕ੍ਰਿਸ਼ਨ ਸਿੰਘ ਰੌੜੀ MLA ਨਾ ਹੁੰਦਾ, ਤੇ ਮੈਂ ਉਹਨਾਂ ਨੂੰ ਇੱਕ ਪੂਰਾ ਵਿਸ਼ਵਾਸ ਦਵਾਨਾ ਕਿ ਜਿਹਨਾਂ ਉਮੀਦਾਂ ਦੇ ਨਾਲ ਜਿਹਨਾਂ ਆਸਾਂ ਦੇ ਨਾਲ ਜਦੋਂ ਉਹਨਾਂ ਨੇ ਆਪਣੇ ਉੱਥੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੋਊਗੀ ਜਾਂ ਆਪਣੀ ਟਿਕਟ ਲੈ ਕੇ ਪੰਜਾਬ ਦੇ ਲਈ ਚੱਲੇ ਹੋਣਗੇ, ਜਾਂ ਜਿਹੜਾ ਉਹਨਾਂ ਨੇ ਮੈਨੂੰ ਆਰਥਿਕ ਤੌਰ ਤੇ ਮਦਦ ਕਰਨ ਵੇਲੇ ਜੋ ਆਪਣੇ ਮਨ ਦੇ ਵਿੱਚ ਚਾਹ ਸੋਚੇ ਸੀ, ਜੋ ਆਸਾਂ ਲਾਈਆਂ ਸੀ, ਜੋ ਉਮੀਦਾਂ ਲਾਈਆਂ ਸੀ ਕਿ ਅਸੀਂ ਗੜਸ਼ੰਕਰ ਆਪਣੀ ਸੀਟ ਜਿੱਤ ਕੇ ਆਹ ਵਾਲੇ ਕੰਮ ਆਪਣੇ ਭਰਾ ਤੋਂ ਕਰਵਾਉਣੇ ਨੇ, ਉਹਨਾਂ ਉਮੀਦਾਂ ਦੇ ਉੱਪਰ ਖਰਾ ਉਤਰਨ ਦੇ ਲਈ ਮੈਂ ਆਪਣੇ ਉਹਨਾਂ ਭਰਾਵਾਂ ਲਈ ਵਿਸ਼ਵਾਸ ਦਵਾਨਾ, ਉਹਨਾਂ ਨੂੰ ਯਕੀਨ ਦਵਾਨਾ ਕਿ ਦਿਨ ਰਾਤ ਮਿਹਨਤ ਕਰਕੇ ਉਹਨਾਂ ਦੀਆਂ ਉਮੀਦਾਂ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ, ਔਰ ਆਪਣੇ ਦਿਲਾਂ ਤੋਂ ਦਿਲਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਜ਼ਿਆਦਾ ਕਰਦਾ ਕੁਛ ਸ਼ਬਦ ਕਿ ਜਿਹਨਾਂ ਨਾਲ NRI ਵੀਰਾਂ ਦਾ ਧੰਨਵਾਦ ਕਰ ਸਕਾਂ, ਪਰ ਮੈਂ ਉਹਨਾਂ ਨੂੰ ਦਿਲੋਂ ਸਲੂਟ ਕਰਦਾ, ਜਿੰਨੇ ਵੀ NRI ਵੀਰ ਮੇਰੇ ਸੁਣਦੇ ਨੇ ਉਹਨਾਂ ਨੂੰ ਦਿਲੋਂ ਸਲੂਟ ਹੈ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਅਖੀਰ ਵਿੱਚ ਦਲਜੀਤ ਸਿੰਘ ਕੁਝ ਕਹਿਣਾ ਚਾਹੁੰਦੇ ਹੋ? ਦਲਜੀਤ ਸਿੰਘ ਅਜਨੋਹਾ ਜੀ ਦਾ ਤੇ ਤੁਹਾਡਾ ਖਾਸ ਕਰਕੇ ਵੀਰ ਜੀ ਦਾ ਮੈਂ ਦਿਲ ਦੀਆਂ ਗਹਿਰਾਈਆਂ ਧੰਨਵਾਦ ਕਰਦਾ ਔਰ ਸ਼ੁਕਰਗੁਜ਼ਾਰ। ਹਾਂਜੀ ਦਲਜੀਤ ਸਿੰਘ, ਤੁਸੀਂ ਅਖੀਰ ਵਿੱਚ ਕੀ ਕਹਿਣਾ ਚਾਹੁੰਦੇ ਹੋ? ਦਲਜੀਤ ਸਿੰਘ ਜੀ, ਅਖੀਰ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰੋਗਰਾਮ ਦੀ ਸਮਾਪਤੀ 'ਚ? ਬਿਕਰਮ ਜੀ, ਅਸੀਂ ਬਿਕਰਮ ਜੀ ਪਰਦੇਸੀ ਟੀਵੀ ਦੇ ਬਹੁਤ ਬਹੁਤ ਧੰਨਵਾਦ ਆ, ਤੁਸੀਂ ਕਹਿ ਰਹੇ ਹੋ ਜਿਹੜਾ ਤੁਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਇਹਦੇ ਨਾਲ ਅਸੀਂ ਵੱਖ ਸਮੇਂ ਸਮੇਂ ਤੇ ਵੱਖ ਤੇ ਅਸੀਂ ਸਮਝਦੇ ਹਾਂ ਕਿ ਤੁਸੀਂ ਸਾਡਾ ਪੂਰਾ ਸਹਿਯੋਗ ਦੋਗੇ ਤੇ ਪਰਦੇਸੀ ਟੀਵੀ ਜਿਹੜਾ ਪੂਰੀ ਦੁਨੀਆ ਦੇ ਵਿੱਚ ਇਸੇ ਤਰ੍ਹਾਂ ਅੱਗੇ ਤੋਂ ਵਧਿਆ ਸ਼ਾਇਦ ਹੈ।
ਬਿਲਕੁਲ ਜੀ, ਮੇਰੇ ਵੱਲੋਂ ਵੀ ਆਪ ਤੁਸੀਂ ਸਾਡੇ ਮਹਿਮਾਨ ਬਣੇ ਹੋ, ਦਲਜੀਤ ਸਿੰਘ ਜੀ, ਅਜਨੋਹਾ ਜੀ, ਅਤੇ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਜੇਤੂ ਰਹੇ ਗੜ੍ਹਸ਼ੰਕਰ ਤੋਂ ਜੈ ਕਿਸ਼ਨ ਰੋੜੀ ਜੀ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਪਰਦੇਸੀ ਟੀ ਵੀ ਦੇ ਸਰੋਤਿਆਂ ਦੇ ਨਾਲ ਆਪਣੀਆਂ ਦਿਲ ਦੀਆਂ ਗੱਲਾਂ ਦੱਸੀਆਂ, ਅਤੇ ਦਿਲ ਦੀਆਂ ਲੋਕਾਂ ਪਰਦੇਸੀ ਟੀ ਵੀ ਦੇ ਜਿੰਨੇ ਵੀ ਦਰਸ਼ਕ ਜਿਨ੍ਹਾਂ ਨੇ ਵੀ ਕਾਲ ਕੀਤੀ ਉਹਨਾਂ ਦੇ ਸਵਾਲਾਂ ਦਾ ਜਵਾਬ ਖਿੜੇ ਮੱਥੇ ਦਿੱਤਾ, ਅਤੇ ਨਾਲ ਦੀ ਨਾਲ ਅਸੀਂ ਇੱਕ ਵਾਰ ਤੁਹਾਡਾ ਫਿਰ ਸਵਾਗਤ ਕਰਦੇ ਹਾਂ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਅਤੇ ਮੈਂ ਬਿਕਰਮਜੀਤ ਸਿੰਘ ਕਲੇਅਰ ਇਸ ਵੇਲੇ ਸਟੂਡੀਓ ਤੋਂ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਚਾਹੁੰਦਾ ਹਾਂ ਜੀ, ਰੱਬ ਨੇ ਚਾਹਿਆ ਤਾਂ ਮੈਂ ਅਗਲੇ ਪ੍ਰੋਗਰਾਮ ਲੈ ਕੇ ਫਿਰ ਆ ਜਾਵਾਂਗਾ, ਤਦ ਤੱਕ ਮੈਨੂੰ ਯਾਨੀ ਬਿਕਰਮਜੀਤ ਸਿੰਘ ਨੂੰ ਇਜਾਜ਼ਤ ਦਿਓ, ਅਤੇ ਜਿੰਦੇ ਵਾਸਦੇ ਰਹੋ, ਜਿੰਦਾਬਾਦ ਰਹੋ। ਬਿਕਰਮਜੀਤ ਸਿੰਘ ਕਲੇਅਰ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। धरती पे चाहे जहां भी रहेगी, तुझे तेरे खुशबू से पहचान लूंगा। तू धरती पे चाहे जहां भी रहेगी, तुझे तेरी खुशबू से पहचान लूंगा। अगर बंद हो जाएंगी मेरी आंखें, अगर बंद हो जाएंगी मेरी आंखें, तुझे तेरी धड़कन से पहचान लूंगा। हमको तुमसे तुमसे प्यार।